ਉਹਨਾਂ ਨੂੰ ਮੀਰਾ ਵੀ ਪ੍ਰੇਮ ਨਾਲ ਕਿਹਾ ਜਾਂਦਾ ਹੈ। ਮੀਰਾ ਨਹੀਂ, ਮੀਰਾਂ, ਮੀਰਾਂ। ਔਰ ਮੀਰਾਂ ਦਾ ਮਤਲਬ ਹੁੰਦਾ ਹੈ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ, ਪੀਰਾਂ ਨਾ ਪੀਰ। ਇਸ ਲਈ ਹਜ਼ੂਰ ਨੂੰ ਮੀਰਾ ਕਿਹਾ ਗਿਆ ਕਿਉਂਕਿ ਜਿੰਨੇ ਵੀ ਦੁਨੀਆਂ 'ਤੇ ਪੀਰ ਫਕੀਰ ਆਏ ਉਹਨਾਂ ਨੇ ਉਹਨਾਂ ਨੂੰ ਆਪਣਾ ਪੀਰ ਮੰਨਿਆ। ਇਸ ਲਈ ਇਸ ਸ਼ਬਦ ਅੰਦਰ ਦੱਸਿਆ ਹੈ ਕਿ ਅੱਜ ਦਿਨ ਹੈ 11ਵੀਂ ਪਾਕ ਵਾਲਾ, ਮੀਰਾਂ ਦੀਆਂ ਸ਼ਾਨਾਂ ਕੀ ਦੱਸਾਂ, ਮੇਰੇ ਗੌਸ ਦੇ ਦਰ ਦੇ ਕੂਕਰ ਵੀ ਸ਼ੇਰਾਂ 'ਤੇ ਕਾਬਿਜ਼ ਹੋ ਜਾਂਦੇ, ਮੇਰੇ ਗੌਸ ਦੇ ਦਰ ਦੇ ਕੂਕਰ ਵੀ ਸ਼ੇਰਾਂ 'ਤੇ ਕਾਬਿਜ਼ ਹੋ ਜਾਂਦੇ। ਇਹ ਸ਼ਾਨ ਹੈ ਦਰ ਦੇ ਕੂਕਰ ਦੀ, ਮੀਰਾਂ ਦੀਆਂ ਸ਼ਾਨਾਂ ਕੀ ਦੱਸਾਂ। ਕਹਿੰਦੇ ਹਜ਼ੂਰ ਦੀ ਸ਼ਾਨ ਤਾਂ ਬਹੁਤ ਬੜੀ ਹੈ, ਉਹਨਾਂ ਦੇ ਦਰ ਦੇ ਤਾਂ ਕੁੱਤੇ ਵੀ ਸ਼ੇਰਾਂ 'ਤੇ ਕਾਬਿਜ਼ ਹੋ ਜਾਂਦੇ ਹੈ, ਉਹਨਾਂ ਦੇ ਦਰ ਦੇ ਕੁੱਤੇ ਵੀ ਸ਼ੇਰਾਂ ਨੂੰ ਜਿੱਤ ਲੈਂਦੇ ਹੈ। ਇਸ ਲਈ ਕਹਿੰਦੇ ਜਿਹਨਾਂ ਦੇ ਦਰ ਦੇ ਕੁੱਤੇ ਦੇ ਅੰਦਰ ਇਹ ਸ਼ਾਨ ਹੈ ਕਿ ਉਹ ਸ਼ੇਰ ਨੂੰ ਜਿੱਤ ਲੈਂਦਾ ਹੈ, ਫਿਰ ਜ਼ਰਾ ਸੋਚੋ ਕਿ ਦਰ ਦੇ ਸੰਗ, ਦਰ ਦੇ ਕੂਕਰ ਦੀ ਇੰਨੀ ਤਾਕਤ, ਤਾਂ ਜਿਹੜਾ ਉਸ ਦਰ ਦਾ ਮਾਲਿਕ ਹੋਏਗਾ ਉਹਦੀ ਵਡਿਆਈ ਕੀ ਹੋਏਗੀ, ਉਹਦੀ ਸ਼ਾਨ ਕੀ ਹੋਏਗੀ। ਇਸ ਲਈ ਸ਼ਬਦ ਅੰਦਰ ਦੱਸਿਆ ਹੈ ਕਿ ਮੀਰਾਂ ਦੇ ਦਰ ਦਾ ਕੂਕਰ ਵੀ ਸ਼ੇਰਾਂ 'ਤੇ ਕਾਬਿਜ਼ ਹੋ ਜਾਵੇ, ਇਹ ਸ਼ਾਨ ਹੈ ਦਰ ਦੇ ਕੂਕਰ ਦੀ, ਮੀਰਾਂ ਦੀਆਂ ਸ਼ਾਨਾਂ ਕੀ ਦੱਸਾਂ। ਇਹਦੇ ਨਾਲ ਵੀ ਕਹਾਣੀ ਜੁੜੀ ਹੈ, ਪਰ ਸਾਨੂੰ ਯਾਦ ਹੈ ਕਹਾਣੀ ਅਸੀਂ ਸੁਣਾ ਚੁੱਕੇ ਹਾਂ ਕਿ ਕਿਸ ਤਰ੍ਹਾਂ ਹਜ਼ੂਰ ਦੇ ਦਰ ਦੇ ਕੂਕਰ ਨੇ ਇੱਕ ਸ਼ੇਰ ਨੂੰ ਕਾਬਿਜ਼ ਕੀਤਾ ਸੀ। ਸੁਣੀਏ ਜਾਂ ਨਹੀਂ, ਕਿ ਇੱਕ ਬਹੁਤ ਬੜਾ ਬਲੀ ਸੀ, ਬਹੁਤ ਬੜਾ ਫਕੀਰ ਸੀ, ਉਹ ਸ਼ੇਰ 'ਤੇ ਸਵਾਰੀ ਕਰਦਾ ਹੁੰਦਾ ਸੀ। ਔਰ ਉਹਦਾ ਇਹ ਨਿਯਮ ਸੀ, ਜਦੋਂ ਵੀ ਕਿਸੇ ਪੀਰ ਫਕੀਰ ਨੂੰ ਮਿਲਣ ਜਾਂਦਾ ਸੀ ਤਾਂ ਜਿੱਥੇ ਵੀ ਉਹਨੇ ਜਾਣਾ, ਕਿਸੇ ਵੀ ਪੀਰ ਫਕੀਰ ਨੂੰ ਮਿਲਣ ਤਾਂ ਜਦੋਂ ਜਾਣਾ ਤਾਂ ਉਹਨੇ ਆਪਣੀ ਸ਼ਾਨ ਦਿਖਾਉਣ ਵਾਸਤੇ, ਆਪਣੀ ਵਡਿਆਈ ਦਿਖਾਉਣ ਵਾਸਤੇ ਉਹਨਾਂ ਨੂੰ ਕਹਿਣਾ ਕਿ ਮੇਰੇ ਵੀ ਭੋਜਨ ਦਾ ਪ੍ਰਬੰਧ ਕੀਤਾ ਜਾਵੇ ਤਾਂ ਮੇਰੇ ਸ਼ੇਰ ਦੇ ਭੋਜਨ ਦਾ ਵੀ ਪ੍ਰਬੰਧ ਕੀਤਾ ਜਾਵੇ। ਤਾਂ ਕਿਸੇ ਨੇ ਬੱਕਰੀ ਦੇ ਦੇਣੀ, ਕਿਸੇ ਨੇ ਭੇਡ ਦੇ ਦੇਣੀ। ਤਾਂ ਇੱਕ ਵਾਰ ਇਹ ਫਕੀਰ ਜੋ ਆਪਣੇ ਆਪ ਨੂੰ ਬਹੁਤ ਬੜਾ ਬਲੀ ਕਹਿੰਦਾ ਸੀ, ਇੱਕ ਨਗਰ 'ਚ ਪਹੁੰਚਿਆ। ਉਸ ਨਗਰ ਦੇ ਫਕੀਰ ਨੂੰ ਜਦੋਂ ਇਹਨਾਂ ਸੁਨੇਹਾ ਭੇਜਿਆ ਤਾਂ ਫਕੀਰ ਨੇ ਬੱਕਰੀ ਭੇਜੀ ਜਿਹਨੂੰ ਸ਼ੇਰ ਨੇ ਖੁਰਾਕ ਬਣਾਇਆ ਆਪਣੀ। ਪਰ ਇਸ ਫਕੀਰ ਨੂੰ ਪਤਾ ਸੀ ਕਿ ਬਗਦਾਦ ਵਿੱਚ ਹਜ਼ੂਰ ਗੌਸ ਪੀਰਾਂ ਨੇ ਪੀਰ ਹੈ, ਅਗਰ ਇਹਨੂੰ ਉੱਥੇ ਭੇਜ ਦਿੱਤਾ ਜਾਵੇ ਤਾਂ ਇਹਦਾ ਸਾਰਾ ਹੰਕਾਰ ਖਤਮ ਹੋ ਜਾਏਗਾ, ਇਹਨਾਂ ਸਭ ਨੂੰ ਤੰਗ ਕੀਤਾ, ਪਰੇਸ਼ਾਨ ਕੀਤਾ ਹੈ ਕਿ ਅਗਰ ਕੋਈ ਮੇਰੀ ਨਾ ਮੰਨੇਗਾ ਮੈਨੂੰ ਜਾਂ ਮੇਰੇ ਸ਼ੇਰ ਨੂੰ ਸਤਿਕਾਰ ਨਹੀਂ ਦੇਵੇਗਾ ਤਾਂ ਮੈਂ ਉਹਨੂੰ ਬਰਬਾਦ ਕਰ ਦਊਂ। ਕਿਉਂਕਿ ਜ਼ਿਆਦਾਤਰ ਜਿਹਨਾਂ ਕੋਲ ਤਾਕਤ ਆ ਜਾਂਦੀ ਹੈ, ਸ਼ਕਤੀ ਆ ਜਾਂਦੀ, ਉਹ ਭਲਾ ਕਰਨ ਵੱਲ ਘੱਟ ਤਾਂ ਬਰਬਾਦ ਕਰਨ ਵੱਲ ਜ਼ਿਆਦਾ ਤੁਰਦੇ ਹੈ। ਪਰ ਜਿਹੜੇ ਸਹੀ ਮਾਇਨੇ 'ਚ ਫਕੀਰ ਹੁੰਦੇ ਹੈ, ਉਹਨਾਂ ਦੀ ਤਾਕਤ ਜਿੱਦਾਂ ਜਿੱਦਾਂ ਵੱਧਦੀ ਹੈ ਨਾ, ਉਹ ਲੋਕਾਂ ਦਾ ਭਲਾ ਕਰਨ ਦੇ ਵਿੱਚ ਆਪਣੀ ਉਹ ਤਾਕਤ ਦਾ ਉਪਯੋਗ ਕਰਦੇ ਹੈ। ਉਹਨਾਂ ਦੀ ਕੋਈ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਤਰ੍ਹਾਂ ਇਹ ਸਮਾਜ ਦਾ ਭਲਾ ਕੀਤਾ ਜਾਵੇ, ਸੰਸਾਰ ਦਾ ਭਲਾ ਕੀਤਾ ਜਾਵੇ, ਕਿਸ ਤਰ੍ਹਾਂ ਰੋਂਦਿਆਂ ਨੂੰ ਹਸਾਇਆ ਜਾਵੇ। ਜੇ ਅਗਰ ਪਰਮਾਤਮਾ ਨੇ ਸਾਨੂੰ ਸ਼ਕਤੀ ਦਿੱਤੀ ਹੈ, ਤਾਕਤ ਦਿੱਤੀ ਹੈ, ਔਰ ਸਾਡੀ ਇਸ ਤਾਕਤ ਦੇ ਨਾਲ ਕੋਈ ਰੋਂਦਾ ਹੱਸ ਸਕਦਾ ਹੈ, ਤਾਂ ਫਿਰ ਸਾਨੂੰ ਉਹਨੂੰ ਹਸਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਨਾ ਕਿ ਹੱਸਦਿਆਂ ਹੋਇਆਂ ਨੂੰ ਰਵਾਉਣ ਦੀ। ਫਰਜ਼ ਕਰੋ ਇੱਕ ਪਹਿਲਵਾਨ ਹੈ, ਜੇ ਰੱਬ ਨੇ ਉਹਦੀਆਂ ਬਾਹਾਂ 'ਚ ਤਾਕਤ ਦਿੱਤੀ ਹੈ ਤਾਂ ਹੁਣ ਉਹ ਆਪਣੀ ਇਹ ਤਾਕਤ ਨਾਲ ਕਿਸੇ ਨੂੰ ਗਿਰਾ ਵੀ ਸਕਦਾ ਹੈ,
ਕਿਸੇ ਨੂੰ ਮਾਰ ਵੀ ਸਕਦਾ ਹੈ ਤਾਂ ਆਪਣੀ ਇਹ ਤਾਕਤ ਨਾਲ ਗਿਰੇ ਹੋਏ ਨੂੰ ਉਠਾ ਵੀ ਸਕਦਾ ਹੈ, ਕਿਸੇ ਨੂੰ ਬਚਾ ਵੀ ਸਕਦਾ ਹੈ। ਹੁਣ ਤਾਕਤ ਉਹਨੂੰ ਰੱਬ ਨੇ ਦਿੱਤੀ ਹੈ, ਪਰ ਉਹਦਾ ਉਪਯੋਗ ਕਿੱਦਾਂ ਕਰਨਾ ਹੈ ਇਹ ਉਹਦੀ ਆਪਣੀ ਸਮਝ ਹੈ। ਇਸ ਲਈ ਹਮੇਸ਼ਾ ਯਾਦ ਰੱਖੋ ਕਿ ਅਗਰ ਉਹ ਮਾਲਿਕ ਪਰਮਾਤਮਾ ਤੁਹਾਨੂੰ ਵੀ ਕੋਈ ਅਹੁਦਾ ਦਿੰਦਾ ਹੈ, ਕੋਈ ਸ਼ਕਤੀ ਦਿੰਦਾ ਹੈ, ਕੋਈ ਤਾਕਤ ਦਿੰਦਾ ਹੈ, ਚਾਹੇ ਜਿਸਮਾਨੀ ਹੈ, ਰੂਹਾਨੀ ਹੈ, ਚਾਹੇ ਕੋਈ ਵੀ ਹੈ, ਕਿਉਂਕਿ ਕਈ ਵਾਰ ਬੰਦਾ ਕਿਸੇ ਪੋਸਟ 'ਤੇ ਬੈਠਦਾ ਹੈ, ਕਿਸੇ ਪਦਵੀ 'ਤੇ ਬਹਿੰਦਾ ਹੈ, ਜਾਂ ਇਨਸਾਨ ਨੂੰ ਕਿਸੇ ਚੀਜ਼ ਦਾ ਨੌਲੇਜ ਹੈ, ਗਿਆਨ ਹੈ, ਕੋਈ ਡਾਕਟਰ ਹੈ, ਕੋਈ ਸਾਇੰਟਿਸਟ ਹੈ, ਕੋਈ ਵਕੀਲ ਹੈ, ਯਾਨੀ ਕਿਸੇ ਵੀ ਅਹੁਦੇ 'ਤੇ ਹੈ ਅਸੀਂ, ਜੇ ਪਰਮਾਤਮਾ ਨੇ ਸਾਨੂੰ ਕੋਈ ਅਹੁਦਾ ਦਿੱਤਾ ਹੈ ਤਾਂ ਇਹੀ ਕੋਸ਼ਿਸ਼ ਕਰੋ ਕਿ ਅਸੀਂ ਇਸ ਤਾਕਤ ਦਾ ਸਹੀ ਇਸਤੇਮਾਲ ਕਰੀਏ, ਜਿਹਦੇ 'ਚ ਲੋਕਾਂ ਦਾ, ਸਮਾਜ ਦਾ ਭਲਾ ਹੋਵੇ, ਕਿਉਂਕਿ ਰੱਬ ਦੇ ਪਿਆਰਿਆਂ ਦਾ ਕੰਮ ਇਹੀ ਹੈ ਕਿ ਉਹ ਰੋਂਦਿਆਂ ਨੂੰ ਹਸਾਉਂਦੇ ਹੈ, ਉਹ ਗਿਰਿਆਂ ਨੂੰ ਉਠਾਉਂਦੇ ਹੈ, ਉਹ ਇਹੀ ਕੋਸ਼ਿਸ਼ ਕਰਦੇ ਕਿ ਕਿਸੇ ਤਰ੍ਹਾਂ ਜੋ ਵੀ ਇਨਸਾਨ ਦੁਖੀ ਹੈ, ਅਸ਼ਾਂਤ ਹੈ, ਉਹਨੂੰ ਸ਼ਾਂਤੀ ਦੀ ਤਰਫ ਲੈ ਕੇ ਚੱਲੀਏ, ਉਹਨੂੰ ਉਸ ਪ੍ਰੇਮ ਦੀ ਤਰਫ ਲੈ ਕੇ ਚੱਲੀਏ ਤਾਂ ਕਿ ਉਹਦਾ ਜੀਵਨ ਵੀ ਖੁਸ਼ਨੁਮਾ ਹੋ ਸਕੇ। ਪਰ ਇਹਦੇ ਅੰਦਰ ਹੰਕਾਰ ਸੀ, ਇਸ ਲਈ ਕਹਾਣੀ ਕੀ ਦੱਸਦੀ ਹੈ ਕਿ ਜਦੋਂ ਇਹ ਪਹੁੰਚਿਆ ਉਸ ਫਕੀਰ ਦੇ ਕੋਲ, ਫਕੀਰ ਨੇ ਬੱਕਰੀ ਦਿੱਤੀ ਸ਼ੇਰ ਦੇ ਵਾਸਤੇ, ਔਰ ਉਸਨੂੰ ਮਿਲਣ ਵੀ ਆਇਆ ਤਾਂ ਨਾਲ ਹੀ ਕਹਿ ਦਿੱਤਾ ਉਸ ਫਕੀਰ ਨੂੰ ਜਿਹੜਾ ਹੰਕਾਰ ਨਾਲ ਭਰਿਆ ਸੀ ਕਿ ਅਗਰ ਤੁਸੀਂ ਬਗਦਾਦ ਚਲੇ ਜਾਓ ਤਾਂ ਬਗਦਾਦ 'ਚ ਤੁਹਾਡੀ ਵੀ ਔਰ ਤੁਹਾਡੇ ਸ਼ੇਰ ਦੀ ਵੀ ਬੜੀ ਸੇਵਾ ਹੋਏਗੀ, ਬੜੀ ਸੇਵਾ ਹੋਏਗੀ, ਉੱਥੇ ਚਲੇ ਜਾਓ, ਕਿਉਂਕਿ ਉੱਥੇ ਵੀ ਇੱਕ ਫਕੀਰ ਰਹਿੰਦੇ ਹੈ ਜਿਹਨਾਂ ਨੂੰ ਅਬਦੁਲ ਕਾਦਰ ਸ਼ਾਹੇ ਜਿਲਾਨੀ ਕਿਹਾ ਜਾਂਦਾ ਹੈ। ਇਹਨਾਂ ਕਿਹਾ ਅੱਛਾ ਉੱਥੇ ਬੜੀ ਸੇਵਾ ਹੋਏਗੀ, ਇਹ ਕਹਿੰਦਾ ਹਾਂ ਜਾਓ ਬੜੀ ਸੇਵਾ ਹੋਏਗੀ। ਹੁਣ ਸੇਵਾ ਵੀ ਦੋ ਪ੍ਰਕਾਰ ਦੀ ਹੁੰਦੀ ਹੈ, ਨਾਲੇ ਫਕੀਰ ਹੱਸਿਆ ਵੀ ਜਾਓ ਉੱਥੇ ਬੜੀ ਸੇਵਾ ਹੋਏਗੀ। ਹੁਣ ਇਹਨਾਂ ਇਹ ਹੰਕਾਰੀ ਫਕੀਰ ਨੇ ਸੋਚਿਆ ਕਿ ਸ਼ਾਇਦ ਉੱਦਾਂ ਸੇਵਾ ਹੋਣੀ, ਪਰ ਉਹ ਫਕੀਰ ਦੇ ਕਹਿਣ ਦਾ ਮਤਲਬ ਸੀ ਜਾਓ ਜ਼ਰਾ ਫਿਰ ਤੁਹਾਡੀ ਉੱਥੇ ਬੜੀ ਸੇਵਾ ਹੋਏਗੀ। ਚਲੋ ਸਮਝਦੇ ਹੋ, ਕਿਉਂਕਿ ਇੱਕ ਸੇਵਾ ਕਿਹੜੀ ਹੁੰਦੀ ਜਿਹੜੀ ਵਾਕਈ ਬੰਦਾ ਕਰਦਾ ਹੈ, ਜਲ ਪਾਣੀ, ਅਤੇ ਇੱਕ ਦੂਜੀ ਸੇਵਾ ਵੀ ਹੁੰਦੀ ਹੈ। ਸਮਝਦੇ ਹੋ ਕਿ ਨਹੀਂ, ਕਿਹੜਾ ਕਿਹੜਾ ਸਮਝਦਾ ਉਹ ਸੇਵਾ ਨੂੰ? ਕਦੀ ਤੁਸੀਂ ਮੋਟਰਸਾਈਕਲ ਲੈ ਕੇ ਨਿਕਲੇ ਹੋ, ਕਾਗਜ਼ ਪੂਰੇ ਨਹੀਂ ਹੈ, ਕਿਸੇ ਨਾਕੇ 'ਤੇ ਤੁਹਾਨੂੰ ਰੋਕ ਲਿਆ, ਤਾਂ ਫਿਰ ਉੱਥੇ ਵੀ ਕਹਿੰਦੇ ਆ ਜਾ ਭਾਈ ਮੈਂ ਤੇਰੀ ਸੇਵਾ ਕਰੀਏ। ਹੁਣ ਬੰਦਾ ਇਹ ਨਾ ਸੋਚੇ ਕਿ ਅੰਦਰ ਜਾ ਕੇ ਕੋਈ ਚਾਹ ਸਮੋਸੇ ਪਕੌੜੇ ਖਿਲਾਣੇ ਹੈ, ਉੱਥੇ ਪਟਿਆਲੀ ਸੇਵਾ ਚੱਲਦੀ ਹੈ। ਸੋ ਇਹ ਫਕੀਰ ਵੀ ਹੱਸਿਆ, ਕਹਿੰਦਾ ਉੱਥੇ ਜਾਓ ਬੜੀ ਸੇਵਾ ਹੋਏਗੀ। ਹੁਣ ਇਹ ਹੰਕਾਰੀ ਦੇ ਮਨ 'ਚ ਆ ਗਿਆ, ਠੀਕ ਹੈ ਫਿਰ ਹੁਣ ਉੱਥੇ ਜਾਵਾਂਗੇ। ਯਾਤਰਾ ਕਰਦਾ ਹੋਇਆ ਬਗਦਾਦ ਪਹੁੰਚ ਗਿਆ, ਜਦੋਂ ਬਗਦਾਦ ਪਹੁੰਚਿਆ ਤਾਂ ਹਜ਼ੂਰ ਨੂੰ, ਕਿਉਂਕਿ ਨਾਲ ਸੇਵਕ ਹੁੰਦੇ ਸੀ, ਸੁਨੇਹਾ ਪਹਿਲਾਂ ਹੀ ਭੇਜ ਦਿੰਦਾ ਸੀ ਕਿ ਮੈਂ ਆ ਗਿਆ ਮੇਰੇ ਸ਼ੇਰ ਦਾ ਔਰ ਮੇਰਾ ਇੰਤਜ਼ਾਮ ਕੀਤਾ ਜਾਵੇ। ਇਸ ਲਈ ਸੇਵਕ ਸੁਨੇਹਾ ਲੈ ਕੇ ਹਜ਼ੂਰ ਦੇ ਕੋਲ ਆਏ ਕਿ ਹਜ਼ੂਰ ਇਸ ਤਰ੍ਹਾਂ ਇੱਕ ਵਲੀ ਆਇਆ ਹੈ ਸ਼ੇਰ 'ਤੇ ਸਵਾਰ, ਔਰ ਉਹਨੇ ਕਿਹਾ ਹੈ ਕਿ ਮੇਰੇ ਸ਼ੇਰ ਵਾਸਤੇ ਵੀ ਕੋਈ ਭੋਜਨ ਦਾ ਪ੍ਰਬੰਧ ਕੀਤਾ ਜਾਵੇ, ਤਾਂ ਮੇਰੇ ਵੀ ਸਨਮਾਨ ਵਾਸਤੇ ਪੂਰਾ ਪ੍ਰਬੰਧ ਕੀਤਾ ਜਾਵੇ। ਤਾਂ ਹਜ਼ੂਰ ਹੱਸੇ, ਕਹਿੰਦੇ ਠੀਕ ਹੈ ਫਿਰ ਉਹਦੇ ਸ਼ੇਰ ਦਾ ਵੀ ਪ੍ਰਬੰਧ ਕਰ ਦਿੰਦੇ ਹਾਂ। ਆਪਣੇ ਸੇਵਕ ਨੂੰ ਇਸ਼ਾਰਾ ਕੀਤਾ ਕਿ ਭਾਈ ਤੂੰ ਵੀ ਇੱਕ ਬੱਕਰੀ ਲੈ ਜਾ, ਸ਼ੇਰ ਦਾ ਪ੍ਰਬੰਧ ਕਰ ਦੇ। ਹੁਣ ਜਦੋਂ ਬੱਕਰੀ ਲੈ ਕੇ ਤੁਰਿਆ ਹਜ਼ੂਰ ਦਾ ਸੇਵਕ, ਤਾਂ ਨਾਲ ਹੀ ਹਜ਼ੂਰ ਦੇ ਦਰ ਦੇ ਬਾਹਰ ਇੱਕ ਮਰੀਅਲ ਕੁੱਤਾ ਬੈਠਾ ਸੀ ਸਾਹਮਣੇ, ਦਰਵਾਜ਼ੇ ਦੇ ਸਾਹਮਣੇ। ਹਜ਼ੂਰ ਨੇ ਉਹਦੇ ਵੱਲ ਦੇਖਿਆ, ਇਸ਼ਾਰਾ ਕੀਤਾ, ਕੁੱਤਾ ਵੀ ਬੱਕਰੀ ਦਾ ਮਗਰ ਤੁਰ ਪਿਆ। ਲਿਖਤ ਵਿੱਚ ਕਿਤੇ ਗਾਉਂ ਆਇਆ, ਕਿਤੇ ਬੱਕਰੀ ਆਇਆ, ਪਰ ਅਸੀਂ ਦੋਨੇ ਕਹਿ ਦੇਣਾ ਚਾਹਾਂਗੇ, ਨਹੀਂ ਤਾਂ ਦਰਅਸਲ ਕਹਿਣ ਵਾਲੇ ਲੈ ਉੱਥੇ ਕਿਤਾਬਾਂ 'ਚ ਤਾਂ ਗਾਉਂ ਲਿਖਿਆ ਸੀ, ਇਹਨਾਂ ਨੇ ਬੱਕਰੀ ਕਹਿ ਦਿੱਤਾ, ਕਿਉਂਕਿ ਸਮਝਣ ਵਾਲੇ ਘੱਟ ਹੁੰਦੇ ਤਾਂ ਨੁਕਸ ਕੱਢਣ ਵਾਲੇ ਜ਼ਿਆਦਾ ਹੁੰਦੇ ਹੈ। ਇਸ ਲਈ ਦੋ ਹੀ ਚੀਜ਼ਾਂ ਕਹਿ ਦਈਏ, ਕਿਸੇ ਕਿਤੇ ਲਿਖਿਆ ਬੱਕਰੀ ਭੇਜੀ, ਕਿਤੇ ਲਿਖਿਆ ਗਾਉਂ ਭੇਜੀ,
ਪਰ ਜਿੱਦਾਂ ਹੀ ਭੇਜਿਆ ਹਜ਼ੂਰ ਨੇ ਕੁੱਤੇ ਦੀ ਤਰਫ ਦੇਖਿਆ, ਕੁੱਤੇ ਨੂੰ ਇਸ਼ਾਰਾ ਕੀਤਾ, ਬੜਾ ਸੁੱਕਾ ਮਰੀਅਲ ਜਿਹਾ ਕੁੱਤਾ ਸੀ, ਉੱਠ ਕੇ ਉਹ ਵੀ ਮਗਰ ਮਗਰ ਤੁਰ ਪਿਆ। ਇੱਧਰ ਜਦੋਂ ਇਹ ਬੱਕਰੀ ਪਹੁੰਚੀ ਉਸ ਜਗ੍ਹਾ ਜਿੱਥੇ ਉਹ ਸ਼ੇਰ ਦੇ ਨਾਲ ਉਹ ਫਕੀਰ ਬੈਠਾ ਹੈ, ਜਿੱਦਾਂ ਹੀ ਬੱਕਰੀ ਨੂੰ ਦੇਖਿਆ ਤਾਂ ਉਸ ਵੇਲੇ ਆਪਣੇ ਸ਼ੇਰ ਦੀ ਤਰਫ ਇਸ਼ਾਰਾ ਕੀਤਾ ਇਸਨੇ, ਜਾ ਵੀ ਤੇਰੀ ਖੁਰਾਕ ਆ ਗਈ, ਪਹਿਲਾਂ ਤੂੰ ਖਾ ਫਿਰ ਮੈਂ ਜਾਂਦਾ ਹੈ, ਫਿਰ ਮੇਰਾ ਦੇਖ ਕੀ ਮਾਣ ਸਤਿਕਾਰ ਹੁੰਦਾ ਹੈ। ਕਹਿੰਦੇ ਸ਼ੇਰ ਨੂੰ ਇਸ਼ਾਰਾ ਕੀਤਾ, ਸ਼ੇਰ ਦੌੜਿਆ ਬੱਕਰੀ ਤਰਫ, ਇੱਧਰ ਸ਼ੇਰ ਦੌੜਿਆ ਉੱਧਰ ਬੱਕਰੀ ਦੇ ਪਿੱਛੇ ਤੁਰਿਆ ਤੁਰਿਆ ਕੁੱਤਾ ਵੀ ਦੌੜ ਪਿਆ ਸ਼ੇਰ ਦੀ ਤਰਫ। ਇਹਦਾ ਜ਼ਰਾ ਦੇਖੋ ਫਰਕ ਦੇਖੋ, ਹਮੇਸ਼ਾ ਜਦੋਂ ਸ਼ੇਰ ਦੌੜਦਾ ਹੈ ਤਾਂ ਸਾਰੇ ਜਾਨਵਰ ਉਹਨੂੰ ਦੇਖ ਕੇ ਦੌੜਦੇ ਹੈ, ਪਰ ਦੌੜਦੇ ਕਿੱਧਰ ਨੂੰ ਹੈ? ਸ਼ੇਰ ਤੋਂ ਬਚਣ ਦੀ ਖਾਤਰ ਕਿ ਮੌਤ ਆ ਗਈ। ਬੋਲ ਇੱਦਾਂ ਹੁੰਦਾ ਨਾ, ਸਵੇਰ ਨੂੰ ਜੰਗਲ 'ਚ ਸ਼ੇਰ ਦਹਾੜ ਮਾਰ ਕੇ ਦੌੜਦਾ ਹੈ ਤਾਂ ਹਿਰਨ ਵੀ ਦੌੜਦਾ ਹੈ, ਹੋਰ ਵੀ ਜਾਨਵਰ ਦੌੜਦੇ ਹੈ, ਜਿੰਨੇ ਵੀ ਉੱਥੇ ਜਾਨਵਰ ਹੁੰਦੇ ਸਾਰੇ ਦੌੜਦੇ ਹੈ, ਪਰ ਉਹਨਾਂ ਦਾ ਦੌੜਨਾ ਹੁੰਦਾ ਆਪਣੀ ਜਾਨ ਬਚਾਉਣ ਵਾਸਤੇ ਕਿ ਸ਼ੇਰ ਸਾਨੂੰ ਪਕੜ ਨਾ ਲਵੇ। ਇੱਕ ਖਰਗੋਸ਼ ਤੋਂ ਲੈ ਕੇ ਇੱਕ ਬੜੇ ਤੋਂ ਬੜਾ ਭੈਂਸਾ, ਬੜੇ ਤੋਂ ਬੜਾ ਜਾਨਵਰ ਤੱਕ ਦੌੜਦਾ ਹੈ, ਕਿਉਂਕਿ ਕਈ ਜੰਗਲੀ ਭੈਂਸੇ ਜੰਗਲ 'ਚ ਹੁੰਦੇ ਹੈ, ਦੌੜਦੇ ਹੈ ਕਿ ਸ਼ੇਰ ਸਾਨੂੰ ਪਕੜ ਨਾ ਲਵੇ। ਹੁਣ ਇੱਧਰ ਸ਼ੇਰ ਦੌੜਿਆ ਬੱਕਰੀ ਦੀ ਤਰਫ, ਕੁੱਤਾ ਵੀ ਦੌੜਿਆ, ਗੌਂਸ ਦੇ ਦਰ ਦਾ ਕੂਕਰ ਵੀ ਦੌੜਿਆ, ਪਰ ਉਹ ਕੂਕਰ ਸ਼ੇਰ ਤੋਂ ਡਰ ਕੇ ਨਹੀਂ ਦੌੜਿਆ, ਬਲਕਿ ਸ਼ੇਰ ਦੀ ਤਰਫ ਦੌੜਿਆ। ਇੱਧਰ ਸ਼ੇਰ ਬੱਕਰੀ ਦੇ ਝਪਟਣ ਲੱਗਾ, ਉਸ ਤੋਂ ਪਹਿਲਾਂ ਹੀ ਕੂਕਰ ਦੌੜਿਆ, ਉਹਨੇ ਛਾਲ ਮਾਰ ਕੇ ਸ਼ੇਰ ਨੂੰ ਇੱਥੋਂ ਪਕੜ ਲਿਆ ਗਰਦਨ ਤੋਂ, ਔਰ ਕਹਿੰਦੇ ਐਸਾ ਪਕੜਿਆ ਉਹਦੀ ਗਰਦਨ ਨੂੰ ਸ਼ੇਰ ਦੀ ਨੂੰ, ਕਿ ਸ਼ੇਰ ਉੱਥੇ ਤੜਫ ਤੜਫ ਕੇ ਮਰ ਗਿਆ ਸ਼ੇਰ। ਹੁਣ ਇਹ ਫਕੀਰ ਦੇਖ ਕੇ ਹੈਰਾਨ ਰਹਿ ਗਿਆ ਕਿ ਇੱਕ ਮਰੀਅਲ ਜਿਹਾ ਕੁੱਤਾ ਕਿਹਦਾ ਕੁੱਤਾ ਹੈ ਜਿਸਨੇ ਮੇਰੇ ਸ਼ੇਰ ਨੂੰ ਮਾਰ ਦਿੱਤਾ, ਕਿਉਂਕਿ ਸ਼ੇਰ ਬੱਬਰ ਸ਼ੇਰ ਕੋਈ ਸਧਾਰਨ ਸ਼ੇਰ ਵੀ ਨਹੀਂ ਹੈ, ਜੰਗਲ ਦਾ ਰਾਜਾ ਜਿਹੜਾ ਬੜੇ ਬੜੇ ਜਾਨਵਰਾਂ ਨੂੰ ਚੁਟਕੀ ਵਜਾਉਂਦੇ ਖਤਮ ਕਰ ਸਕਦਾ ਹੈ, ਯਾਨੀ ਬੜੇ ਬੜੇ ਜਾਨਵਰਾਂ ਨੂੰ ਮਾਰਨ ਵਾਲਾ ਸ਼ੇਰ, ਕਿਹਦਾ ਕੁੱਕਰ ਹੈ, ਕਿਹੜਾ ਕੁੱਤਾ ਹੈ ਇਹ ਮਰੀਅਲ ਜਿਹਾ ਕੁੱਤਾ ਜਿਹਨੇ ਮੇਰੇ ਸ਼ੇਰ ਨੂੰ ਮਾਰ ਦਿੱਤਾ? ਤਾਂ ਜਿਹੜਾ ਸੇਵਕ ਬੱਕਰੀ ਲੈ ਕੇ ਆਇਆ ਸੀ ਨਾ, ਉਹਨੇ ਕਿਹਾ ਕਿ ਇਹ ਫਕੀਰ ਇਹ ਸ਼ੇਰ ਹੋਏਗਾ ਤੇਰਾ, ਪਰ ਇਹ ਕੁੱਤਾ ਹੈ ਮੇਰੇ ਗੌਂਸ ਦਾ, ਇਹ ਕੁੱਤਾ ਮੇਰੇ ਗੌਂਸ ਦੇ ਦਰ ਦਾ ਆ, ਔਰ ਜਿਹੜਾ ਮੇਰੇ ਗੌਂਸ ਦੇ ਦਰ ਦਾ ਕੁੱਤਾ ਵੀ ਹੋਵੇ ਨਾ, ਉਹ ਇੱਕ ਸ਼ੇਰ ਕੀ ਹਜ਼ਾਰਾਂ ਸ਼ੇਰਾਂ ਦੇ ਬਰਾਬਰ ਹੈ, ਯਾਨੀ ਇਕੱਲਾ ਹੀ ਹਜ਼ਾਰਾਂ ਦੇ ਬਰਾਬਰ ਹੈ, ਇਸ ਲਈ ਮੇਰੇ ਗੌਂਸ ਦੇ ਦਰ ਦੇ ਕੁੱਕਰ। ਉਹਨਾਂ ਦੀ ਸ਼ਾਨ ਇੰਨੀ ਹੈ, ਕਹਿੰਦੇ ਸ਼ੇਰਾਂ ਤੇ ਕਾਬਿਜ਼ ਹੋ ਜਾਵੇ, ਇਹ ਸ਼ਾਨ ਹੈ ਦਰ ਦੇ ਕੂਕਰ ਦੀ, ਮੀਰਾਂ ਦੀਆਂ ਸ਼ਾਨਾਂ ਕੀ ਦੱਸਾਂ। ਕਹਿੰਦੇ ਜਦੋਂ ਸ਼ੇਰ ਨੂੰ ਮਾਰਿਆ ਔਰ ਉਹਦੀ ਸ਼ਾਨ ਦੇਖੀ ਕਿ ਕੂਕਰ ਨੇ ਸ਼ੇਰ ਨੂੰ ਖਤਮ ਕਰ ਦਿੱਤਾ, ਤਾਂ ਉੱਥੇ ਬਲੀ ਨੂੰ ਪਤਾ ਲੱਗ ਗਿਆ ਕਿ ਮੈਂ ਅੱਜ ਗਲਤ ਜਗ੍ਹਾ ਆ ਗਿਆ, ਕਿ ਇਹ ਕੋਈ ਫਕੀਰ ਮਾਮੂਲੀ ਫਕੀਰ ਨਹੀਂ ਹੈ, ਉਹ ਮੈਂ ਤਾਂ ਆਪਣੇ ਸ਼ੇਰ ਤੇ ਮਾਣ ਕਰਦਾ ਸੀ, ਉਹਦੇ ਦਰਦ ਦਾ ਕੂਕਰ ਵੀ ਸ਼ੇਰਾਂ ਨੂੰ ਚੀਰ ਕੇ ਰੱਖ ਦਿੰਦੇ ਹੈ। ਕਹਿੰਦੇ ਹੈ ਉਸ ਵੇਲੇ ਆਪਣੀ ਗਲਤੀ ਦਾ ਅਹਿਸਾਸ ਹੋਇਆ, ਤਾਂ ਫਿਰ ਉਹ ਬਲੀ ਗਿਆ ਹਜ਼ੂਰ ਦੇ ਕਦਮਾਂ ਜਾ ਕੇ ਉਸਨੇ ਸਿਰ ਰੱਖਿਆ। ਇਸ ਲਈ ਇਸ ਕਹਾਣੀ ਨੂੰ, ਇਸ ਸਾਖੀ ਨੂੰ ਇਹ ਸ਼ਬਦ ਵਿੱਚ ਦੱਸਿਆ ਹੈ ਕਿ ਮੇਰੇ ਗੌਂਸ ਦੇ ਦਰ ਦਾ ਕੂਕਰ ਵੀ ਸ਼ੇਰਾਂ ਤੇ ਕਾਬਿਜ਼ ਹੋ ਜਾਵੇ। ਇਹ ਸ਼ਾਨ ਹੈ ਦਰ ਦੇ ਕੂਕਰ ਦੀ, ਮੀਰਾਂ ਦੀਆਂ ਸ਼ਾਨਾਂ ਕੀ ਦੱਸਾਂ। ਕਹਿੰਦੇ ਕੀ ਦੱਸਾਂ ਮੈਂ ਹਜ਼ੂਰ ਦੀਆਂ ਸ਼ਾਨਾਂ, ਉਹ ਫਕੀਰ ਦੀ ਸ਼ਾਨ ਕੀ ਦੱਸਾਂ ਮੈਂ, ਕਿ ਜਿਹਦੇ ਦਰ ਦੇ ਕੁੱਕਰ 'ਚ ਤਾਕਤ ਹੈ, ਸ਼ਕਤੀ ਹੈ, ਕਿਉਂਕਿ ਜਿਹੜਾ ਉਹਦਾ ਹੋ ਗਿਆ, ਕਿਉਂਕਿ ਸਭ ਤੋਂ ਪਹਿਲੀ ਗੱਲ ਇਹੀ ਹੈ,
ਕਿ ਤੁਸੀਂ ਵੀ ਜਿੱਤ ਸਕਦੇ ਹੋ ਬੜੀ ਤੋਂ ਬੜੀ ਤਾਕਤ ਨੂੰ, ਤੁਸੀਂ ਵੀ ਜਿੱਤ ਸਕਦੇ ਹੋ ਬੜੀ ਤੋਂ ਬੜੀ, ਜਿਹਨੂੰ ਬੰਦਾ ਕਹਿੰਦਾ ਬਹੁਤ ਬੜਾ, ਜਿੱਦਾਂ ਕਹਿੰਦੇ ਸ਼ੇਰ ਬਹੁਤ ਬੜਾ ਕੂਕਰ ਦੇ ਸਾਹਮਣੇ। ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਸਮਝ ਲਓ ਤੁਹਾਡੇ ਮੂਹਰੇ ਵੀ ਕੋਈ ਸ਼ੇਰ ਹੋਵੇ ਤਾਂ ਜ਼ਰਾ ਧਿਆਨ ਦੇਣਾ। ਅਸੀਂ ਇੱਕ ਗੱਲ ਦੱਸਾਂਗੇ ਤੁਹਾਨੂੰ ਕਿ ਕੋਈ ਵੀ ਸ਼ੇਰ ਜਾਂ ਕੂਕਰ 'ਚ ਫਰਕ ਕੀ ਹੈ ਕਿ ਅਗਰ ਦੇਖਿਆ ਵੀ ਕੁੱਤਾ ਵੀ ਚਾਰ ਪੈਰਾਂ 'ਤੇ ਚੱਲਦਾ ਹੈ ਤਾਂ ਸ਼ੇਰ ਵੀ ਚਾਰ ਪੈਰਾਂ 'ਤੇ ਚੱਲਦਾ ਹੈ। ਜੇ ਉੱਪਰੋਂ ਦੇਖਿਆ ਜਾਵੇ ਤਾਂ ਕੋਈ ਸਰੀਰਕ ਤੌਰ 'ਤੇ ਬਹੁਤਾ ਫਰਕ ਨਹੀਂ ਹੈ, ਪਰ ਸ਼ੇਰ ਨੂੰ ਇਸ ਲਈ ਸ਼ੇਰ ਕਿਹਾ ਜਾਂਦਾ ਹੈ ਕਿਉਂਕਿ ਸ਼ੇਰ ਕੋਲ ਜਿਗਰਾ ਹੈ, ਸ਼ੇਰ ਕੋਲ ਤਾਕਤ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਤਾਂ ਹੀ ਤਾਂ ਅਸੀਂ ਕਿਸੇ ਨੂੰ ਕਹਿੰਦੇ ਸ਼ੇਰ ਦਿਲ ਹੈ ਭਾਈ, ਇਹ ਨਹੀਂ ਡਰਦਾ ਕਿਸੇ ਤੋਂ, ਇਹ ਹਰ ਮੁਸੀਬਤ ਨਾਲ ਲੜਨ ਨੂੰ ਤਿਆਰ ਹੋ ਜਾਂਦਾ, ਸ਼ੇਰਾਂ ਵਰਗਾ ਜਿਗਰ ਪਾਇਆ ਇਸਨੇ। ਇਹ ਮਿਸਾਲ ਕਿਉਂ ਦਿੰਦੇ ਆ? ਜਿੱਥੇ ਬਹਾਦਰੀ ਹੋਵੇ, ਜਿੱਥੇ ਅੰਦਰ ਹਿੰਮਤ ਹੋਵੇ, ਹੌਸਲਾ ਹੋਵੇ, ਬੰਦਾ ਕਹਿੰਦਾ ਇਹ ਸ਼ੇਰ ਆ, ਇਹ ਸਾਡਾ ਸ਼ੇਰ, ਇਹ ਨਹੀਂ ਡਰਦਾ ਕਿਸੇ ਤੋਂ। ਮਿਸਾਲ ਦਿੰਦੇ ਆ ਕਿ ਨਹੀਂ? ਇਸੇ ਤਰ੍ਹਾਂ ਹੁਣ ਜੇ ਦੁਨਿਆਵੀ ਤੌਰ 'ਤੇ ਅਸੀਂ ਮਿਸਾਲ ਦੇ ਦਿੰਦੇ ਹਾਂ ਕਿ ਇਹ ਡਰਦਾ ਨਹੀਂ ਕਿਸੇ ਤੋਂ, ਇਹਦੇ ਕੋਲ ਸ਼ੇਰ ਵਾਲਾ ਦਿਲ ਹੈ, ਸ਼ੇਰ ਵਾਲਾ ਹੌਸਲਾ ਹੈ, ਇੱਥੋਂ ਕੀ ਪਤਾ ਲੱਗਦਾ ਹੈ ਕਿ ਅਗਰ ਤੁਹਾਡੇ ਮੂਹਰੇ ਵੀ ਬੜੀ ਤੋਂ ਬੜੀ ਮੁਸੀਬਤ ਹੋਵੇ ਨਾ, ਬੜੀ ਤੋਂ ਬੜੀ ਤਕਲੀਫ ਹੋਵੇ, ਅਗਰ ਤੁਸੀਂ ਆਪਣੇ ਹੌਸਲੇ ਨੂੰ ਬੜਾ ਕਰ ਲਓ, ਆਪਣੀ ਹਿੰਮਤ ਨੂੰ ਬੜਾ ਕਰ ਲਓ, ਆਪਣੇ ਜਿਗਰੇ ਨੂੰ ਬੜਾ ਕਰ ਲਓ, ਤਾਂ ਬੜੀ ਤੋਂ ਬੜੀ ਤਕਲੀਫ ਵੀ ਤੁਹਾਡੇ ਸਾਹਮਣੇ ਛੋਟੀ ਹੋ ਜਾਂਦੀ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਫਿਰ ਗੌਂਸ ਦੇ ਦਰ ਦੇ ਕੂਕਰ ਨੂੰ ਤਾਂ ਹਜ਼ੂਰ ਗੌਂਸ ਦਾ ਇਸ਼ਾਰਾ ਮਿਲਿਆ ਸੀ, ਹਜ਼ੂਰ ਗੌਂਸ ਦਾ ਪਿਆਰ ਮਿਲਿਆ ਸੀ। ਉਹ ਕਹਿ ਦਿੰਦੇ ਆ ਨਾ ਕਿ ਜੇ ਉਹਦੀ ਨਜ਼ਰ ਹੋ ਜਾਵੇ, ਜੇ ਉਹਦੀ ਕਿਰਪਾ ਹੋ ਜਾਵੇ ਤਾਂ ਫਿਰ ਨਾਮੁਮਕਿਨ ਵੀ ਮੁਮਕਿਨ ਹੋ ਜਾਂਦਾ ਹੈ, ਅਸੰਭਵ ਵੀ ਸੰਭਵ ਹੋ ਜਾਂਦਾ ਹੈ, ਫਿਰ ਤਾਂ ਪਿੰਗਲੇ ਵੀ ਪੌੜੀ ਚੜ ਜਾਂਦੇ ਹੈ ਅਗਰ ਉਹਦੀ ਕਿਰਪਾ ਹੋਵੇ। ਔਰ ਉਹਦੀ ਕਿਰਪਾ ਕਿਤੇ ਨਾ ਕਿਤੇ ਹਿੰਮਤ ਬਣ ਕੇ ਵੀ ਪ੍ਰਗਟ ਹੁੰਦੀ ਹੈ, ਕਿਤੇ ਨਾ ਕਿਤੇ ਹੌਸਲਾ ਬਣ ਕੇ ਵੀ ਪ੍ਰਗਟ ਹੁੰਦੀ ਹੈ। ਇੱਕ ਬੰਦਾ ਕਹਿੰਦਾ ਮੈਂ ਕੁਛ ਨਹੀਂ ਕਰ ਸਕਦਾ, ਪਰ ਜਦੋਂ ਗੁਰੂਆਂ ਰਹਿਬਰਾਂ ਦਾ ਆਸ਼ੀਰਵਾਦ ਮਿਲ ਜਾਂਦਾ ਹੈ ਨਾ, ਤਾਂ ਉਹਦੇ ਅੰਦਰ ਉਹ ਰਹਿਮਤ ਹਿੰਮਤ ਬਣ ਕੇ ਪੈਦਾ ਹੋ ਜਾਂਦੀ ਹੈ ਕਿ ਮੈਂ ਸਭ ਕੁਛ ਕਰ ਸਕਦਾ ਹਾਂ, ਇਹ ਉਹਦੀ ਕਿਰਪਾ ਹੈ। ਇਸ ਲਈ ਜਦੋਂ ਕਿਸੇ ਮੁਸੀਬਤ ਨਾਲ ਲੜਨ ਵਾਸਤੇ ਤੁਹਾਡੇ ਅੰਦਰ ਹਿੰਮਤ ਆ ਜਾਵੇ ਨਾ, ਤੇ ਸਮਝ ਲਓ ਕਿ ਉਹਦੀ ਕਿਰਪਾ ਹੋਣੀ ਮੇਰੇ ਤੇ ਸ਼ੁਰੂ ਹੋ ਗਈ ਹੈ, ਕਿਉਂਕਿ ਹਿੰਮਤ ਵੀ ਉਹਦੀ ਰਹਿਮਤ ਹੁੰਦੀ ਹੈ, ਉਹਦੀ ਕਿਰਪਾ ਹੁੰਦੀ ਹੈ, ਉਹਦੀ ਨਜ਼ਰ ਹੁੰਦੀ ਹੈ, ਤਾਂ ਫਿਰ ਹੀ ਇਨਸਾਨ ਅੰਦਰ ਹੌਸਲਾ ਹਿੰਮਤ ਪੈਦਾ ਹੁੰਦਾ ਹੈ, ਹੌਸਲਾ ਪੈਦਾ ਹੁੰਦਾ, ਹਿੰਮਤ ਪੈਦਾ ਹੁੰਦੀ ਬੰਦੇ ਅੰਦਰ। ਇਸ ਲਈ ਫਿਰ ਕੂਕਰ ਨੂੰ ਤਾਂ ਹਜ਼ੂਰ ਦੇ ਦਰ ਦਾ ਸਹਾਰਾ ਸੀ, ਹਜ਼ੂਰ ਦੀ ਨਜ਼ਰ ਦਾ ਇਸ਼ਾਰਾ ਸੀ, ਤਾਂ ਜ਼ਰਾ ਸੋਚੋ ਜਦੋਂ ਉਹਦੀ ਨਜ਼ਰ ਦਾ ਇਸ਼ਾਰਾ ਮਿਲ ਗਿਆ ਤਾਂ ਕੂਕਰ ਦਾ ਜ਼ਿਕਰ ਵੀ ਕਿੱਡਾ ਵੱਡਾ ਹੋ ਗਿਆ ਕਿ ਹੁਣ ਮੈਂ ਸ਼ੇਰ ਤੋਂ ਕੀ ਡਰਾਂ, ਬੜੇ ਤੋਂ ਬੜੇ ਸ਼ੇਰ ਵੀ ਮੈਂ ਜਿੱਤ ਸਕਦਾ ਕਿਉਂਕਿ ਮੇਰੇ ਸਿਰ 'ਤੇ ਮੇਰੇ ਮਾਲਿਕ ਦਾ ਹੱਥ ਹੈ। ਕਿਉਂਕਿ ਜਿਹੜੇ ਕੁੱਤੇ ਦੇ ਗਲ 'ਚ ਪੱਟਾ ਪੈ ਜਾਵੇ ਨਾ, ਫਿਰ ਉਹ ਕੁੱਤਾ ਅਵਾਰਾ ਨਹੀਂ ਰਹਿ ਜਾਂਦਾ, ਫਿਰ ਉਹ ਬੜੀ ਸ਼ਾਨ ਨਾਲ ਘੁੰਮਦਾ ਹੈ, ਕਿਉਂਕਿ ਪਤਾ ਹੈ ਕਿ ਇਹਨੂੰ ਹੁਣ ਹੱਥ ਕੋਈ ਨਹੀਂ ਪਾ ਸਕਦਾ, ਇਹਦੇ ਗਲ 'ਚ ਮਾਲਿਕ ਦਾ ਪੱਟਾ ਹੈ। ਜੇ ਤਾਂ ਕਦੀ ਤੁਸੀਂ ਦੇਖ ਲੈਣਾ ਆਪਣੇ ਕੁੱਤੇ ਦੇ ਗਲ 'ਚ ਪੱਟਾ ਪਾ ਦਿਓ, ਤਾਂ ਲੋਕਾਂ ਨੇ ਜਦੋਂ ਦੇਖਣਾ ਨਾ ਕਿ ਪੱਟਾ ਹੈ ਇਹਦੇ ਗਲ 'ਚ, ਇਹ ਕਿਸੇ ਦਾ ਕੁੱਤਾ ਹੈ, ਤਾਂ ਲੋਕ ਮਾਰਨ ਤੋਂ ਵੀ ਡਰਨਗੇ ਕਿ ਅਗਰ ਇਹਦੇ ਮਾਲਿਕ ਨੂੰ ਪਤਾ ਲੱਗ ਗਿਆ ਤਾਂ ਮਾਲਿਕ ਸਾਡੇ ਨਾਲ ਝਗੜਾ ਕਰੇਗਾ, ਤੂੰ ਕਿੱਦਾਂ ਮਾਰਿਆ। ਸੋ ਇੱਥੇ ਸਮਝਣਾ ਕਿ ਜਿਹੜਾ ਹਜ਼ੂਰ ਦੇ ਦਰ ਦਾ ਹੋ ਗਿਆ, ਤਾਂ ਫਿਰ ਇੱਥੇ ਸ਼ਾਨ ਦੇ ਬਾਰੇ ਇਹੀ ਦੱਸਿਆ ਹੈ ਕਿ ਇਹ ਸ਼ਾਨ ਹੈ ਦਰ ਦੇ ਕੂਕਰ ਦੀ, ਮੀਰਾਂ ਦੀਆਂ ਸ਼ਾਨਾਂ ਕੀ ਦੱਸਾਂ, ਮੇਰੇ ਗੌਂਸ ਦੇ ਪੱਗ ਦੇ ਜੋੜੇ ਨੇ। ਪੱਗ ਦਾ ਜੋੜਾ ਮਤਲਬ ਪੈਰਾਂ ਦੀ ਜੁੱਤੀ। ਮੇਰੇ ਗੌਂਸ ਦੇ ਪੱਗ ਦੇ ਜੋੜੇ ਨੇ ਤਾਲਿਬ ਦੀ ਜਾਨ ਬਚਾਈ ਸੀ, ਇਹ ਸ਼ਾਨ ਹੈ ਪੱਗ ਦੇ ਜੋੜੇ ਦੀ, ਮੀਰਾਂ ਦੀਆਂ ਸ਼ਾਨਾਂ ਕੀ ਦੱਸਾਂ। ਕਹਿੰਦੇ ਹਜ਼ੂਰ ਗੌਂਸ ਦੇ ਪੈਰਾਂ ਦੀ ਜੁੱਤੀ ਨੇ ਆਪਣੇ ਤਾਲਿਬ ਦੀ ਜਾਨ ਬਚਾਈ।
ਹੁਣ ਇਹ ਵੀ ਇੱਕ ਬੜੀ ਪਿਆਰੀ ਘਟਨਾ ਹੈ ਜੋ ਦੱਸਣਾ ਚਾਹਾਂਗੇ ਕਿ ਇੱਕ ਵਾਰ ਹਜ਼ੂਰ ਆਪਣੇ ਸੇਵਕਾਂ 'ਚ ਬੈਠੇ ਹੋਏ ਸੀ, ਕੁਛ ਸਮਝਾ ਰਹੇ ਸੀ ਆਪਣੇ ਸੇਵਕਾਂ ਨੂੰ ਕਿ ਅਚਾਨਕ ਹਜ਼ੂਰ ਨੇ ਆਸਮਾਨ ਦੀ ਤਰਫ ਦੇਖਿਆ, ਕਿਤੇ ਉਹ ਆਵਾਜ਼ ਆਈ, ਜਾ ਗੌਸ ਅਲ ਮਦਦ। ਜਦੋਂ ਦੇਖਿਆ ਆਸਮਾਨ ਦੀ ਤਰਫ, ਆਪਣੀ ਇੱਕ ਜੁੱਤੀ ਉਠਾਈ, ਹਵਾ 'ਚ ਉਛਾਲ ਦਿੱਤੀ। ਸਾਰੇ ਬੈਠੇ ਦੇਖ ਰਹੇ ਕਿੱਥੇ ਗਿਰੇਗੀ, ਕਿਉਂਕਿ ਜਿਹੜੀ ਚੀਜ਼ ਹਵਾ 'ਚ ਉਛਾਲੀ ਗਈ ਹੈ ਕਿਤੇ ਨਾ ਕਿਤੇ ਗਿਰੇਗੀ। ਸਾਰੇ ਦੇਖਣ ਲੱਗ ਪਏ ਜੁੱਤੀ ਮਾਰੀ ਹੈ, ਕਿੱਧਰ ਗਿਰੇਗੀ? ਪਰ ਕਹਿੰਦੇ ਦੇਖਦਿਆਂ ਜੁੱਤੀ ਅੱਖਾਂ ਤੋਂ ਗਾਇਬ ਹੋ ਗਈ। ਔਰ ਸਾਰੇ ਹੈਰਾਨ ਪਰੇਸ਼ਾਨ ਕਿ ਹਜ਼ੂਰ ਦੀ ਜੁੱਤੀ ਕਿੱਧਰ ਚਲੀ ਗਈ, ਜੋੜਾ ਕਿੱਥੇ ਚਲਾ ਗਿਆ? ਇੱਕ ਜੋੜਾ ਪਿਆ ਹਜ਼ੂਰ ਦੇ ਚਰਨਾਂ 'ਚ, ਇੱਕ ਹਜ਼ੂਰ ਨੇ ਉਛਾਲ ਦਿੱਤਾ, ਕਿੱਧਰ ਚਲਾ ਗਿਆ? ਕਿਸੇ ਨੂੰ ਸਮਝ ਨਹੀਂ ਆਈ, ਤਾਂ ਕਿਸੇ ਦੀ ਹਿੰਮਤ ਵੀ ਨਹੀਂ ਹੋਈ ਹਜ਼ੂਰ ਨੂੰ ਪੁੱਛਣ ਦੀ ਕਿ ਹਜ਼ੂਰ ਇਹ ਜੋੜਾ ਕਿੱਥੇ ਚਲਾ ਗਿਆ, ਤੁਸੀਂ ਮਾਰਿਆ ਕਿਉਂ, ਕਿੱਧਰ ਗਿਆ? ਤਾਂ ਜ਼ਰਾ ਸਮਝਣ ਵਾਲੀ ਗੱਲ ਹੈ। ਫਿਰ ਹੋਇਆ ਕੀ, ਪਤਾ ਕਦੋਂ ਲੱਗਾ? ਜਦੋਂ ਇੱਕ ਮਹੀਨੇ ਬਾਅਦ ਸ਼ਾਮ ਮੁਲਕ ਤੋਂ, ਕਿਉਂਕਿ ਇੱਕ ਦੇਸ਼ ਹੈ ਜਿਹਨੂੰ ਸ਼ਾਮ ਕਿਹਾ ਜਾਂਦਾ, ਮੁਲਕੇ ਸ਼ਾਮ ਕਹਿੰਦੇ, ਸ਼ਾਮ ਮੁਲਕ ਤੋਂ ਇੱਕ ਕਾਫਿਲਾ ਆਇਆ ਬਗਦਾਦ, ਕਿਉਂਕਿ ਉਸ ਵੇਲੇ ਪੈਦਲ ਯਾਤਰਾ ਹੀ ਹੁੰਦੀ ਸੀ। ਸ਼ਾਮ ਮੁਲਕ ਤੋਂ ਇੱਕ ਮਹੀਨੇ ਬਾਅਦ ਜਦੋਂ ਕਾਫਿਲਾ ਆਇਆ, ਉਹ ਕਾਫਿਲਾ ਬੜੀ ਸ਼ਾਨ ਦੇ ਨਾਲ ਹਜ਼ੂਰ ਦੇ ਦਰਬਾਰ 'ਚ ਆਇਆ, ਤਾਂ ਉਹਨਾਂ ਨੇ ਇੱਕ ਥਾਲ ਵਿੱਚ ਬੜਾ ਸਜਾ ਕੇ ਹਜ਼ੂਰ ਦੇ ਉਸੇ ਜੋੜੇ ਨੂੰ ਰੱਖਿਆ ਹੋਇਆ ਹੈ, ਉਹ ਕਾਫਿਲਾ ਲੈ ਕੇ ਆ ਰਿਹਾ ਹੈ। ਹੁਣ ਸੇਵਕਾਂ ਨੇ ਜਦੋਂ ਦੇਖਿਆ ਕਿ ਇਹ ਤਾਂ ਮਹੀਨਾ ਇੱਕ ਪਹਿਲਾਂ ਦੀ ਘਟਨਾ, ਜਦੋਂ ਹਜ਼ੂਰ ਨੇ ਜੋੜਾ ਹਵਾ 'ਚ ਉਛਾਲਿਆ ਸੀ, ਆਪਣੀ ਜੁੱਤੀ ਹਵਾ 'ਚ ਉਛਾਲੀ ਸੀ, ਇਹ ਇਹਨਾਂ ਕੋਲ ਕਿਸ ਤਰ੍ਹਾਂ? ਪੁੱਛਿਆ, ਤੁਸੀਂ ਕਿੱਥੋਂ ਆਏ? ਉਹ ਕਹਿੰਦੇ, ਅਸੀਂ ਮੁਲਕੇ ਸ਼ਾਮ ਤੋਂ ਆਏ ਹਾਂ ਪੈਦਲ ਯਾਤਰਾ ਕਰਕੇ। ਉਹ ਕਹਿੰਦੇ, ਜੋੜਾ ਤੁਹਾਡੇ ਕੋਲ ਕਿੱਦਾਂ ਆਇਆ? ਇਹ ਤਾਂ ਹਜ਼ੂਰ ਦਾ ਜੋੜਾ ਹੈ, ਕਿ ਅੱਜ ਤੋਂ ਇੱਕ ਮਹੀਨਾ ਪਹਿਲਾਂ ਹਜ਼ੂਰ ਨੇ ਇਹਨੂੰ ਹਵਾ 'ਚ ਉਛਾਲਿਆ ਸੀ, ਤੁਹਾਡੇ ਕੋਲ ਕਿੱਦਾਂ ਪਹੁੰਚਿਆ? ਤਾਂ ਉਸ ਵੇਲੇ ਉਹਨਾਂ ਨੇ ਕਿਹਾ ਕਿ ਇੱਕ ਦਿਨ ਉਹ ਜਿਹੜਾ ਕਾਫਲੇ ਦਾ ਮੇਨ ਮੈਂਬਰ ਸੀ ਨਾ, ਸਰਦਾਰ ਜਿੱਦਾਂ ਕਹਿ ਲਈਏ, ਕਿਉਂਕਿ ਹਰ ਕਾਫਲੇ ਦਾ ਇੱਕ ਮੁਖੀ ਹੁੰਦਾ ਹੈ ਜਿਹਦੇ ਨਿਗਰਾਨੀ 'ਚ ਉਹ ਕਾਫਿਲਾ ਚੱਲਦਾ ਹੈ। ਕਾਫਿਲਾ ਮਤਲਬ ਜਦੋਂ ਲੋਕ ਇਕੱਠੇ ਹੋ ਕੇ ਚੱਲਦੇ, ਉਹਨੂੰ ਕਾਫਿਲਾ ਕਹਿ ਦਿੱਤਾ ਜਾਂਦਾ ਹੈ, ਗਰੁੱਪ ਜਿੱਦਾਂ ਅੱਜ ਕੱਲ੍ਹ ਕਹਿੰਦੇ ਗਰੁੱਪ ਚੱਲ ਰਿਹਾ। ਹੁਣ ਉਹ ਗਰੁੱਪ ਦਾ ਜੋ ਮੇਨ ਮੈਂਬਰ ਸੀ, ਉਹਨੇ ਹਜ਼ੂਰ ਦੇ ਪੈਰ ਦੇ ਜੋੜੇ ਨੂੰ ਥਾਲੀ 'ਚ ਰੱਖ ਕੇ ਬੜੀ ਸਜਾ ਕੇ ਆਪਣੇ ਸਿਰ 'ਤੇ ਰੱਖਿਆ ਹੋਇਆ। ਸੇਵਕਾਂ ਨੇ ਪੁੱਛਿਆ, ਤੁਹਾਡੇ ਉਹ ਕਿੱਦਾਂ? ਉਹ ਕਹਿੰਦੇ, ਇੱਕ ਮਹੀਨਾ ਪਹਿਲਾਂ ਦੀ ਗੱਲ ਹੈ, ਮੈਂ ਆਪਣੇ ਮੈਂਬਰਾਂ ਦੇ ਨਾਲ, ਪਰਿਵਾਰ ਦੇ ਮੈਂਬਰਾਂ ਦੇ ਨਾਲ ਸਫ਼ਰ ਕਰ ਰਿਹਾ ਸੀ। ਸਫ਼ਰ ਸਾਡਾ ਇੱਕ ਜੰਗਲ 'ਚ ਸੀ। ਹੁਣ ਸਫ਼ਰ ਅਸੀਂ ਕਰ ਰਹੇ ਹਾਂ, ਤਾਂ ਅਚਾਨਕ ਕੀ ਹੋਇਆ ਕਿ ਡਾਕੂਆਂ ਦੇ ਕਾਫਲੇ ਨੇ ਆ ਕੇ ਮੇਰੀ ਫੈਮਿਲੀ ਨੂੰ, ਮੇਰੇ ਪਰਿਵਾਰ ਨੂੰ, ਯਾਨੀ ਸਾਨੂੰ ਘੇਰ ਲਿਆ। ਔਰ ਉਸ ਵੇਲੇ ਡਾਕੂਆਂ ਦੇ ਸਰਦਾਰ ਨੇ ਆਪਣੇ ਸਾਥੀਆਂ ਨੂੰ ਕਿਹਾ ਕਿ ਇਹਨਾਂ ਸਾਰਿਆਂ ਨੂੰ ਖਤਮ ਕਰਕੇ ਜੋ ਵੀ ਇਹਨਾਂ ਕੋਲ ਹੈ ਲੁੱਟ ਲਓ। ਖਤਮ ਕਰਨ ਦਾ ਮਤਲਬ ਕੋਈ ਸਬੂਤ ਨਹੀਂ ਛੱਡਣਾ, ਮਾਰ ਦਿਓ ਇਹਨਾਂ ਸਾਰਿਆਂ ਨੂੰ, ਜੋ ਵੀ ਹੈ ਲੁੱਟ ਲਓ। ਕਹਿੰਦੇ ਜਿਸ ਵੇਲੇ ਉਹਨਾਂ ਹੁਕਮ ਜਾਰੀ ਕੀਤਾ ਆਪਣੇ ਸਾਥੀਆਂ ਨੂੰ ਕਿ ਇਹਨਾਂ ਨੂੰ ਖਤਮ ਕਰ ਦਿਓ, ਲੁੱਟ ਲਓ, ਕਹਿੰਦੇ ਉਸ ਵੇਲੇ ਮੁਸੀਬਤ ਵਿੱਚ ਮੈਨੂੰ ਆਪਣੇ ਹਜ਼ੂਰ ਦਾ ਧਿਆਨ ਆਇਆ, ਕਿਉਂਕਿ ਹੁਣ ਪਤਾ ਹੈ ਕਿ ਇਸ ਮੁਸੀਬਤ 'ਚ ਪਰਿਵਾਰ, ਸੰਸਾਰ ਦੇ ਮੈਂਬਰ, ਸੱਜਣ ਮਿੱਤਰ, ਦੋਸਤ ਨਹੀਂ ਮੈਨੂੰ ਬਚਾ ਸਕਦੇ, ਇਸ ਮੁਸੀਬਤ ਤਾਂ ਮੈਨੂੰ ਮੇਰਾ ਮੁਰਸ਼ਦ, ਮੇਰਾ ਸਤਿਗੁਰ ਹੀ ਬਚਾ ਸਕਦਾ। ਕਹਿੰਦਾ ਉੱਥੋਂ ਹੀ ਮੈਂ ਦਿਲੋਂ ਪੁਕਾਰਿਆ, ਯਾ ਗੌਸ ਅਲ ਮਦਦ, ਮੇਰੀ ਮਦਦ ਕਰੋ। ਕਹਿੰਦੇ ਕਹਿਣ ਦੀ ਦੇਰ ਸੀ ਕਿ ਹਾਲੇ ਉਹ ਤਲਵਾਰਾਂ ਕੱਢ ਕੇ ਸਾਡੇ ਤੱਕ ਪਹੁੰਚੀ ਸੀ ਕਿ ਜੋੜਾ ਆਇਆ।
ਔਰ ਸਾਰਿਆਂ ਦੇ ਪੈਣਾ ਸ਼ੁਰੂ ਹੋ ਗਿਆ। ਸਮਝਣਾ ਜ਼ਰਾ ਸਾਰੇ ਜੀ ਕਿ ਸਾਰਿਆਂ ਸਿਰ 'ਚ ਵੱਜਣਾ ਸ਼ੁਰੂ ਹੋ ਗਿਆ ਤਾਂ ਸਾਰੇ ਡਰਦੇ ਪਿੱਛੇ ਨੂੰ ਹੋ ਗਏ। ਔਰ ਫਿਰ ਸਰਦਾਰ ਨੇ ਕਿਹਾ, ਕਿਉਂਕਿ ਸਰਦਾਰ ਦਾ ਵੀ ਫਿਰ ਰਿਹਾ, ਜਿੱਦਾਂ ਕਹਿੰਦੇ ਨਾ ਕੋਈ ਫੜ ਕੇ ਸਿਰ 'ਚ ਮਾਰ ਰਿਹਾ ਹੈ, ਸਰਦਾਰ ਵੀ ਫਿਕਰ ਕਰ ਰਿਹਾ ਕਿੱਥੋਂ ਇਹ ਕੀ ਹੈ। ਤਾਂ ਉਸ ਲਈ ਕਹਿੰਦੇ ਇੱਕੋ ਹੀ ਗੱਲ ਕਹੀ ਹੈ ਕਿ ਇਹ ਸਰਦਾਰ ਤੇਰੇ ਕੋਲ ਤੇਰੇ ਸਾਥੀ ਹੈ, ਤੂੰ ਉਹਨਾਂ ਨੂੰ ਹੁਕਮ ਕੀਤਾ ਕਿ ਮਾਰੋ ਇਸ ਨੂੰ, ਤਾਂ ਮੇਰੇ ਕੋਲ ਮੇਰਾ ਸਾਥੀ ਹੈ, ਮੈਂ ਉਹਨੂੰ ਬੇਨਤੀ ਕੀਤੀ ਬਚਾ ਲਾ ਮੈਨੂੰ। ਤੇਰੇ ਸਾਥੀ ਮਾਰਨ ਆਵੇ ਤਾਂ ਮੇਰਾ ਸੱਚਾ ਸਾਥੀ ਮੁਰਸ਼ਦ ਮੈਨੂੰ ਬਚਾਉਣ ਆ ਗਿਆ, ਹੁਣ ਦੇਖਦੇ ਹਾਂ ਤੂੰ ਮਾਰਦਾ ਹੈ ਜਾਂ ਉਹ ਬਚਾਉਂਦਾ ਹੈ। ਔਰ ਜਿਸ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ। ਹੁਣ ਕਹਿੰਦੇ ਦੇਖਦੇ, ਕਹਿੰਦੇ ਸਰਦਾਰ ਨੇ ਹੱਥ ਜੋੜ ਦਿੱਤੇ ਕਿਉਂਕਿ ਪੈ ਰਹੀਆਂ ਸੀ ਜੁੱਤੀਆਂ ਸਾਰਿਆਂ ਦੇ, ਔਰ ਇੱਦਾਂ ਪੈ ਰਹੀਆਂ ਸੀ। ਸਰਦਾਰ ਕਹਿੰਦਾ ਭਾਈ ਮੈਂ ਮਾਫ਼ੀ ਮੰਗਦਾ ਹਾਂ, ਕਿਉਂਕਿ ਜਦੋਂ ਦੇਖਿਆ ਇੱਕ ਜੋੜਾ ਹਵਾ 'ਚ ਆਇਆ ਔਰ ਇੱਦਾਂ ਸਾਰਿਆਂ ਦੇ ਵਰ ਰਿਹਾ ਹੈ, ਪੈ ਰਿਹਾ ਹੈ, ਤਾਂ ਸਰਦਾਰ ਨੂੰ ਪਤਾ ਲੱਗ ਗਿਆ ਇਹਦਾ ਸਾਥੀ, ਇਹਦਾ ਮੁਰਸ਼ਦ ਕੋਈ ਮਾਮੂਲੀ ਨਹੀਂ ਹੈ। ਸਰਦਾਰ ਨੇ ਮਾਫ਼ੀ ਮੰਗੀ ਕਿ ਮੈਨੂੰ ਮਾਫ਼ ਕਰ ਦੇ। ਤਾਂ ਉਸ ਲਈ ਉਹਨਾਂ ਕਿਹਾ ਇਹ ਮਾਫ਼ੀ ਮੈਂ ਨਹੀਂ ਦੇ ਸਕਦਾ ਸਰਦਾਰ, ਜੇ ਮਾਫ਼ੀ ਚਾਹੀਦੀ ਹੈ ਤਾਂ ਤੂੰ ਵੀ ਮੇਰੇ ਨਾਲ ਜਾ ਕੇ ਉਹਨਾਂ ਕੋਲ ਮੰਗ ਜਿਹਨਾਂ ਦਾ ਇਹ ਜੋੜਾ ਹੈ। ਕਹਿੰਦੇ ਅੱਜ ਉਹ ਡਾਕੂ ਤਾਂ ਉਹਨਾਂ ਦਾ ਸਰਦਾਰ ਵੀ ਨਾਲ ਆਇਆ ਹੈ, ਹੁਣ ਉਹ ਡਾਕੂਆਂ ਨੂੰ ਵੀ ਡਾਕੂਆਂ ਤੋਂ ਨੇਕ ਇਨਸਾਨ ਬਣਾਉਣਾ ਸੀ। ਇਹ ਤਾਂ ਹਜ਼ੂਰ ਦੀ ਕਰਾਮਾਤ ਸੀ, ਇੱਕ ਰਹਿਮਤ ਸੀ, ਕਿਰਪਾ ਸੀ। ਕਿੱਦਾਂ ਕਿਹਦੇ ਦਿਲ ਨੂੰ ਬਦਲਣਾ ਹੈ, ਕਿਉਂਕਿ ਕਈ ਬਦਲ ਜਾਂਦੇ ਆ ਗੱਲਾਂ ਸੁਣ ਕੇ, ਕਈ ਬਦਲ ਜਾਂਦੇ ਆ ਦਰਸ਼ਨ ਕਰਕੇ, ਤਾਂ ਕਈ ਬਦਲਦੇ ਆ ਛਿੱਤਰ ਖਾ ਕੇ। ਹੁਣ ਤੁਸੀਂ ਕਿਹੜੀ ਕੈਟਾਗਰੀ 'ਚ ਹੋ ਵਿਚਾਰ ਕਰ ਲੈਣਾ। ਕਈ ਤਾਂ ਦਰਸ਼ਨ ਕਰਕੇ ਬਦਲ ਜਾਂਦੇ ਆ ਕਿ ਫਕੀਰਾਂ ਦਾ ਦਰਸ਼ਨ ਹੋ ਗਿਆ, ਮਨ ਪ੍ਰੇਮ ਨਾਲ ਭਰ ਗਿਆ, ਜ਼ਿੰਦਗੀ ਬਦਲ ਗਈ। ਕਈ ਕਹਿੰਦੇ ਵਚਨ ਸੁਣੇ ਜੀਵਨ ਬਦਲ ਗਿਆ, ਤਾਂ ਕਈ ਹੁੰਦੇ ਗਏ ਦਰਸ਼ਨਾਂ ਨਾਲ ਕੀ ਹੁੰਦਾ, ਵਚਨਾਂ ਨਾਲ ਕੀ ਹੁੰਦਾ ਹੈ। ਤਾਂ ਫਿਰ ਅੱਛਾ ਇੱਦਾਂ ਨਹੀਂ ਹੁੰਦਾ ਤਾਂ ਇੱਦਾਂ ਸਹੀ, ਫਿਰ ਕਿਉਂਕਿ ਡਾਕੂ ਸੀ, ਡਾਕੂ ਬਦਲੇ, ਦਿਲ ਬਦਲਿਆ, ਪਰ ਬਦਲਿਆ ਕਿੱਦਾਂ। ਜਿੱਦਾਂ ਕਹਿੰਦੇ ਨਾ ਕਈ ਬੱਚੇ ਹੁੰਦੇ ਆ ਮਾਂ ਬਾਪ ਦੇ ਇਸ਼ਾਰੇ ਨੂੰ ਸਮਝ ਲੈਂਦੇ, ਮਾਂ ਬਾਪ ਘੂਰ ਕੇ ਦੇਖ ਲੈਣ ਬੱਚੇ ਬਹਿ ਜਾਂਦੇ ਕਿ ਪਤਾ ਹੈ ਇਸ਼ਾਰਾ ਹੋ ਗਿਆ, ਆ ਇਲਤ ਨਾ ਕਰਾਂ, ਜੁੱਤੀਆਂ ਤੋਂ ਵੱਜ ਜਾਂਦੇ ਆ, ਮਾਰ ਤੋਂ ਵੱਜ ਜਾਂਦੇ ਬੱਚੇ। ਪਰ ਜਿਹੜੇ ਬੱਚੇ ਇਸ਼ਾਰੇ ਨੂੰ ਨਹੀਂ ਸਮਝਦੇ ਤਾਂ ਮਾਂ ਬਾਪ ਨੂੰ ਬੋਲਣਾ ਪੈਂਦਾ, ਤੈਨੂੰ ਸੁਣਿਆ ਨਹੀਂ, ਕੀ ਕਿਹਾ ਤੈਨੂੰ ਮੈਂ, ਬੈਠ, ਬੱਚਾ ਸਮਝ ਗਿਆ। ਤਾਂ ਕਈ ਐਸੇ ਹੁੰਦੇ ਆ ਕਿ ਬੋਲਣ ਦੇ ਵੀ ਨਹੀਂ ਸਮਝਦੇ, ਤਾਂ ਫਿਰ ਮਾਂ ਬਾਪ ਕਹਿੰਦੇ ਧਰਾ ਫਿਰ, ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ, ਤੂੰ ਛਿੱਤਰ ਖਾ ਕੇ ਹੀ ਮੰਨਣਾ। ਹੁਣ ਕਈ ਹੁੰਦੇ ਆ ਜਿੰਨਾ ਮਰਜ਼ੀ ਮਾਂ ਬਾਪ ਕਹੀ ਜਾਣ ਪਰ ਬੱਚਿਆਂ ਨੂੰ ਜਦ ਤੱਕ ਡਾਂਟਿਆ ਨਾ ਜਾਵੇ, ਝਿੜਕਿਆ ਨਾ ਜਾਵੇ, ਉਹ ਮੰਨਦੇ ਨਹੀਂ ਹੈ। ਇਸ ਲਈ ਇੱਧਰ ਡਾਕੂਆਂ ਦੇ ਸਰਦਾਰ ਦੇ ਜਦੋਂ ਜੁੱਤੀਆਂ ਪਈਆਂ ਤਾਂ ਡਾਕੂਆਂ ਦੇ ਸਰਦਾਰ ਵੀ ਮਾਫ਼ੀ ਮੰਗ ਕੇ ਨਾਲ ਤੁਰ ਪਏ। ਤਾਂ ਉਹ ਕਾਫ਼ਿਲੇ ਦੇ ਜੋ ਮੁਖੀ ਸੀ ਉਸਨੇ ਦੱਸਿਆ ਕਿ ਉਹ ਡਾਕੂ ਵੀ ਅੱਜ ਹਜ਼ੂਰ ਦੇ ਚਰਨਾਂ 'ਚ ਮੱਥਾ ਟੇਕਣ ਆਏ ਆ, ਉਹ ਵੀ ਆਪਣੀ ਬੁਰਾਈ ਨੂੰ ਛੱਡ ਕੇ, ਮਾੜੇ ਕਰਮਾਂ ਨੂੰ ਛੱਡ ਕੇ, ਇੱਦਾਂ ਦੇ ਹਜ਼ੂਰ ਦੇ ਚਰਨਾਂ ਦੀ ਸ਼ੋਅ ਉਹਨਾਂ ਨੂੰ ਮਿਲੀ, ਉਹ ਜੋੜੇ ਦੀ ਸ਼ੋਅ ਮਿਲੀ ਕਿ ਉਹਨਾਂ ਦਾ ਮਨ ਵੀ ਬਦਲ ਗਿਆ। ਕਿਉਂਕਿ ਸ਼ੋਅ ਤਾਂ ਸ਼ੋਅ ਹੈ, ਚਾਹੇ ਵੱਜ ਕੇ ਪਵੇ ਚਾਹੇ ਪਿਆਰ ਨਾ, ਜਿੱਦਾਂ ਕਹਿੰਦੇ ਨਾ ਪਾਰਸ ਤਾਂ ਪਾਰਸ ਹੈ, ਚਾਹੇ ਲੋਹੇ ਨੂੰ ਪਿਆਰ ਨਾ ਲਾ ਦਿਓ, ਚਾਹੇ ਰਗੜ ਕੇ ਲਾ ਦਿਓ, ਗੁੱਸੇ ਨਾਲ ਲਾ ਦਿਓ, ਪਾਰਸ ਨੇ ਤਾਂ ਆਪਣਾ ਕੰਮ ਕਰਨਾ ਹੀ ਹੈ। ਹੁਣ ਇੱਥੇ ਇੱਕ ਹੋਰ ਚੀਜ਼ ਵੀ ਦੱਸ ਦਈਏ, ਕਿਉਂਕਿ ਕੀ ਕਰੀਏ, ਅੱਜ ਕੱਲ੍ਹ ਦਾ ਜਿਹੜਾ ਮਾਡਰਨ ਜ਼ਮਾਨਾ ਹੈ ਨਾ, ਕਈ ਸਤਸੰਗ ਸੁਣਦੇ ਹੋਣਗੇ, ਲੈ ਹਜ਼ੂਰ ਨੇ ਬਗਦਾਦ ਛੋੜਾ ਛੱਡਿਆ ਤਾਂ ਮੁਲਕੇ ਸ਼ਾਮ ਕਿੱਦਾਂ ਪਹੁੰਚ ਗਿਆ, ਮਾਲਕ ਬੜੀਆਂ ਵੱਡੀਆਂ ਵੱਡੀਆਂ ਛੱਡੀ ਜਾਂਦੇ ਗੱਪਾਂ, ਕਈਆਂ ਦੇ ਮਨ 'ਚ ਹੋਏਗਾ। ਕਿਉਂਕਿ ਅੱਜ ਦਾ ਸਮਾਂ, ਅੱਜ ਦੇ ਨੌਜਵਾਨ ਜਾਂ ਅੱਜ ਦਾ ਜਨਰੇਸ਼ਨ ਜਿਹੜੀ ਹੈ ਨਾ, ਜਲਦੀ ਯਕੀਨ ਨਹੀਂ ਕਰਦੀ, ਇਹ ਜਲਦੀ ਵਿਸ਼ਵਾਸ ਨਹੀਂ ਕਰਦੀ।
ਮਤਲਬ ਸਮਝਦੇ ਹੋ ਕਿ ਨਹੀਂ। ਜਿੱਦਾਂ ਇੱਥੇ ਇੱਕ ਵਾਰ ਨੱਥੂ ਲਾਲ ਦੀ ਗੱਲ ਦੱਸਣਾ ਚਾਹਾਂਗੇ। ਨੱਥੂ ਲਾਲ ਇੱਕ ਰੈਸਟੋਰੈਂਟ ਗਿਆ। ਨੱਥੂ ਲਾਲ ਆਪਣੇ ਮੁਰਸ਼ਿਦ ਨਾਲ ਬੜਾ ਪ੍ਰੇਮ ਕਰਦਾ ਸੀ, ਬੜਾ ਫਕੀਰਾਂ ਨੂੰ ਮੰਨਣ ਵਾਲਾ ਸੀ। ਇੱਕ ਦਿਨ ਰੈਸਟੋਰੈਂਟ 'ਚ ਬੈਠਾ ਹੈ ਤਾਂ ਉੱਥੇ ਗੱਲ ਚੱਲ ਪਈ ਕਿ ਵੀ ਮੇਰੇ ਮੁਰਸ਼ਦ ਬੜੀ ਕਰਨੀ ਵਾਲੇ ਹੈ, ਮੇਰੇ ਮੁਰਸ਼ਦ ਬੜਾ ਗਿਆਨ ਦਿੰਦੇ ਹੈ, ਮੇਰੇ ਮੁਰਸ਼ਦ ਸੱਚ ਦਾ ਰਸਤਾ ਦਿਖਾਉਂਦੇ ਹੈ। ਤਾਂ ਕੋਲ ਹੀ ਦੋ ਬੰਦੇ ਟੇਬਲ 'ਤੇ ਬੈਠੇ ਸੀ, ਉਹ ਕਹਿੰਦੇ ਲੈ ਫਕੀਰਾਂ ਦੀ ਗੱਲ ਕਰਦਾ, ਸੰਤਾਂ ਦੀ ਗੱਲ ਕਰਦਾ। ਭਾਈ ਸੰਤ ਸਾਰੇ ਪਖੰਡੀ ਹੁੰਦੇ ਹੈ, ਇਹ ਸੰਤਾਂ ਕੋਲ ਕੋਈ ਤਾਕਤ ਨਹੀਂ ਹੁੰਦੀ, ਕੋਈ ਸ਼ਕਤੀ ਨਹੀਂ ਹੁੰਦੀ, ਐਵੇਂ ਫਕੀਰ ਫਕੀਰ ਕਰਦੇ ਰਹਿੰਦੇ ਹੋ, ਕੋਈ ਫਕੀਰਾਂ ਕੋਲ ਕੁਛ ਨਹੀਂ ਹੁੰਦਾ। ਤਾਂ ਨੱਥੂ ਲਾਲ ਨੂੰ ਪੁੱਛਦਾ, ਅੱਛਾ ਭਾਈ ਤੁਸੀਂ ਕੌਣ ਹੋ, ਤੁਸੀਂ ਕਿਹੜੇ ਗਿਆਨੀ ਬੰਦੇ ਹੋ, ਕਿਹੜੇ ਧਾਰਮਿਕ ਸ਼ਾਸਤਰ ਤੁਸੀਂ ਪੜ੍ਹੇ ਹੈ, ਕਿਹੜੇ ਧਾਰਮਿਕ ਗ੍ਰੰਥ ਤੁਸੀਂ ਪੜ੍ਹੇ ਹੈ, ਤੁਸੀਂ ਹੋ ਕੌਣ ਜਿਹੜੇ ਫਕੀਰਾਂ ਬਾਰੇ ਇੱਦਾਂ ਕਹਿੰਦੇ ਹੋ, ਦੱਸੋ ਤੁਸੀਂ ਕਰਦੇ ਕੀ ਹੋ। ਉਹ ਕਹਿੰਦਾ ਨਹੀਂ ਮੈਂ ਕੋਈ ਧਾਰਮਿਕ ਬੰਦਾ ਨਹੀਂ ਹਾਂ, ਨਾ ਹੀ ਮੈਂ ਕੋਈ ਸ਼ਾਸਤਰ ਪੜ੍ਹਿਆ ਹੈ। ਭਾਅ ਜੀ ਫਿਰ ਤੁਸੀਂ ਫਕੀਰਾਂ ਨੂੰ ਇੱਦਾਂ ਕਿਉਂ ਕਹਿ ਰਹੇ ਹੋ, ਤੁਸੀਂ ਕਰਦੇ ਕੀ ਹੋ, ਕੋਈ ਇਲਮ ਵਾਲੇ ਹੋ, ਕੋਈ ਇਮਾਨ ਵਾਲੇ ਹੋ, ਕੋਈ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਫਕੀਰ ਹੋ ਤੁਸੀਂ ਜਿਹੜੇ ਕਹਿੰਦੇ ਹੋ? ਅੱਜ ਕੱਲ੍ਹ ਦੇ ਸਮੇਂ 'ਚ ਫਕੀਰ ਝੂਠੇ ਹੈ, ਪਖੰਡੀ ਹੈ, ਐਵੇਂ ਤੁਸੀਂ ਕਰਦੇ ਰਹਿੰਦੇ ਹੋ ਗੱਲਾਂ ਫਕੀਰਾਂ ਦੀਆਂ, ਤੁਸੀਂ ਕੌਣ ਹੋ? ਉਹ ਕਹਿੰਦਾ ਨਹੀਂ ਮੈਂ ਤਾਂ ਆਟੋ ਚਲਾਉਂਦਾ ਹਾਂ। ਹੁਣ ਇੱਕ ਆਟੋ ਚਲਾਉਣ ਵਾਲਾ ਫਕੀਰਾਂ ਦੇ ਰੁਤਬੇ ਬਾਰੇ ਦੱਸ ਰਿਹਾ ਹੈ ਕਿ ਫਕੀਰਾਂ ਦਾ ਰੁਤਬਾ ਕੀ ਹੈ। ਜਿਹਨੂੰ ਆਪਣੇ ਘਰ ਵਾਲੀ ਦੇ ਦਿਲ 'ਚ ਕੀ ਆ ਉਹ ਗੱਲ ਦਾ ਨਹੀਂ ਪਤਾ, ਤਾਂ ਉਹਨੂੰ ਫਕੀਰਾਂ ਦੇ ਰੁਤਬੇ ਦਾ ਕੀ ਪਤਾ ਹੋਣਾ। ਫਿਰ ਬੰਦਾ ਉਹਨੂੰ ਪੁੱਛਦਾ, ਨੱਥੂ ਲਾਲ ਉਹਨੂੰ ਪੁੱਛਦਾ, ਅੱਛਾ ਭਾਜੀ ਤੁਸੀਂ ਆਟੋ ਚਲਾਉਂਦੇ ਹੋ, ਫਕੀਰਾਂ ਬਾਰੇ ਤੁਹਾਨੂੰ ਕੁਛ ਨਹੀਂ ਪਤਾ? ਨਹੀਂ ਪਤਾ, ਨਹੀਂ ਪਤਾ। ਅੱਛਾ ਭਾਜੀ ਮੇਰੇ ਸਿਰ 'ਚ ਬਹੁਤ ਦਰਦ ਹੁੰਦੀ, ਦੱਸੋ ਮੈਂ ਕਿਹੜੀ ਗੋਲੀ ਖਾਵਾਂ? ਨੱਥੂ ਲਾਲ ਕਹਿੰਦਾ ਭਾਜੀ ਮੇਰੇ ਸਿਰ 'ਚ ਬਹੁਤ ਦਰਦ ਹੁੰਦੀ, ਦੱਸੋ ਮੈਂ ਕਿਹੜੀ ਗੋਲੀ ਖਾਵਾਂ? ਕਦੀ ਕਦੀ ਪੇਟ 'ਚ ਵੀ ਘੁੱਟਣ ਹੁੰਦੀ ਹੈ, ਪੇਟ 'ਚ ਵੀ ਗੜਬੜ ਹੁੰਦੀ ਹੈ, ਕਿਹੜੀ ਗੋਲੀ ਖਾਵਾਂ? ਉਹ ਕਹਿੰਦਾ ਕਿਸੇ ਡਾਕਟਰ ਨੂੰ ਪੁੱਛ, ਮੈਂ ਕੋਈ ਡਾਕਟਰ ਥੋੜ੍ਹੀ, ਮੈਂ ਤਾਂ ਆਟੋ ਚਲਾਉਣ ਵਾਲਾ ਹਾਂ। ਅੱਛਾ ਭਾਜੀ ਸਿਰ ਦਰਦ ਮੇਰੇ ਇੱਥੇ ਹੈ ਤੁਹਾਡੇ ਸਾਹਮਣੇ ਹੈ, ਸਿਰ ਮੇਰਾ, ਪੇਟ ਵੀ ਮੇਰਾ ਤੁਹਾਡੇ ਸਾਹਮਣੇ ਹੈ, ਸਿਰ ਦਰਦ ਮੇਰਾ ਇਸ ਵੇਲੇ ਤੁਹਾਡੇ ਸਾਹਮਣੇ ਬੈਠਾ ਹਾਂ, ਪੇਟ ਮੇਰਾ ਤੁਹਾਡੇ ਸਾਹਮਣੇ ਹੈ, ਮੈਂ ਕਹਿ ਰਿਹਾ ਪੇਟ 'ਚ ਦਰਦ ਹੁੰਦੀ, ਸਿਰ 'ਚ ਦਰਦ ਹੁੰਦੀ ਹੈ, ਪਰ ਤੁਸੀਂ ਕਹਿੰਦੇ ਮੈਂ ਕਿਹੜਾ ਡਾਕਟਰ ਹਾਂ? ਭਾਈ ਜੇ ਜਾਣਨਾ ਕਿਸੇ ਡਾਕਟਰ ਕੋਲ ਜਾ, ਮੈਂ ਤਾਂ ਆਟੋ ਚਲਾਉਂਦਾ ਹਾਂ, ਤਾਂ ਹੁਣ ਮੇਰਾ ਸਿਰ ਤੇਰੇ ਸਾਹਮਣੇ ਹੈ, ਮੇਰਾ ਪੇਟ ਤੇਰੇ ਸਾਹਮਣੇ ਹੈ, ਤਾਂ ਤੈਨੂੰ ਇੰਨਾ ਨਹੀਂ ਪਤਾ ਸਿਰ ਦਰਦ ਦੀ ਗੋਲੀ ਕੀ ਹੈ, ਪੇਟ ਦਰਦ ਦੀ ਗੋਲੀ ਕੀ ਹੈ? ਤਾਂ ਜਿਹੜੇ ਫਕੀਰ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਹੋ ਗਏ ਉਹਦਾ ਤੈਨੂੰ ਪਤਾ ਜੋ ਕੀ ਹੈ, ਕਮਾਲ ਦੀ ਗੱਲ ਹੈ। ਉਹ ਪਖੰਡੀ ਹੋ ਗਏ, ਤੂੰ ਕਹਿੰਦਾ ਹੈ ਜੇ ਦਵਾਈ ਬਾਰੇ ਜਾਣਨਾ ਤਾਂ ਡਾਕਟਰ ਕੋਲ ਜਾ, ਅਸੀਂ ਵੀ ਤੁਹਾਨੂੰ ਕਹਾਂਗੇ, ਜਿਹੜੇ ਤੁਹਾਨੂੰ ਕਹਿੰਦੇ ਨਾ ਫਕੀਰਾਂ ਦੇ ਪੱਲੇ ਕੁਛ ਹੈ ਨਹੀਂ, ਸੰਤਾਂ ਦੇ ਪੱਲੇ ਕੁਛ ਹੈ ਨਹੀਂ, ਇੱਦਾਂ ਦੇ ਬੰਦੇ ਨੂੰ ਪੁੱਛੋ ਤੂੰ ਕੀ ਹੈ, ਤੂੰ ਕੀ ਹੈ, ਤੂੰ ਕੀ ਕਰਦਾ ਆ? ਤਾਂ ਜਵਾਬ ਆਣੇ ਮੈਂ ਤਾਂ ਸ਼ੋਪਕੀਪਰ, ਦੁਕਾਨ ਚਲਾਉਂਦਾ। ਭਾਈ ਇੱਕ ਵਕੀਲ ਦੇ ਬਾਰੇ ਸ਼ੋਪਕੀਪਰ ਨੂੰ ਕੀ ਪਤਾ ਹੋਏਗਾ ਵਕਾਲਤ 'ਚ ਕੀ ਹੁੰਦਾ ਹੈ, ਇੱਕ ਡਾਕਟਰ ਦੇ ਬਾਰੇ ਆਟੋ ਚਲਾਉਣ ਵਾਲੇ ਨੂੰ ਕੀ ਪਤਾ ਹੋਏਗਾ ਕਿ ਡਾਕਟਰ ਦੀ ਦਵਾਈ ਕੀ ਹੁੰਦੀ ਹੈ? ਤਾਂ ਅੱਜ ਬੰਦਾ ਫਕੀਰਾਂ ਬਾਰੇ ਦੱਸਣ ਤੁਰ ਪੈਂਦਾ ਹੈ। ਇਸ ਲਈ ਫਕੀਰਾਂ ਬਾਰੇ ਜਾਣਨਾ ਹੈ ਤਾਂ ਕਿਸੇ ਫਕੀਰ ਕੋਲ ਜਾਓ, ਫਿਰ ਉਹ ਦੱਸੇਗਾ ਫਕੀਰਾਂ ਦੀ ਤਾਕਤ ਕੀ ਹੁੰਦੀ, ਫਕੀਰ ਕੀ ਕਰ ਸਕਦੇ। ਜਦੋਂ ਇੱਦਾਂ ਦੇ ਸ਼ਰਾਬੀਆਂ ਕਬਾਬੀਆਂ ਕੋਲ ਜਾ ਕੇ ਪੁੱਛੂਗੇ ਤਾਂ ਉਹਨਾਂ ਨੇ ਪਤਾ ਕੀ ਕਹਿਣਾ, ਉਹ ਸਿਮਰਨ ਨਾਲ ਕੀ ਹੁੰਦਾ ਹੈ, ਸ਼ਰਾਬ ਪੀਂਦੇ ਆ ਸ਼ਾਮ ਨੂੰ ਬਹਿ ਕੇ, ਉਹਨਾਂ ਸਭ ਕੁਛ ਹੁੰਦਾ ਹੈ। ਇੱਕ ਬੋਤਲ ਲਿਆਈ, ਨਾਲ ਨਮਕੀਨ ਵੀ ਲਿਆਈ, ਪਊਆ ਵੀ ਲਿਆਈ, ਨਮਕੀਨ ਵੀ ਲਿਆਈ, ਚਿਪਸ ਵੀ ਲਿਆਈ, ਬੈਠ ਕੇ ਪੀਵਾਂਗੇ, ਉਹ 'ਚ ਬੜਾ ਨਜ਼ਾਰਾ। ਫਕੀਰਾਂ ਦੇ ਸੰਗ 'ਚ ਕੀ ਹੁੰਦਾ ਹੈ? ਸ਼ਰਾਬੀ ਨੇ ਤਾਂ ਉਹੀ ਗੱਲ ਕਹਿਣੀ ਜਿਹ 'ਚ ਉਹਦਾ ਫਾਇਦਾ ਹੈ। ਇਸ ਲਈ ਜਦੋਂ ਕੋਈ ਬੰਦਾ ਫਕੀਰਾਂ ਬਾਰੇ ਕਵੇ ਕਿ ਫਕੀਰ ਪਖੰਡੀ ਹੈ, ਪਹਿਲਾਂ ਉਹ ਦੇਖੋ ਉਹ ਆਪ ਕੀ ਹੈ, ਕਿਉਂਕਿ ਇੱਕ ਫਕੀਰ ਦੀ ਸੱਚਾਈ ਕੋਈ ਫਕੀਰ ਹੀ ਦੱਸ ਸਕਦਾ ਹੈ। ਇਹ ਦਵਾਈ ਸਹੀ ਹੈ ਜਾਂ ਗਲਤ ਹੈ, ਇਹਦੀ ਜਾਣਕਾਰੀ ਇੱਕ ਕਾਮਿਲ ਡਾਕਟਰ ਹੀ ਦੱਸ ਸਕਦਾ ਹੈ ਕਿ ਤੂੰ ਸਹੀ ਦਵਾਈ ਖਾ ਰਿਹਾ ਹੈ ਜਾਂ ਗਲਤ ਹੈ। ਤਾਂ ਜਿਹਨੂੰ ABC ਪਤਾ ਹੀ ਨਾ ਹੋਵੇ ਦਵਾਈਆਂ ਦੀ, ਉਹ ਤੈਨੂੰ ਕਹੀ ਜਾਵੇ ਗਲਤ ਦਵਾਈ ਹੈ, ਗਲਤ ਦਵਾਈ ਹੈ, ਤੁਸੀਂ ਬੜੀ ਜਲਦੀ ਯਕੀਨ ਕਰ ਲੈਂਦੇ ਹੋ। ਪਹਿਲਾਂ ਨੌਲੇਜ ਤਾਂ ਦੇਖੋ, ਉਹਦੀ ਨੌਲੇਜ ਹੈ ਵੀ ਉੱਥੇ ਤੱਕ। ਉਹ ਕਹਿੰਦਾ ਮੈਂ ਤਾਂ ਆਟੋ ਚਲਾਉਂਦਾ। ਨੱਥੂ ਲਾਲ ਕਹਿੰਦਾ ਅੱਛਾ ਦੱਸ ਵੇ ਤੈਨੂੰ ਕਿੱਦਾਂ ਕਿਹਾ ਗਿਆ? ਉਹ ਕਹਿੰਦਾ ਮੈਨੂੰ ਉਹ ਰਾਮੂ ਨੇ ਕਿਹਾ ਸੀ।
ਕਿ ਫਕੀਰ ਝੂਠੇ ਹੁੰਦੇ ਆ, ਫਕੀਰਾਂ 'ਚ ਕੋਈ ਤਾਕਤ ਨਹੀਂ ਹੁੰਦੀ। ਹੁਣ ਨੱਥੂ ਲਾਲ ਵੀ ਮੂੜ 'ਚ ਸੀ, ਕਹਿੰਦਾ ਚੱਲ ਫਿਰ ਰਾਮੂ ਨੂੰ ਪੁੱਛਦੇ ਹਾਂ ਕਿ ਭਾਈ ਤੂੰ ਆਟੋ ਚਲਾਉਣ ਵਾਲੇ ਨੂੰ ਕਹਿ ਦਿੱਤਾ ਕਿ ਫਕੀਰਾਂ 'ਚ ਕੋਈ ਤਾਕਤ ਨਹੀਂ ਹੁੰਦੀ, ਫਕੀਰ ਪਖੰਡੀ ਹੁੰਦੇ ਆ, ਚੱਲ ਦੇਖਦੇ ਸ਼ਾਇਦ ਤੇਰਾ ਰਾਮੂ ਕੋਈ ਕਰਨੀ ਵਾਲਾ ਫਕੀਰ ਹੋਵੇ ਜਿਹਨੂੰ ਇੱਦਾਂ ਦੀ ਅੱਖ ਮਿਲੀ ਹੋਵੇ ਕਿ ਉਹ ਦੱਸ ਰਿਹਾ ਕਿਹੜਾ ਸੱਚ ਹੈ ਕਿਹੜਾ ਝੂਠ ਹੈ। ਕਿਉਂਕਿ ਸੋਨਾ ਅਸਲੀ ਹੈ ਜਾਂ ਨਕਲੀ ਇਹ ਸੁਨਿਆਰ ਹੀ ਦੱਸ ਸਕਦਾ ਹੈ, ਆਮ ਬੰਦਾ ਨਹੀਂ। ਆਮ ਬੰਦਾ ਧੋਖਾ ਖਾ ਜਾਂਦਾ ਹੈ, ਆਮ ਬੰਦੇ ਨੂੰ ਤਾਂ ਝਾਲ ਫੇਰ ਕੇ ਦੇ ਦਿਓ, ਕਹਿ ਦਿਓ ਬਈ ਇਹ 24 ਕੈਰਟ ਦਾ ਸੋਨਾ ਤਾਂ ਬੰਦੇ ਨੇ ਮੰਨ ਕੇ ਤੁਰ ਪੈਣਾ ਹੈ, ਪਰ ਜਿਹਦੇ ਕੋਲ ਅੱਖ ਹੈ ਨਾ ਸੁਨਿਆਰ ਨੂੰ ਤੁਸੀਂ 24 ਕੈਰਟ ਦਾ ਵੀ ਸੋਨਾ ਦੇ ਦਿਓ, ਪਹਿਲਾਂ ਉਹਨੂੰ ਰਗੜ ਕੇ ਦੇਖਣਾ ਹੈ, ਪਰਖ ਕੇ ਦੇਖਣਾ ਹੈ, ਆਪਣੀ ਤਸੱਲੀ ਕਰਨੀ ਹੈ, ਫਿਰ ਉਹਨਾਂ ਕਹਿਣਾ ਹੈ ਕਿ ਸੋਨਾ ਸਹੀ ਹੈ ਜਾਂ ਗਲਤ। ਇਹ ਨਹੀਂ ਕਿ ਤੁਹਾਡੀ ਗੱਲ ਮੰਨ ਕੇ ਉੱਦਾਂ ਹੀ ਉਹਨਾਂ ਪੈਸੇ ਦੇ ਕੇ ਤੋਰ ਦੇਣਾ ਤੁਹਾਨੂੰ, ਕਿਉਂਕਿ ਜਿਹਨਾਂ ਤੋਂ ਅੱਖ ਹੁੰਦੀ ਪਹਿਲਾਂ ਆਪ ਪਰਖਦੇ ਹੈ। ਪਰ ਅਸੀਂ ਕਿੰਨਾ ਫਕੀਰਾਂ ਨੂੰ ਪਰਖਦੇ ਹਾਂ, ਅਸੀਂ ਕਿੰਨਾ ਫਕੀਰਾਂ ਨਾਲ ਪਿਆਰ ਕਰਦੇ ਹਾਂ, ਕਿਸੇ ਨੇ ਕਹਿ ਦਿੱਤਾ, ਕਿਸੇ ਨਸ਼ੇੜੀ ਨੇ, ਕਿਸੇ ਨਸ਼ੇ ਕਰਨ ਵਾਲੇ ਨੇ, ਕਿਸੇ ਸੁਲਫਾ ਪੀਣ ਵਾਲੇ ਨੇ, ਕਿਸੇ ਸ਼ਰਾਬੀ ਨੇ, ਲੈ ਫਕੀਰਾਂ ਕੋਲ ਕੀ ਹੁੰਦਾ ਸੀ, ਮੰਨ ਕੇ ਬਹਿ ਜਾਂਦੇ। ਪਹਿਲਾਂ ਦੇਖੋ ਤਾਂ ਸਹੀ, ਇਹਦੇ ਕੋਲ ਅੱਖ ਵੀ ਹੈ ਫਕੀਰਾਂ ਨੂੰ ਦੇਖਣ ਵਾਲੀ। ਹੁਣ ਤੁਸੀਂ ਆਮ ਬੰਦੇ ਕੋਲ ਨਹੀਂ ਜਾਂਦੇ ਕਿ ਮੈਨੂੰ ਦਵਾਈ ਦੇ, ਮੇਰੇ ਦਰਦ ਹੈ, ਤੁਸੀਂ ਕਿਸੇ ਅੱਛੇ ਡਾਕਟਰ ਕੋਲ ਜਾਂਦੇ ਹੋ। ਤਾਂ ਜੇ ਸਰੀਰ ਦੀ ਮਰਜ਼ ਦੀ ਦਵਾਈ ਲੈਣ ਵਾਸਤੇ ਅੱਛੇ ਡਾਕਟਰ ਕੋਲ ਜਾਂਦੇ ਆ, ਤਾਂ ਜਿਹੜੀ ਰੂਹ ਦਾ ਮਰਜ਼ ਹੈ ਉਹਦੀ ਦਵਾਈ ਵੀ ਤਾਂ ਕੋਈ ਅੱਛਾ ਫਕੀਰ ਸੰਤ ਗੁਰੂ ਰਹਿਬਰੀ ਦੇ ਸਕਦਾ ਹੈ। ਉੱਥੇ ਅਸੀਂ ਐਰਿਆਂ ਗੈਰਿਆਂ ਨੂੰ ਪੁੱਛਦੇ ਫਿਰਦੇ ਹਾਂ, ਕੋਈ ਹੱਥ ਦਿਖਾਉਣ ਵਾਲਾ ਵੀ ਉਹਨੂੰ ਪੁੱਛਣ ਲੱਗ ਪੈਂਦੇ ਹਾਂ, ਉਹ ਸਾਨੂੰ ਲੁੱਟ ਲੈਂਦਾ, ਸਾਡਾ ਵਿਸ਼ਵਾਸ ਫਕੀਰਾਂ ਤੋਂ ਉੱਠ ਜਾਂਦਾ ਹੈ। ਇਹ ਤਾਂ ਉਹੀ ਗੱਲ ਹੋ ਗਈ, ਕੋਈ ਰਸਤੇ ਕਿਨਾਰੇ ਤੰਬੂ ਲਾ ਕੇ ਬੈਠਾ ਹੋਵੇ, ਇੱਥੇ 24 ਕੈਰਟ ਦਾ ਸੋਨਾ ਮਿਲਦਾ ਹੈ, ਤੁਸੀਂ ਜਾਓ ਸੋਨਾ ਖਰੀਦ ਲਿਆਵੋ, ਉਹ ਤੁਹਾਨੂੰ ਦੇ ਦੇਵੇ ਨਕਲੀ ਸੋਨਾ, ਬਾਅਦ 'ਚ ਤੁਸੀਂ ਕਹਿੰਦੇ ਫਿਰ ਉਹ ਇਹ ਸਾਰੇ ਸੁਨਿਆਰ ਹੀ ਧੋਖੇਬਾਜ਼ ਹੈ, ਪੈਸੇ ਲੈ ਲਏ ਸੋਨਾ ਖਰਾ ਦਿੱਤਾ ਹੀ ਨਹੀਂ। ਤਾਂ ਉਹ 'ਚ ਸੁਨਿਆਰਾਂ ਦਾ ਕੋਈ ਦੋਸ਼ ਨਹੀਂ, ਤੁਸੀਂ ਗਲਤ ਜਗ੍ਹਾ ਫਸ ਗਏ। ਤੁਸੀਂ ਕਿਸੇ ਸੱਚੇ ਫਕੀਰ ਕੋ ਜਾਵੋ, ਸੱਚੇ ਸੰਤ ਕੋ ਜਾਵੋ, ਜਿਹਦੇ ਪੱਲੇ ਵਾਕਈ ਗਿਆਨ ਹੋਵੇ, ਫਿਰ ਤੁਹਾਨੂੰ ਪਤਾ ਲੱਗੇ ਕਿ ਰੱਬ ਦੀ ਰਹਿਮਤ ਕੀ ਹੁੰਦੀ ਹੈ। ਤੁਸੀਂ ਜਦੋਂ ਝੋਲਾ ਛਾਪ ਪਿੱਛੇ ਘੁੰਮੀ ਜਾਣਾ, ਤਾਂ ਬਾਅਦ 'ਚੋਂ ਧੋਖੇ ਉਹਨਾਂ ਨੇ ਦੇਣੇ, ਤਾਂ ਬਦਨਾਮ ਸੱਚੇ ਫਕੀਰਾਂ ਸੰਤਾਂ ਨੂੰ ਤੁਸੀਂ ਕਰ ਦਿੰਦੇ। ਜ਼ਰਾ ਸੋਚੋ, ਨੱਥੂ ਲਾਲ ਨੇ ਕਿਹਾ ਚੱਲ ਤੇਰੇ ਦੋਸਤ ਰਾਮੂ ਕੋਲ ਚੱਲਦੇ ਹਾਂ, ਰਾਮੂ ਨੂੰ ਮਿਲੇ ਜਾ ਕੇ। ਹਾਂਜੀ ਰਾਮੂ, ਤੁਸੀਂ ਕਹਿੰਦੇ ਹੋ, ਤੁਸੀਂ ਕਹਿੰਦੇ ਹੋ ਕਿ ਫਕੀਰ ਸੱਚੇ ਨਹੀਂ ਹੁੰਦੇ, ਪਖੰਡੀ ਹੁੰਦੇ ਹੈ। ਦੱਸੋ ਤੁਸੀਂ ਕਿ ਤੁਸੀਂ ਕੁਰਾਨ 'ਚੋਂ ਪੜ੍ਹ ਕੇ, ਗੀਤਾ 'ਚੋਂ ਪੜ੍ਹ ਕੇ, ਬਾਈਬਲ 'ਚੋਂ ਪੜ੍ਹ ਕੇ, ਕਿਹੜੇ ਧਾਰਮਿਕ ਗ੍ਰੰਥ 'ਚੋਂ ਪੜ੍ਹ ਕੇ ਤੁਸੀਂ ਇਹ ਗੱਲਾਂ ਕਹੀਆਂ? ਤਾਂ ਰਾਮੂ ਕਹਿੰਦਾ ਜੀ ਮੈਂ ਤਾਂ ਕੋਈ ਧਾਰਮਿਕ ਗ੍ਰੰਥ ਪੜ੍ਹਿਆ ਨਹੀਂ। ਅੱਛਾ ਭਾਅ ਜੀ ਤੁਸੀਂ ਕੰਮ ਕੀ ਕਰਦੇ ਹੋ? ਉਹ ਮੇਰਾ ਤਾਂ ਪਾਨ ਦਾ ਖੋਖਾ ਆ। ਪਾਨ ਕਿੱਦਾਂ ਲਾਈਦਾ, ਚੂਨਾ ਕਿੱਦਾਂ ਲਾਈਦਾ ਉਹਦੇ ਬਾਰੇ ਪਤਾ ਹੈ? ਅੱਛਾ ਪਾਨ ਬਾਰੇ ਪਤਾ ਹੈ, ਚੂਨਾ ਕਿੱਦਾਂ ਲਾਈਦਾ ਉਹਦੇ ਬਾਰੇ ਪਤਾ ਹੈ। ਤਾਂ ਭਾਅ ਜੀ ਇਹ ਵੀ ਦੱਸ ਦਿਓ, ਤੁਸੀਂ ਫਕੀਰਾਂ ਨੂੰ ਮਾੜਾ ਬੋਲ ਰਹੇ ਹੋ, ਫਕੀਰੀ ਬਾਰੇ ਕੀ ਪਤਾ? ਉਹਦੇ ਬਾਰੇ ਤਾਂ ਪਤਾ ਹੀ ਕੁਛ ਨਹੀਂ। ਹੁਣ ਜਿਹਨਾਂ ਨੂੰ ਫਕੀਰੀ ਬਾਰੇ ਨਹੀਂ ਪਤਾ, ਸੰਤ ਮਤ ਬਾਰੇ ਨਹੀਂ ਪਤਾ, ਅੱਜ ਉਹ ਫੈਸਲੇ ਲੈਂਦੇ ਆ ਕਿ ਕਿਹੜਾ ਸੰਤ ਸੱਚਾ, ਕਿਹੜਾ ਸੰਤ ਝੂਠਾ। ਅੱਜ ਉਹ ਗੱਲਾਂ ਕਰਦੇ ਕਿ ਸੰਤ ਪਖੰਡੀ, ਜਿਹਨਾਂ ਨੂੰ ਕਿ ਸੰਤ ਮਤ ਬਾਰੇ ਕਾ ਖਾ ਦਾ ਵੀ ਨਹੀਂ ਪਤਾ, ਊੜੇ ਐੜੇ ਦਾ ਵੀ ਨਹੀਂ ਪਤਾ, ਏ ਬੀ ਸੀ ਦਾ ਵੀ ਨਹੀਂ ਪਤਾ, ਅੱਜ ਉਹ ਫੈਸਲੇ ਲੈਂਦੇ ਆ ਕਿ ਕਿਹੜਾ ਸੰਤ ਸੱਚਾ, ਕਿਹੜਾ ਝੂਠਾ। ਅਸੀਂ ਕਹਿੰਦੇ ਫੈਸਲੇ ਇੱਦਾਂ ਨਹੀਂ ਲਏ ਜਾਂਦੇ, ਫੈਸਲੇ ਗਿਆਨ ਦੇ ਨਾਲ ਲਏ ਜਾਂਦੇ ਆ, ਸਮਝ ਦੇ ਨਾਲ ਲਏ ਜਾਂਦੇ ਆ। ਅੱਛਾ ਪਾਨ ਦਾ ਖੋਖਾ ਭਾਅ ਜੀ, ਫਿਰ ਤੁਹਾਨੂੰ ਉਹ ਨਹੀਂ ਜੀ, ਮੈਨੂੰ ਤਾਂ ਮੇਰੇ ਦੋਸਤ ਸ਼ਾਮੂ ਨੇ ਕਿਹਾ ਸੀ ਸੰਤ ਮਾੜੇ ਹੁੰਦੇ ਆ। ਨੱਥੂ ਲਾਲ ਕਹਿੰਦਾ ਵੀ ਸ਼ਾਮੂ ਕੋਲ ਚੱਲਦੇ, ਹੁਣ ਤਿੰਨੇ ਇਕੱਠੇ ਹੋ ਗਏ, ਸ਼ਾਮੂ ਕੋਲ ਚਲੇ ਗਏ। ਹਾਂ ਵੀ ਸ਼ਾਮੂ, ਤੁਸੀਂ ਕਿੰਨੇ ਕਿਲਮ ਦੇ ਮਾਲਿਕ ਹੋ, ਕਿਹੜੀ ਪਦਵੀ ਦੇ ਮਾਲਿਕ ਹੋ, ਤੁਸੀਂ ਫਕੀਰਾਂ ਨੂੰ ਮਾੜਾ ਕਹਿੰਦੇ ਹੋ ਕਿ ਫਕੀਰ ਪਖੰਡੀ ਹੈ, ਫਕੀਰ ਇੱਦਾਂ, ਤੁਸੀਂ ਕਿਹੜਾ ਗਿਆਨ ਹਾਸਲ ਕੀਤਾ ਕਿ ਉਹ ਗਿਆਨ ਦੇ ਨਾਲ ਪਰਖ ਕੇ ਤੁਸੀਂ ਕਹਿ ਰਹੇ ਹੋ? ਉਹ ਕਹਿੰਦਾ ਗਿਆਨ ਤਾਂ ਮੈਂ ਕੋਈ ਹਾਸਲ ਨਹੀਂ ਕੀਤਾ। ਫਿਰ ਤੁਸੀਂ ਕੀ ਕਰਦੇ ਹੋ? ਉਹ ਮੈਂ ਤਾਂ ਟਮਾਟਰ ਵੇਚਦਾ ਹਾਂ, ਸਬਜ਼ੀ ਵੇਚਦਾ ਹਾਂ। ਹੁਣ ਇੱਕ ਆਟੋ ਚਲਾਉਣ ਵਾਲਾ, ਇੱਕ ਪਾਨ ਦਾ ਖੋਖਾ ਚਲਾਉਣ ਵਾਲਾ, ਇੱਕ ਸਬਜ਼ੀ ਵੇਚਣ ਵਾਲਾ, ਇੱਕ ਕੱਪੜਾ ਵੇਚਣ ਵਾਲਾ, ਇੱਕ ਦੁਨਿਆਵੀ ਕੰਮ ਕਰਨ ਵਾਲਾ ਅੱਜ ਫਕੀਰਾਂ ਨੂੰ ਕਹਿ ਰਿਹਾ ਹੈ ਕਿ ਫਕੀਰਾਂ ਦੇ ਪੱਲੇ ਕੁਛ ਵੀ ਹੈ ਨਹੀਂ। ਉਹ ਪਹਿਲਾਂ ਫਕੀਰਾਂ ਨੂੰ ਕਹਿਣ ਤੋਂ ਪਹਿਲਾਂ ਫਕੀਰੀ ਨੂੰ ਸਮਝ ਤਾਂ ਲਓ।
ਸੰਤ ਮਤ ਨੂੰ ਤਾਂ ਸਮਝੋ, ਉਹ ਪ੍ਰਭੂ ਦੀ ਰਹਿਮਤ ਨੂੰ ਤਾਂ ਸਮਝੋ। ਕੱਲ ਨੂੰ ਤੁਹਾਡੇ ਵਰਗੇ ਉੱਠ ਕੇ ਕਹਿੰਦੇ ਹੈ ਨੀ ਰੱਬ, ਤਾਂ ਤੁਹਾਡੇ ਹੈ ਨੀ ਰੱਬ ਕਹਿਣ ਨਾ ਕੋਈ ਰੱਬ ਹੈ ਨੀ ਹੋ ਜਾਣਾ। ਕੋਈ ਪਾਨ ਦੇ ਖੋਖੇ ਵਾਲਾ ਕਹਿੰਦੇ ਹੈ ਨੀ ਰੱਬ ਮੈਂ ਨੀ ਮੰਨਦਾ, ਤਾਂ ਤੁਸੀਂ ਕਹਿ ਦੋਗੇ ਰੱਬ ਹੈ ਨੀ? ਪਾਨ ਵਾਲੇ ਨੇ ਕਹਿ ਦਿੱਤਾ, ਪੱਤਿਆਂ ਦੇ ਚੂਨੇ ਲਾਉਂਦੇ ਲਾਉਂਦੇ ਤੁਹਾਨੂੰ ਵੀ ਲਾ ਦਿੱਤਾ ਰੱਬ ਹੈ ਨੀ। ਕਿੱਡਾ ਵੱਡਾ ਚੂਨਾ ਲਾ ਦਿੱਤਾ ਰੱਬ ਹੈ ਨੀ, ਤਾਂ ਹੁਣ ਉਹ ਮੂਰਖ ਹੋਏਗਾ ਜਿਹੜਾ ਉਹਦੀ ਗੱਲ ਮੰਨ ਕੇ ਤੁਰ ਪਏਗਾ। ਯਾਨੀ ਕਹਿਣ ਦਾ ਮਤਲਬ ਕੀ ਕਿ ਅਗਰ ਕੋਈ ਤੁਹਾਨੂੰ ਕੋਈ ਗੱਲ ਦੱਸਦਾ ਹੈ, ਪਹਿਲਾਂ ਉਹਦਾ ਗਿਆਨ ਦੇਖੋ, ਉਹਦੀ ਸਮਝ ਦੇਖੋ, ਉਹਦੀ ਪਦਵੀ ਦੇਖੋ। ਤੁਸੀਂ ਕਿਤੇ ਓਪਰੇਸ਼ਨ ਵੀ ਕਰਾਉਣਾ ਹੋਵੇ ਤਾਂ ਪਹਿਲਾਂ ਤੁਸੀਂ ਦੇਖਦੇ ਹੋ ਕਿ ਡਾਕਟਰ ਦੀ ਨੌਲੇਜ ਕੀ ਹੈ, ਡਾਕਟਰ ਦਾ ਗਿਆਨ ਕੀ ਹੈ, ਡਾਕਟਰ ਦੀ ਸਮਝ ਕੀ ਹੈ। ਪਹਿਲਾਂ ਤੁਸੀਂ ਹਜ਼ਾਰ ਪਾਸਿਓਂ ਪਤਾ ਕਰਦੇ ਹੋ ਡਾਕਟਰ ਕਿੱਦਾਂ ਹੈ, ਤਾਂ ਫਿਰ ਤੁਸੀਂ ਆਪਣੇ ਸਰੀਰ ਦਾ ਓਪਰੇਸ਼ਨ ਕਰਨ ਤੁਰਦੇ ਹੋ। ਤਾਂ ਇੱਥੇ ਫਕੀਰਾਂ ਨੂੰ ਬਿਨਾਂ ਜਾਣਿਆ, ਬਿਨਾਂ ਸਮਝਿਆ ਕਿ ਇਹਨਾਂ ਪੱਲੇ ਗਿਆਨ ਹੈ ਵੀ ਜਾਂ ਨਹੀਂ, ਉੱਥੇ ਜਾ ਕੇ ਅਸੀਂ ਕਹਿੰਦੇ ਤੁਸੀਂ ਸਾਡੇ ਮੁਰਸ਼ਿਦ, ਤੁਸੀਂ ਸਾਡੇ ਗੁਰੂ, ਤਾਂ ਫਿਰ ਜਦੋਂ ਮਿਲਦਾ ਹੈ ਧੋਖਾ ਤਾਂ ਫਿਰ ਅਸੀਂ ਕਹਿੰਦੇ ਲੈ ਸਾਰੇ ਫਕੀਰ ਫਕੰਡੀ, ਸੱਚ ਤੱਕ ਆਪ ਨਹੀਂ ਪਹੁੰਚੇ, ਤਾਂ ਕਹਿ ਦੋਸ਼ ਫਕੀਰਾਂ ਨੂੰ ਦੇ ਦਿੰਦੇ। ਸੋ ਸਮਝਣਾ ਜ਼ਰਾ ਸਾਰੇ ਜੀਵ। ਇਸ ਲਈ ਇੱਕ ਵਾਰ ਫਿਰ ਕਹਾਂਗੇ ਕਿ ਗਲਤ ਲਿਖਿਆ ਜਾਂ ਸਹੀ ਲਿਖਿਆ, ਇਹ ਜਾਣਨ ਵਾਸਤੇ ਵੀ ਸਾਨੂੰ ਪੜ੍ਹਨ ਦੀ ਸਮਝ ਹੋਣੀ ਚਾਹੀਦੀ ਹੈ। ਜੇ ਬਿਨਾਂ ਪੜ੍ਹਿਆ ਬਿਨਾਂ ਜਾਣਿਆ ਹੀ ਬੋਲੀ ਜਾਓ ਆਹ ਗਲਤ ਹੈ ਗਲਤ ਹੈ ਗਲਤ ਹੈ। ਹੁਣ ਕੋਈ ਕਹਿੰਦਾ ਗੀਤਾ ਗਲਤ ਹੈ, ਅਸੀਂ ਕਹਿੰਦੇ ਗੀਤਾ ਪੜ੍ਹੀ ਵੀ ਹੈ ਤੁਸੀਂ? ਪਹਿਲਾਂ ਪੜ੍ਹੋ ਫਿਰ ਜਾਣੋ। ਕੋਈ ਕਹਿੰਦਾ ਕੁਰਾਨ ਗਲਤ ਹੈ, ਕੋਈ ਕਹਿੰਦਾ ਗੁਰਬਾਣੀ ਗਲਤ ਹੈ, ਕੋਈ ਕਹਿੰਦਾ ਬਾਈਬਲ ਗਲਤ ਹੈ, ਅਸੀਂ ਕਹਿੰਦੇ ਪੜ੍ਹੋ ਪਹਿਲਾਂ ਸਮਝੋ ਫਿਰ ਪਤਾ ਲੱਗੇਗਾ ਗਲਤ ਕੋਈ ਵੀ ਨਹੀਂ ਹੈ। ਬਸ ਇਨਸਾਨ ਦੀ ਸੋਚ ਹੀ ਗਲਤ ਹੋ ਜਾਂਦੀ ਹੈ, ਇਨਸਾਨ ਦੀ ਸਮਝ ਹੀ ਗਲਤ ਹੋ ਜਾਂਦੀ। ਨਹੀਂ ਤਾਂ ਹਰ ਧਾਰਮਿਕ ਸ਼ਾਸਤਰ ਦੇ ਅੰਦਰ ਪਰਮਾਤਮਾ ਦੀ ਗੱਲ ਕੀਤੀ ਹੈ, ਪ੍ਰੇਮ ਦੀ ਗੱਲ ਕੀਤੀ ਹੈ, ਏਕਤਾ ਦੀ ਗੱਲ ਕੀਤੀ ਹੈ, ਮੁਹੱਬਤ ਦੀ ਗੱਲ ਕੀਤੀ ਹੈ। ਹੁਣ ਜੇ ਅਸੀਂ ਸਮਝ ਹੀ ਨਾ ਪਾਈਏ ਤਾਂ ਫਿਰ ਉਹ 'ਚ ਕਸੂਰ ਉਹ ਧਾਰਮਿਕ ਸ਼ਾਸਤਰਾਂ ਦਾ ਗ੍ਰੰਥਾਂ ਦਾ ਨਹੀਂ, ਉਹ 'ਚ ਕਸੂਰ ਬੰਦੇ ਦੀ ਆਪਣੀ ਸਮਝ ਦਾ ਹੈ। ਇਸ ਲਈ ਸਮਝਣਾ। ਹੁਣ ਉਸ ਟੌਪਿਕ 'ਤੇ ਆ ਜਾਈਏ ਕਿ ਬੰਦਿਆਂ ਦੇ ਮਨ 'ਚ ਹੋਏਗਾ, ਕਈਆਂ ਦੇ ਮਨ 'ਚ ਹੋਏਗਾ ਲੈ ਹਜ਼ੂਰ ਨੇ ਬਗਦਾਦ ਤੋਂ ਜੁੱਤੀ ਮਾਰੀ ਸ਼ਾਮ ਕਿੱਦਾਂ ਪਹੁੰਚ ਗਈ, ਕਿਉਂਕਿ ਮਿਸਾਲ ਦੇ ਕੇ ਸਮਝਾਉਣਾ ਪੈਂਦਾ। ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਥੋੜ੍ਹਾ ਮਿਸਾਲ ਦੇ ਕੇ ਸਮਝਾਉਣਾ ਪੈਂਦਾ ਹੈ। ਸੋ ਮਿਸਾਲ ਦੇ ਦਈਏ ਕਿ ਇੱਕ ਸਮਾਂ ਉਹ ਸੀ ਕਿ ਜਦੋਂ ਨੱਥੂ ਲਾਲ ਦਾ ਇੱਕ ਭਰਾ ਅਮੈਰੀਕਾ 'ਚ ਬੈਠਾ ਸੀ, ਨੱਥੂ ਲਾਲ ਦਾ ਬ੍ਰਦਰ ਇੱਕ ਭਰਾ ਅਮੈਰੀਕਾ 'ਚ ਬੈਠਾ ਸੀ, ਉਹਨੇ ਲੈਂਡਲਾਈਨ 'ਤੇ ਫੋਨ ਕੀਤਾ। ਉਸ ਸਮੇਂ ਫੋਨ ਬਹੁਤ ਘੱਟ ਹੁੰਦੇ ਸੀ, ਪਰ ਨੱਥੂ ਲਾਲ ਦੇ ਘਰ ਫੋਨ ਲੱਗਾ ਸੀ ਲੈਂਡਲਾਈਨ, ਮੋਬਾਈਲ ਨਹੀਂ ਆਏ ਸੀ ਉਦੋਂ। ਉਹਨੇ ਫੋਨ ਕੀਤਾ ਨੱਥੂ ਲਾਲ ਨੂੰ ਕਿ ਨੱਥੂ ਲਾਲ ਵੀਰ, ਉਹ ਯਾਰ ਮੈਨੂੰ ਬੜੇ ਜ਼ਰੂਰੀ ਮੇਰੇ ਸਰਟੀਫਿਕੇਟ ਚਾਹੀਦੇ ਆ, ਡਾਕੂਮੈਂਟ ਚਾਹੀਦੇ ਹੈ। ਨੱਥੂ ਲਾਲ ਨੇ ਕਿਹਾ ਤੂੰ ਤਾਂ ਅਮੈਰੀਕਾ ਆ, ਤੇਰੇ ਡਾਕੂਮੈਂਟ ਮੈਂ ਇੱਥੇ ਕਿੱਦਾਂ ਪਜਾਵਾਂ? ਉਹ ਕਹਿੰਦਾ ਇਸ ਤਰ੍ਹਾਂ ਕਰ, ਮੇਰੇ ਡਾਕੂਮੈਂਟ ਅਲਮਾਰੀ 'ਚ ਪਏ ਆ, ਤੂੰ ਇੱਥੋਂ ਲੈ ਆਪਣੇ ਜਿਹੜਾ ਨੇੜੇ ਇੱਕ PCO ਨਾ ISDPCO, ਉੱਥੇ ਫੈਕਸ ਮਸ਼ੀਨ ਆ, ਫੈਕਸ ਨਵੀਂ ਨਵੀਂ ਫੈਕਸ ਆਈ ਸੀ। ਫੈਕਸ ਦਾ ਮਤਲਬ ਸਮਝਦੇ ਨਾ ਤੁਸੀਂ, ਅੱਜ ਕੱਲ੍ਹ ਤਾਂ ਈਮੇਲ ਹੈ, ਵਟਸਐਪ ਹੈ, ਸਭ ਕੁਛ ਹੈ। ਉਸ ਵੇਲੇ ਫੈਕਸ ਆਈ ਸੀ, ਨਵੀਂ ਨਵੀਂ ਮਸ਼ੀਨ, ਕੋਈ ਵੀ ਡਾਕੂਮੈਂਟ ਇੱਥੋਂ ਉੱਥੇ ਨੂੰ ਭੇਜਣਾ। ਤਾਂ ਉਸ ਵੇਲੇ ਉਹਨਾਂ ਬ੍ਰਦਰ ਨੇ ਕਿਹਾ, ਨੱਥੂ ਲਾਲ ਦੇ ਭਰਾ ਨੇ ਕਿਹਾ, ਤੂੰ ਇੱਦਾਂ ਕਰ ਮੇਰੇ ਡਾਕੂਮੈਂਟ ਲੈ ਜਾ ਫੈਕਸ ਮਸ਼ੀਨ 'ਤੇ, ਉੱਥੋਂ ਜਾ ਕੇ ਫੈਕਸ ਕਰ ਦੇ। ਅੱਛਾ ਕਹਿੰਦਾ ਠੀਕ ਹੈ, ਹੁਣ ਆ ਕਿੱਦਾਂ ਆ? ਉਹ ਕਹਿੰਦਾ ਤੈਨੂੰ ਸਮਝਾਉਣ 'ਚ ਮੇਰਾ ਟਾਈਮ ਨਾ ਖਰਾਬ ਕਰ, ਮੈਂ ਆਪਣੀ ਡਿਊਟੀ 'ਤੇ ਹਾਂ, ਤੂੰ ਡਾਕੂਮੈਂਟ ਲੈ ਜਾ, ਮੇਰੇ ਸਰਟੀਫਿਕੇਟ ਲੈ ਜਾ, ਉੱਥੇ ਦੁਕਾਨ 'ਤੇ ਜਿਹੜਾ ਬੈਠਾ ਹੋਏਗਾ ਉਹਨੂੰ ਕਹਿ ਦੇ ਫੈਕਸ ਕਰਨੇ। ਨੱਥੂ ਲਾਲ ਨੇ ਫਟਾਫਟ ਸਰਟੀਫਿਕੇਟ ਕੱਢੇ, ਫਾਈਲ 'ਚ ਪਾਏ, ਲੈ ਕੇ ਚਲਾ ਗਿਆ �STDPCO 'ਤੇ ਜਿੱਥੇ ਫੈਕਸ ਦੀ ਸੁਵਿਧਾ ਸੀ, ਜਾ ਕੇ ਗਿਆ ਨੱਥੂ ਲਾਲ। ਹੁਣ ਨੱਥੂ ਲਾਲ ਜਦੋਂ ਗਿਆ ਤਾਂ ਦੁਕਾਨਦਾਰ ਨੇ ਪੁੱਛਿਆ, ਹਾਂਜੀ ਭਾਅ ਜੀ ਦੱਸੋ ਕਿੱਦਾਂ ਆਇਓ? ਉਹ ਕਹਿੰਦਾ ਮੇਰਾ ਭਰਾ ਅਮੈਰੀਕਾ 'ਚ ਰਹਿੰਦਾ ਹੈ, ਉਹਨੇ ਆਹ ਡਾਕੂਮੈਂਟ ਮੰਗਾਏ ਹੈ, ਸਰਟੀਫਿਕੇਟਸ ਮੰਗਾਏ ਹੈ, ਪਰ ਮੈਨੂੰ ਸਮਝ ਨਹੀਂ ਆਉਂਦੀ ਮੈਂ ਭੇਜਣੇ ਕਿੱਦਾਂ ਉੱਥੇ। ਉਹ ਕਹਿੰਦਾ ਸੀ ਕੋਈ ਫੈਕਸ ਫੈਕਸ ਕਰ ਦੇ, ਇੱਦਾਂ ਕੁਛ ਨਾ ਲੈਂਦਾ ਸੀ, ਕਿਉਂਕਿ ਪਤਾ ਨਹੀਂ ਸੀ ਹਾਲੇ, ਪਹਿਲੀ ਪਹਿਲੀ ਨਵੀਂ ਨਵੀਂ ਮਸ਼ੀਨ ਆਈ ਸੀ ਆਪਣੇ ਇੰਡੀਆ 'ਚ। ਤਾਂ ਉਸ ਵੇਲੇ ਉਹ ਦੁਕਾਨਦਾਰ ਕਹਿੰਦਾ ਮੈਨੂੰ ਪਤਾ ਹੈ, ਮੈਂ ਕਰ ਦਿੰਦਾ ਹਾਂ, ਤੂੰ ਸਰਟੀਫਿਕੇਟ ਲਿਆ। ਉਹਨਾਂ ਸਰਟੀਫਿਕੇਟ ਦਿੱਤੇ, ਕਹਿੰਦਾ ਜੀ ਕਰ ਦਿਓ।
ਉਹ ਕਹਿੰਦਾ ਭਾਈ ਨੰਬਰ ਤਾਂ ਦੇ, ਕਰਨੇ ਕਿੱਥੇ ਹੈ, ਕਿਉਂਕਿ ਨੰਬਰ ਵੀ ਹੁੰਦਾ ਫੈਕਸ ਨੰਬਰ, ਉਹ ਤਾਂ ਦੇ। ਮੱਥੂ ਲਾਲ ਕਹਿੰਦਾ ਠਹਿਰ ਇੱਕ ਮਿੰਟ। ਉਹਨਾਂ ਆਪਣੇ ਉੱਥੋਂ ਹੀ ਐਸਟੀਡੀ ਤੋਂ ਭਰਾ ਨੂੰ ਫੋਨ ਮਾਰਿਆ ਕਿ ਭਾਈ ਤੇਰਾ ਫੋਨ ਵਾਲਾ ਨੰਬਰ ਤਾਂ ਮੇਰੇ ਕੋਲ ਹੈਗਾ, ਫੈਕਸ ਨੰਬਰ ਕਿਹੜਾ ਤੇਰਾ, ਇਹਨੂੰ ਲਿਖਾ ਦੇ। ਕਹਿੰਦਾ ਫੈਕਸ ਨੰਬਰ ਚਾਹੀਦਾ ਹੈ। ਉਹਨੇ ਦੁਕਾਨਦਾਰ ਨੂੰ ਲਿਖਾਇਆ ਇਸ ਨੰਬਰ 'ਤੇ ਫੈਕਸ ਕਰ ਦਿਓ। ਹੁਣ ਦੁਕਾਨਦਾਰ ਨੇ ਨੰਬਰ ਲਿਖਿਆ, ਮਸ਼ੀਨ ਚਾਲੂ ਕੀਤੀ ਫੈਕਸ ਵਾਲੀ, ਪਹਿਲਾ ਸਰਟੀਫਿਕੇਟ ਪਕੜਿਆ, ਉਹਦੇ 'ਚ ਦੇਣ ਲੱਗ ਪਿਆ, ਯਾਨੀ ਵਿੱਚ ਜਾਂਦਾ ਮਸ਼ੀਨ ਦੇ। ਮੱਥੂ ਲਾਲ ਦੇਖੇ ਕਹਿੰਦਾ ਹੈ ਕੋਈ ਇੱਥੋਂ ਅਮੈਰੀਕਾ ਚਲ ਜਾਓ, ਆ ਥੱਲੇ ਪਾਈਪ ਲਾਇਆ ਕੋਈ, ਇਹ ਜਾਣਾ ਕਿੱਦਾਂ ਇੱਥੋਂ, ਨਾ ਥੱਲੇ ਕੋਈ ਸੁਰੰਗ ਹੈ ਕਿ ਇੱਥੇ ਪਾਇਆ ਤਾਂ ਉੱਥੇ ਅਮੈਰੀਕਾ ਨਿਕਲ ਜਾਣਾ। ਉਹ ਫੈਕਸ ਵਾਲਾ ਕਹਿੰਦਾ ਭਰਾਵਾ ਸ਼ਾਂਤ ਹੋ ਰਿਹਾ। ਉਹ ਨੱਥੂ ਲਾਲ ਕਿਉਂਕਿ ਦੇਖ ਲਿਆ ਸਮਝ ਘੱਟ ਹੀ ਇਹਦੀ, ਕਹਿੰਦਾ ਭਾਈ ਸ਼ਾਂਤ ਹੋ। ਹੁਣ ਫੈਕਸ ਘੁੰਮ ਕੇ ਪੇਪਰ ਜਿਹੜਾ ਹੈ ਜਦੋਂ ਬਾਹਰ ਆ ਗਿਆ, ਨੱਥੂ ਲਾਲ ਕਹਿੰਦਾ ਦੇਖ ਲਾ ਬਾਹਰ ਆ ਗਿਆ, ਗਿਆ ਨਹੀਂ, ਲੱਗਦਾ ਜਿਹੜੀ ਸੁਰੰਗ ਪੁੱਟੀ ਉਹ ਪੂਰ ਹੋ ਗਈ ਹੋਣੀ ਹੈ, ਬੰਦ ਹੋ ਗਈ ਹੋਣੀ ਹੈ, ਵਾਪਸ ਆ ਗਿਆ ਕਾਗਜ਼। ਉਹ ਕਹਿੰਦਾ ਭਰਾਵਾ ਚਲਾ ਗਿਆ ਚਲਾ ਗਿਆ, ਮੈਨੂੰ ਦੂਜਾ ਪੇਪਰ ਦੇ, ਆ ਲੈ ਆਪਣਾ ਅਸਲੀ ਪੇਪਰ ਫੜ ਦੂਜਾ ਦੇ। ਉਹਨਾਂ ਦੂਜਾ, ਫਿਰ ਤੀਜਾ, ਫਿਰ ਚੌਥਾ, ਪੰਜ ਪੇਪਰ ਸੀ ਫੈਕਸ ਕਰ ਦਿੱਤੇ। ਉਹ ਨੱਥੂ ਲਾਲ ਕਹਿੰਦਾ ਕਮਾਲ ਦੀ ਗੱਲ ਹੈ, ਗਏ ਕਿੱਦਾਂ ਹੈ, ਮੁੜ ਕੇ ਵਾਪਸ ਆਈ ਜਾਂਦੇ ਆ, ਇਹ ਫੈਕਸ ਇੱਥੋਂ ਉੱਥੇ ਕਿੱਦਾਂ ਪਹੁੰਚ ਗਈ, ਕਿੱਦਾਂ ਪਹੁੰਚੀ। ਜਦ ਨੂੰ ਉਹਦੇ ਭਰਾ ਦਾ ਐਸਟੀਡੀ ਦੇ ਫੋਨ ਆ ਗਿਆ, ਕਿਉਂਕਿ ਉੱਥੋਂ ਕਾਲ ਕੀਤੀ ਸੀ ਉਸਨੇ, ਆ ਗਿਆ ਨੱਥੂ ਲਾਲ ਨਾਲ ਗੱਲ ਕਰਾਓ, ਨੱਥੂ ਲਾਲ ਨਾਲ ਗੱਲ ਕੀਤੀ। ਨੱਥੂ ਲਾਲ, ਨੱਥੂ ਲਾਲ ਕਹਿੰਦਾ ਭਰਾਵਾ ਮੈਂ ਕੋਸ਼ਿਸ਼ ਕਰ ਲਈ, ਜਾਂਦੇ ਨਹੀਂ ਇਹ, ਵਾਪਸ ਆਈ ਜਾਂਦੇ, ਕਿੰਨੀ ਵਾਰੀ ਪੇਪਰ ਪਾਏ, ਵਾਪਸ ਆਈ ਜਾਂਦੇ। ਉਹ ਭਰਾ ਕਹਿੰਦਾ ਭਰਾਵਾ ਮੈਨੂੰ ਮਿਲ ਗਏ ਆ ਪੇਪਰ, ਮੈਨੂੰ ਮਿਲ ਗਏ ਆ। ਉਹ ਨੱਥੂ ਲਾਲ ਕਹਿੰਦਾ ਤੈਨੂੰ ਕਿੱਦਾਂ ਮਿਲ ਗਏ, ਤਾਂ ਮੇਰੇ ਹੱਥ 'ਚ ਹੈ, ਆ ਮੈਂ ਫੜੇ ਹੋਏ ਆ, ਤੈਨੂੰ ਕਿੱਦਾਂ ਮਿਲ ਗਏ। ਉਹ ਕਹਿੰਦਾ ਨੱਥੂ ਲਾਲ ਵੀਰ ਜ਼ਿਆਦਾ ਦਿਮਾਗ ਨਾ ਦੜਾ, ਇਹ ਓਰੀਜਨਲ ਹੈ, ਇਹ ਹੁਣ ਤੂੰ ਘਰ ਲੈ ਜਾ, ਮੈਨੂੰ ਮੇਰੇ ਪੇਪਰ ਮਿਲ ਗਏ ਆ। ਨੱਥੂ ਲਾਲ ਮਨ 'ਚ ਸੋਚੇ ਗਿਆ ਵੀ ਕੁਛ ਨਹੀਂ, ਘੁੰਮ ਕੇ ਵਾਪਸ ਵੀ ਮੇਰੇ ਕੋਲ ਹੀ ਆ ਗਿਆ, ਹੱਥ 'ਚ ਵੀ ਮੇਰੇ ਤਾਂ ਉਹਨੂੰ ਮਿਲ ਗਏ, ਇਹ ਕਿਹੜਾ ਜਾਦੂ ਹੈ, ਕਿਹੜਾ ਚਮਤਕਾਰ ਹੈ, ਇੱਦਾਂ ਦਾ ਚਮਤਕਾਰ। ਉਹਨੇ PCO ਵਾਲੇ ਨੂੰ ਪੁੱਛਿਆ ਭਾਜੀ ਜਾਦੂ ਕਰੋ, ਤਾਂ ਤੁਸੀਂ ਜਾਦੂ ਕਰੋ, ਕੋਈ ਜੰਤਰ ਮੰਤਰ ਜਾਣਦੇ ਹੋ ਜਾਂ ਕੋਈ ਪੀਰ ਫਕੀਰ ਹੋ। ਉਹ ਫੈਕਸ ਮਸ਼ੀਨ ਵਾਲਾ ਕਹਿੰਦਾ ਦੁਕਾਨਦਾਰ ਯਾਰ ਮੈਂ ਤਾਂ ਸਧਾਰਨ ਬੰਦਾ ਤੇਰੇ ਵਰਗਾ, ਨਹੀਂ ਆ ਮੈਨੂੰ ਇਹ ਦੱਸੋ, ਆ ਪੇਪਰ ਮੇਰੇ ਕੋਲ ਹੈ, ਹੱਥ 'ਚ ਮੇਰੇ ਆ, ਤੁਸੀਂ ਐਡੀ ਦੂਰ ਅਮੈਰੀਕਾ ਕਿੱਦਾਂ ਭਜਾ ਦਿੱਤੇ ਉਹਨੂੰ, ਉਹ ਤਾਂ ਬੰਦਾ ਬਿਨਾਂ ਜਹਾਜ਼ ਤੋਂ ਜਾ ਨਹੀਂ ਸਕਦਾ, ਪੇਪਰ ਤੁਸੀਂ ਹਵਾ 'ਚ ਹੀ ਭੇਜ ਦਿੱਤੇ, ਨਾ ਵੀਜ਼ੇ ਦੀ ਲੋੜ, ਨਾ ਟਿਕਟ ਦੀ ਲੋੜ, ਇੱਥੋਂ ਉੱਥੇ ਕਿੱਦਾਂ ਭਜਾ ਦਿੱਤੇ। ਤਾਂ ਉਸ ਵੇਲੇ ਦੁਕਾਨਦਾਰ ਨੇ ਕਿਹਾ ਉਹ ਭਾਈ ਇਹ ਟੈਕਨੋਲੋਜੀ ਸਾਇੰਸ ਹੈ। ਉਹ ਕਹਿੰਦਾ ਟੈਕਨੋਲੋਜੀ ਆਈ ਕਿੱਥੋਂ, ਇਹ ਸਾਇੰਸ ਆਈ ਕਿੱਥੋਂ। ਉਹ ਕਹਿੰਦਾ ਹੁਣ ਦੁਕਾਨ ਦਾ ਮਾਲਕ ਕਹਿੰਦਾ ਇਹ ਗੱਲਾਂ 'ਚ ਨਾ ਪੈ, ਆ ਬਾਹਰਲੀਆਂ ਕੰਟਰੀਆਂ ਵਾਲੇ ਗੋਰੇ ਜਿਹੜੇ ਆ ਨਾ ਬੜਾ ਦਿਮਾਗ ਤੇਜ਼ ਆ ਇਹਨਾਂ ਦਾ, ਬੜੀ ਰੱਬ ਨੇ ਇਹਨਾਂ ਨੂੰ ਸਮਝ ਦਿੱਤੀ ਹੋਈ ਹੈ, ਇਹਨਾਂ ਨੇ ਆਪਣੇ ਦਿਮਾਗ ਨਾਲ ਇੱਦਾਂ ਦੀ ਮਸ਼ੀਨ ਬਣਾ ਲਈ ਹੈ, ਇਹਨਾਂ ਨੇ ਆਪਣੀ ਸਮਝ ਦੇ ਨਾਲ, ਆਪਣੀ ਅਕਲ ਦੇ ਨਾਲ, ਆਪਣੀ ਸੋਚ ਦੇ ਨਾਲ ਇੱਦਾਂ ਦੀ ਮਸ਼ੀਨ ਬਣਾ ਲਈ ਹੈ ਕਿ ਇੱਥੇ ਪੇਪਰ ਪਾਓ, ਅਮੈਰੀਕਾ, ਕਨੇਡਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ, ਜਿੱਥੇ ਚਾਹੀਦਾ ਹੈ ਉੱਥੇ ਪਹੁੰਚ ਜਾਂਦਾ ਹੈ, ਇੱਥੇ ਪਾਓ ਉੱਥੇ ਪਹੁੰਚ ਜਾਂਦਾ ਹੈ, ਹਾਲਾਂਕਿ ਪੇਪਰ ਵੀ ਹੱਥ 'ਚ ਹੀ ਹੈ, ਪਹੁੰਚ ਜਾਂਦਾ ਹੈ ਉੱਥੇ। ਇਹ ਗੋਰਿਆਂ ਨੇ ਇੱਦਾਂ ਦੀ ਟੈਕਨੋਲੋਜੀ, ਇੱਦਾਂ ਦਾ ਦਿਮਾਗ ਪਾਇਆ ਹੈ, ਇੱਦਾਂ ਦੀ ਸਮਝ ਪਾਈ ਹੈ, ਆਪਣੀ ਦਿਮਾਗ ਦੇ ਨਾਲ ਇਹਨਾਂ ਨੇ ਇਹ ਮਸ਼ੀਨ ਬਣਾ ਦਿੱਤੀ, ਇੱਥੇ ਪਾਓ ਉੱਥੇ ਪਹੁੰਚ ਜਾਂਦਾ ਹੈ। ਹੁਣ ਇਸ ਚੀਜ਼ 'ਤੇ ਕੋਈ ਸ਼ੱਕ ਕਰ ਸਕਦਾ ਹੈ, ਕੋਈ ਕਹਿ ਸਕਦਾ ਇਹ ਕਿੱਦਾਂ ਇੱਥੇ ਪੇਪਰ ਪਾਓ ਉੱਥੇ ਪਹੁੰਚ ਜਾਵੇ, ਕੋਈ ਹੈ ਨੌਜਵਾਨ, ਕੋਈ ਹੈ ਨਿਊ ਜਨਰੇਸ਼ਨ, ਕਹਿੰਦਾ ਨਹੀਂ ਸੱਚੀ ਗੱਲ ਹੈ, ਇੱਥੇ ਪੇਪਰ ਪਾਓ ਪਹੁੰਚਦਾ ਉੱਥੇ। ਹੁਣ ਜ਼ਰਾ ਸੋਚੋ,
ਜੇ ਗੋਰਿਆਂ ਨੂੰ ਰੱਬ ਨੇ ਦਿਮਾਗ ਦਿੱਤਾ, ਗੋਰਿਆਂ ਨੂੰ ਰੱਬ ਨੇ ਸਮਝ ਦਿੱਤੀ, ਉਹਨਾਂ ਨੇ ਆਪਣੀ ਅਕਲ ਦੇ ਨਾਲ ਇੱਦਾਂ ਦੀ ਮਸ਼ੀਨ ਬਣਾ ਦਿੱਤੀ, ਇੱਥੇ ਪੇਪਰ ਪਾਓ ਹਜ਼ਾਰਾਂ ਮੀਲ ਦੂਰ ਪਹੁੰਚ ਸਕਦਾ ਹੈ, ਤਾਂ ਮੇਰੇ ਗੌਂਸ ਨੇ ਵੀ ਬੰਦਗੀ ਨਾਲ ਭਗਤੀ ਨਾਲ ਉਹ ਤਾਕਤ ਪਾਈ ਹੈ, ਇੱਥੋਂ ਜੁੱਤੀ ਮਾਰ ਲਈ ਉੱਥੇ ਪਹੁੰਚੇਗੀ, ਕਿਉਂਕਿ ਸਮਝ ਤਾਂ ਆਪਣੀ ਹੈ ਨਾ, ਆਪਣੀ ਸਮਝ ਹੈ। ਔਰ ਅਸੀਂ ਇੱਕ ਗੱਲ ਕਹਿਣਾ ਚਾਹਾਂਗੇ ਕਿ ਆਪਣੇ ਦੇਸ਼ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ ਕਿਉਂ ਨਹੀਂ ਫੈਕਸ ਮਸ਼ੀਨ ਦੀ ਖੋਜ ਹੋਈ, ਕਿਉਂ ਨਹੀਂ ਇੱਦਾਂ ਦੇ ਅਵਿਸ਼ਕਾਰਾਂ ਦੀ ਖੋਜ ਹੋਈ, ਜਿੰਨੇ ਵੀ ਅਵਿਸ਼ਕਾਰ ਹੈ ਬਾਹਰ ਹੀ ਖੋਜੇ ਗਏ, ਇੱਥੇ ਕਿਉਂ ਨਹੀਂ ਖੋਜ ਹੋਈ? ਕਿਉਂਕਿ ਇੱਥੇ ਬੰਦੇ ਨੂੰ ਲੜਨ 'ਚ ਫੁਰਸਤ ਹੈ ਨਹੀਂ, ਇੱਕ ਦੂਜੇ ਨੂੰ ਤੂੰ ਤੂੰ ਮੈਂ ਕਰਨ 'ਚ ਫੁਰਸਤ ਹੈ ਨਹੀਂ, ਇੱਕ ਦੂਜੇ ਦੀ ਨਿੰਦਿਆ ਕਰਨ 'ਚ ਫੁਰਸਤ ਹੈ ਨਹੀਂ, ਇੱਕ ਦੂਜੇ ਨੂੰ ਨੀਵਾਂ ਦਿਖਾਉਣ 'ਚ ਬੰਦਾ ਇੰਨਾ ਰੁੱਝਿਆ ਹੋਇਆ ਹੈ, ਇੱਕ ਦੂਜੇ ਦੀ ਨਿੰਦਿਆ ਕਰਨ 'ਚ, ਇੱਕ ਦੂਜੇ ਨੂੰ ਬੁਰਾ ਬੋਲਣ 'ਚ ਬੰਦਾ ਇੰਨਾ ਰੁੱਝਿਆ ਹੋਇਆ ਹੈ ਕਿ ਨਵੀਂ ਟੈਕਨੋਲੋਜੀ ਜਾਂ ਨਵੇਂ ਅਵਿਸ਼ਕਾਰਾਂ ਵਾਸਤੇ ਦਿਮਾਗ ਲਗਾ ਸਕੇ, ਬੰਦੇ ਕੋਲ ਸਮਝੀ ਹੈ ਨਹੀਂ। ਹਰ ਕੋਈ ਤਾਂ ਇਹੀ ਲੱਗਾ, ਅੱਛਾ ਇਹਨੂੰ ਨੀਵਾਂ ਗਿਰਾਉਣਾ ਹੈ, ਅੱਛਾ ਇਹਨੂੰ ਪਿੱਛੇ ਲਿਆਉਣਾ ਹੈ, ਇਹਦੀ ਬੁਰਾਈ ਕਰਨੀ ਹੈ। ਕੋਈ ਚੰਗਾ ਕੱਪੜਾ ਪਾ ਕੇ ਨਿਕਲ ਜਾਵੇ ਉਹਦੀ ਬੁਰਾਈ, ਕੋਈ ਚੰਗਾ ਭੋਜਨ ਕਰੇ ਉਹਦੀ ਬੁਰਾਈ, ਕੋਈ 5-star ਹੋਟਲ 'ਚ ਬਹਿ ਕੇ ਖਾਣਾ ਖਾਵੇ ਉਹਦੀ ਬੁਰਾਈ, ਕੋਈ ਢਾਬੇ 'ਤੇ ਖੜਾ ਖਾ ਲਵੇ ਉਹਦੀ ਬੁਰਾਈ, ਹਰ ਪਾਸੇ ਬੁਰਾਈ 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 ਚੱਲ ਰਹੀ ਹੈ। ਜ਼ਰਾ ਸੋਚੋ, ਜੇ ਦਿਮਾਗ ਦੀ ਸਮਝ ਨਾਲ ਅਸੀਂ ਇੱਦਾਂ ਦੀ ਮਸ਼ੀਨ ਬਣਾ ਸਕਦੇ ਹਾਂ ਕਿ ਇੱਥੇ ਪੇਪਰ ਪਾਇਆ ਉੱਥੇ ਨਿਕਲ ਜਾਵੇ, ਔਰ ਅੱਜ ਕੱਲ੍ਹ ਤਾਂ ਪੇਪਰਾਂ ਦੀ ਵੀ ਲੋੜ ਨਹੀਂ, ਅੱਜ ਕੱਲ੍ਹ ਤਾਂ ਈਮੇਲ ਹੈ, 1 ਸੈਕਿੰਡ ਵਿੱਚ ਇੱਥੇ ਫੋਟੋ ਖਿੱਚੋ ਜਿੱਥੇ ਮਰਜ਼ੀ ਭੇਜ ਦਿਓ। ਹੁਣ ਇਹ ਕਿੱਥੋਂ ਆਇਆ? ਬਿਨਾਂ ਇਹ ਦਿਮਾਗ, ਕਿਉਂਕਿ ਜਿੱਦਾਂ ਜਿੱਦਾਂ ਬੰਦੇ ਦੀ ਸੋਚ ਵੱਧਦੀ ਹੈ, ਜਿੱਦਾਂ ਜਿੱਦਾਂ ਬੰਦੇ ਦੀ ਸਮਝ ਵੱਧਦੀ ਹੈ, ਬੰਦਾ ਕਈ ਚੀਜ਼ਾਂ ਦਾ ਅਵਿਸ਼ਕਾਰ ਕਰਦਾ ਹੈ, ਕਈ ਚੀਜ਼ਾਂ ਇਜ਼ਾਦ ਕਰਦਾ ਹੈ। ਤਾਂ ਜੇ ਸਮਝ ਦੇ ਵਧਣ ਦੇ ਨਾਲ ਬੰਦਾ ਇੱਦਾਂ ਅਵਿਸ਼ਕਾਰ ਸਕਦਾ ਹੈ, ਤਾਂ ਬੰਦਗੀ ਵਧਣ ਦੇ ਨਾਲ, ਸਿਮਰਨ ਵਧਣ ਦੇ ਨਾਲ, ਭਗਤੀ ਵਧਣ ਦੇ ਨਾਲ ਬੰਦਾ ਕੀ ਨਹੀਂ ਕਰ ਸਕਦਾ? ਪਰ ਉਹ ਵਾਲਾ ਪਾਸਾ ਸਾਡਾ ਖਾਲੀ ਹੋਣ ਕਰਕੇ ਸਾਨੂੰ ਉਹਦੀ ਸਮਝੀ ਹੈ ਨਹੀਂ। ਅੱਜ ਮੋਬਾਈਲ ਸਾਡੇ ਹੱਥਾਂ 'ਚ ਹੈ, ਕਿਉਂਕਿ ਬ੍ਰੇਨ ਨੇ ਬਣਾ ਦਿੱਤਾ, ਉਹਦੀ ਸਮਝ ਹੈ, ਪਰ ਫਕੀਰਾਂ ਦੀਆਂ ਰਹਿਮਤਾਂ, ਪਰਮਾਤਮਾ ਦੀ ਕਿਰਪਾ, ਉਹਦੀ ਸਮਝੀ ਹੈ ਨਹੀਂ, ਕਿਉਂਕਿ ਉੱਥੇ ਤੱਕ ਸਾਡਾ ਬ੍ਰੇਨ ਹਾਲੇ ਤੱਕ ਪਹੁੰਚਿਆ ਨਹੀਂ। ਸਾਡੇ ਹਜ਼ੂਰ ਨੇ ਵੀ ਇੰਨੀ ਬੰਦਗੀ ਕੀਤੀ ਸੀ, ਇੰਨੀ ਭਗਤੀ ਕੀਤੀ ਸੀ, ਇੰਨਾ ਸਿਮਰਨ ਕੀਤਾ ਸੀ, ਉਹ ਰੱਬ ਨੇ ਅਹੁਦਾ ਦਿੱਤਾ ਸੀ ਕਿ ਉਹਨਾਂ ਨੇ ਆਪਣੀ ਬੰਦਗੀ ਦੀ ਤਾਕਤ ਨਾਲ ਜਿੱਥੇ ਵੀ ਕਿਸੇ ਨੇ ਯਾਦ ਕੀਤਾ ਉਹਨੂੰ ਬਚਾਇਆ ਹੈ। ਜਿੱਦਾਂ ਬੰਦਾ ਕਹਿੰਦਾ ਆਪਣੀ ਸਮਝ ਦੀ ਤਾਕਤ ਨਾਲ, ਆਪਣੀ ਅਕਲ ਦੀ ਤਾਕਤ ਨਾਲ ਅੱਜ ਬੰਦਾ ਹਵਾ 'ਚ ਉੱਡ ਰਿਹਾ ਹੈ, ਪਲੇਨ ਬਣਾ ਦਿੱਤਾ, ਅੱਜ ਬੰਦਾ ਮੋਬਾਈਲਾਂ 'ਤੇ ਗੱਲ ਕਰ ਰਿਹਾ ਮੋਬਾਈਲ ਬਣਾ ਦਿੱਤੇ, ਅੱਜ ਬੰਦਾ ਗੱਡੀਆਂ 'ਚ ਸਫ਼ਰ ਕਰ ਰਿਹਾ ਗੱਡੀਆਂ ਬਣਾ ਦਿੱਤੀਆਂ ਦਿਮਾਗ ਦੀ ਤਾਕਤ ਨਾਲ। ਤਾਂ ਜ਼ਰਾ ਸੋਚੋ, ਜਿਸ ਰੱਬ ਨੇ ਦਿਮਾਗ ਦਿੱਤਾ ਉਹਦੀ ਤਾਕਤ ਨਾਲ ਬੰਦਾ ਇੱਥੇ ਪਹੁੰਚ ਗਿਆ, ਤਾਂ ਜਦੋਂ ਉਸੇ ਰੱਬ ਦੀ ਬੰਦਗੀ ਕਰਾਂਗੇ ਤਾਂ ਬੰਦਗੀ ਦੀ ਤਾਕਤ ਨਾਲ ਅਸੀਂ ਕਿੱਥੇ ਪਹੁੰਚ ਸਕਦੇ ਹਾਂ? ਜ਼ਰਾ ਸੋਚੋ, ਜਿਸ ਰੱਬ ਨੇ ਦਿਮਾਗ ਦਿੱਤਾ ਦਿਮਾਗ ਦੀ ਤਾਕਤ ਨਾਲ ਇੱਥੇ ਪਹੁੰਚ ਗਿਆ ਬੰਦਾ, ਤਾਂ ਜਦੋਂ ਉਸੇ ਰੱਬ ਦੀ ਬੰਦਗੀ ਨਾਲ ਜੁੜ ਜਾਵਾਂਗੇ, ਭਗਤੀ ਨਾਲ ਜੁੜ ਜਾਵਾਂਗੇ, ਸਹੀ ਢੰਗ ਨਾਲ ਸਿਮਰਨ ਕਰਾਂਗੇ, ਤਾਂ ਫਿਰ ਅਸੀਂ ਕਿਸ ਮੰਜ਼ਿਲ 'ਤੇ ਪਹੁੰਚ ਸਕਦੇ ਹਾਂ? ਇਸ ਲਈ ਇਹ ਹਜ਼ੂਰ ਨੇ ਇੱਥੋਂ ਜੁੱਤੀ ਉੱਥੇ ਪਜਾ ਦਿੱਤੀ, ਤਾਂ ਉਹ ਸ਼ੱਕ ਵਾਲੀ ਗੱਲ ਨਹੀਂ, ਪਰ ਉੱਥੇ ਬੰਦਾ ਸ਼ੱਕ ਕਰੇਗਾ, ਫੈਕਸ 'ਤੇ ਸ਼ੱਕ ਨਹੀਂ ਹੋਏਗੀ, ਈਮੇਲ 'ਤੇ ਸ਼ੱਕ ਨਹੀਂ ਹੋਏਗੀ, ਇਹ ਤਾਂ ਟੈਕਨੋਲੋਜੀ ਹੈ ਭਾਈ, ਉਹ ਬੰਦਗੀ ਦੀ ਟੈਕਨੋਲੋਜੀ ਹੈ, ਉਹ ਭਗਤੀ ਦੀ ਟੈਕਨੋਲੋਜੀ ਹੈ, ਉਹ ਸਿਮਰਨ ਦੀ ਟੈਕਨੋਲੋਜੀ ਹੈ ਕਿ ਜਿੱਥੇ ਹਜ਼ੂਰ ਨੂੰ ਕਿਸੇ ਨੇ ਯਾਦ ਕੀਤਾ ਹਜ਼ੂਰ ਉਹਦੀ ਮਦਦ ਵਾਸਤੇ ਉੱਥੇ ਪਹੁੰਚ ਗਏ, ਔਰ ਇਨਸਾਨ ਦੀ ਜ਼ਿੰਦਗੀ ਨੂੰ, ਇਨਸਾਨ ਦੇ ਜੀਵਨ ਨੂੰ, ਇਨਸਾਨ ਦੇ ਦਿਲ ਨੂੰ ਬਦਲ ਕੇ ਰੱਖ ਦਿੱਤਾ। ਬੋਲੋ, ਸਮਝਦੇ ਹੋ ਕਿ ਨਹੀਂ? ਹੁਣ ਕਹਿ ਸਕਦਾ ਕੋਈ ਸ਼ੱਕ ਕਰ ਸਕਦਾ? ਨਹੀਂ, ਮੇਰਾ ਗੌਂਸ ਚਾਹੇ ਸੋ ਕਰ ਦਿਖਲਾਵੇ ਤਾਂ ਕੋਈ ਰੋਕ ਨਾ ਪਾਵੇ, ਉਹਨੂੰ ਕਿਹਨਾਂ ਰੋਕਣਾ ਹੈ? ਇਸ ਲਈ ਮੇਰੇ ਗੌਂਸ ਦੇ ਪੱਗ ਦੇ ਜੋੜੇ ਨੇ ਤਾਲਿਬ ਦੀ ਜਾਨ ਬਚਾਈ ਸੀ, ਇਹ ਸ਼ਾਨ ਹੈ ਪੱਗ ਦੇ ਜੋੜੇ ਦੀ, ਮੀਰਾਂ ਦੀਆਂ ਸ਼ਾਨਾਂ ਕੀ ਦੱਸਾਂ, ਕੀ ਦੱਸੀਏ ਮੀਰਾਂ ਦੀਆਂ ਸ਼ਾਨਾਂ, ਕੀ ਦੱਸੀਏ ਹਜ਼ੂਰ ਦੀਆਂ ਸ਼ਾਨਾਂ? ਔਰ ਹਜ਼ੂਰ ਦੀ ਸ਼ਾਨ ਤਾਂ ਉਹੀ ਸਮਝ ਸਕਦਾ ਹੈ ਜਿਹਦੇ ਅੰਦਰ ਪ੍ਰੇਮ ਹੋਵੇ, ਜਿਹਦੇ ਅੰਦਰ ਵਿਸ਼ਵਾਸ ਹੋਵੇ, ਜਿਹੜਾ ਬੰਦਗੀ ਕਰਨ ਵਾਲਾ ਹੋਵੇ, ਜਿਹਨੂੰ ਆਪਣੇ ਰੱਬ 'ਤੇ ਯਕੀਨ ਹੋਵੇ ਨਾ,
ਉਹੀ ਰੱਬ ਦੀਆਂ ਤਾਕਤਾਂ ਤੇ ਵੀ ਵਿਸ਼ਵਾਸ ਕਰਦਾ ਹੈ। ਤਾਂ ਜਿਹਨੂੰ ਆਪਣੇ ਰੱਬ ਤੇ ਯਕੀਨ ਨਾ ਹੋਵੇ, ਆਪਣੇ ਰੱਬ ਨਾਲ ਹੀ ਪ੍ਰੇਮ ਨਾ ਹੋਵੇ, ਉਹਨੇ ਕੀ ਵਿਸ਼ਵਾਸ ਕਰਨਾ। ਇਸ ਲਈ ਇੱਕ ਜਗ੍ਹਾ ਫੁੱਟਬਾਲ ਦਾ ਮੈਚ ਚੱਲ ਰਿਹਾ ਸੀ, ਤਾਂ ਨੱਥੂ ਲਾਲ ਜਿੱਦਾਂ ਦੱਸਿਆ ਘੱਟ ਸਮਝ ਘੱਟ ਅਕਲ, ਪਹਿਲੀ ਵਾਰ ਫੁੱਟਬਾਲ ਦਾ ਮੈਚ ਦੇਖਣ ਵਾਸਤੇ ਨੱਥੂ ਲਾਲ ਪਹੁੰਚ ਗਿਆ, ਕਿਉਂਕਿ ਪਿੰਡ ਦੇ ਵਿੱਚ ਕਈ ਵਾਰ ਮੈਚ ਬੱਚੇ ਖੇਡਦੇ ਆ। ਪਹੁੰਚ ਗਿਆ ਪਿੰਡ ਦੀ ਗਰਾਊਂਡ ਵਿੱਚ ਮੈਚ ਲੱਗਾ ਸੀ, ਕਾਫੀ ਲੋਕ ਦੇਖ ਰਹੇ ਸੀ। ਨੱਥੂ ਲਾਲ ਵੀ ਇੱਕ ਦਰਖਤ ਥੱਲੇ ਖੜ ਕੇ ਦੇਖਣ ਲੱਗ ਗਿਆ ਫੁੱਟਬਾਲ ਦੇ ਮੈਚ ਨੂੰ। ਜਦੋਂ ਫੁੱਟਬਾਲ ਦਾ ਮੈਚ ਚੱਲ ਰਿਹਾ, ਨੱਥੂ ਲਾਲ ਦੇਖ ਰਿਹਾ ਵੀ ਕੀ ਹੈ, ਕੀ ਕਰ ਰਹੇ ਹੈ, ਆਹ ਕਿੰਨੀ ਸੋਹਣੀ ਗੇਂਦ ਹੈ, ਉਹਨੂੰ ਪੈਰੀ ਮਾਰੀ ਜਾਂਦੇ, ਕੋਈ ਇੱਧਰ ਨੂੰ ਮਾਰ ਦਿੰਦਾ, ਕੋਈ ਉੱਧਰ ਨੂੰ ਮਾਰ ਦਿੰਦਾ, ਕਰ ਕੀ ਰਹੇ ਹੈ। ਉਹਨੂੰ ਸਮਝ ਨਾ ਆਵੇ ਕਿ ਇਹ 20-22 ਬੰਦੇ, ਇੰਨੇ ਬੰਦੇ ਮਿਲ ਕੇ ਇੱਕ ਫੁੱਟਬਾਲ ਦੇ ਮਗਰ ਪਏ ਹੋਏ, ਵਿੱਚ ਅੰਪਾਇਰ ਵੀ ਹੈ, ਰੈਫਰੀ ਵੀ ਹੈ, ਉਹ ਵੀ ਦੌੜਦੇ ਇੱਧਰ, ਉਹ ਕਰ ਕੀ ਰਹੇ ਹੈ, ਇਹ ਵਿਚਾਰੀ ਨੂੰ ਕਰ ਕੀ ਰਹੇ ਹੈ। ਔਰ ਫੁੱਟਬਾਲ ਨਾਲ ਪਿਆਰ ਵੀ ਇੰਨਾ ਆ ਕਿ ਜਦੋਂ ਬਾਹਰ ਚਲਾ ਜਾਵੇ ਚੱਕ ਕੇ ਫੇਰ ਲਿਆਉਂਦੇ ਆ। ਇੱਕ ਤਾਂ ਹੁੰਦਾ ਕਿ ਪੈਰ ਮਾਰ ਮਾਰ ਕੇ ਕੱਢ ਹੀ ਦਿੱਤਾ, ਬਾਹਰ ਜਾਂਦੀ ਫੇਰ ਫੜ ਕੇ ਲਿਆਉਂਦੇ ਆ, ਪਿਆਰ ਵੀ ਬੜਾ ਆ, ਜਾਣ ਵੀ ਕਿਤੇ ਨਹੀਂ ਦਿੰਦੇ ਪਰ ਕੁੱਟਦੇ ਵੀ ਬੜਾ, ਉਹਨੂੰ ਮਾਰਦੇ ਵੀ ਬੜਾ, ਗੱਲ ਕੀ ਹੈ। ਇੱਕ ਬੰਦੇ ਨੂੰ ਗੋਲ ਪੁੱਛਿਆ, ਭਾਈ ਇਹ ਕੀ ਹੈ, ਉਹ ਕਹਿੰਦੇ ਗੋਲ ਕਰ ਰਹੇ, ਗੋਲ ਇਹਨਾਂ ਨੇ ਗੋਲ ਕਰਨਾ, ਗੋਲ। ਉਹ ਨੱਥੂ ਲਾਲ ਕਹਿੰਦਾ ਪਹਿਲਾਂ ਹੀ ਇੰਨੀ ਗੋਲ ਹੈ, ਹੋਰ ਲੱਤਾਂ ਮਾਰ ਮਾਰ ਕੇ ਕਿੰਨਾ ਗੋਲ ਕਰਨਾ ਉਹਨੂੰ। ਉਹ ਸੋਚਦਾ ਸ਼ਾਇਦ ਫੁੱਟਬਾਲ ਨੂੰ ਗੋਲ ਕਰ ਰਹੇ, ਇਹ ਫੁੱਟਬਾਲ ਚਿੱਬੀ ਹੈ, ਫੁੱਟਬਾਲ ਬੀਂਗੀ ਟੇਢੀ ਹੈ, ਪੈਰ ਮਾਰ ਮਾਰ ਕੇ ਉਹਨੂੰ ਗੋਲ ਕਰ ਰਹੇ। ਉਹ ਕਹਿੰਦੇ ਤਾਂ ਪਹਿਲਾਂ ਹੀ ਗੋਲ ਹੈ, ਹੋਰ ਕਿੰਨਾ ਕੁ ਗੋਲ ਕਰਨਾ ਇਸ ਨੂੰ। ਉਹ ਬੰਦਾ ਚੁੱਪ ਹੋ ਗਿਆ, ਕਹਿੰਦੇ ਨਾ ਸਮਝੀਏ, ਇਹਨੂੰ ਸਮਝਾਉਣਾ ਤਾਂ ਲੋਹੇ ਦੇ ਚਨੇ ਚਵਾਉਣ ਦੇ ਬਰਾਬਰ ਹੈ। ਉਹ ਕਹਿੰਦਾ ਭਰਾ ਮੈਂ ਨਹੀਂ ਤੈਨੂੰ ਸਮਝਾ ਸਕਦਾ। ਨੱਥੂ ਲਾਲ ਕਹਿੰਦਾ ਫਿਰ ਮੈਨੂੰ ਸਮਝਾਊਂਗਾ ਕੌਣ, ਇਹਦੇ ਬਾਰੇ ਦੱਸੂਗਾ ਕੌਣ। ਤਾਂ ਉਹਨੂੰ ਵੀ ਮਸਕਰੀ ਸੁੱਜੀ, ਉਹਨਾਂ ਕਿਹਾ ਉਹ ਸਾਹਮਣੇ ਇੱਕ ਫਕੀਰ ਬੈਠਾ ਆ ਪੇੜ ਦੇ ਥੱਲੇ, ਉਹਨੂੰ ਪੁੱਛ ਲਾ, ਉਹਨੂੰ ਸਾਰਾ ਕੁਝ ਪਤਾ ਹੈ। ਹੁਣ ਨੱਥੂ ਲਾਲ ਨੂੰ ਭੇਜਦਾ ਫਕੀਰ ਦੇ ਕੋਲ, ਫਕੀਰ ਆਪਣੀ ਬੰਦਗੀ 'ਚ ਬੈਠੇ ਸੀ, ਉਹਨਾਂ ਨੂੰ ਫੁੱਟਬਾਲ ਦਾ ਕੀ ਮਤਲਬ, ਉਹਨਾਂ ਨੂੰ ਕੀ ਮਤਲਬ, ਉਹ ਤਾਂ ਆਪਣੇ ਬੰਦਗੀ ਦੇ ਆਨੰਦ 'ਚ ਲੀਨ ਸੀ। ਨੱਥੂ ਲਾਲ ਜਾ ਕੇ ਮੋਢੇ ਤੋਂ ਹਿਲਾ ਕੇ, ਬਾਬਾ ਜੀ। ਫਕੀਰਾਂ ਨੇ ਅੱਖਾਂ ਖੋਲੀਆਂ, ਹਾਂ ਬੇਟਾ ਦੱਸ। ਕਹਿੰਦਾ ਮਹਾਰਾਜ ਆਹ ਕੀ ਚੱਲ ਰਿਹਾ ਹੈ, ਆਹ 11-12 ਇੱਕ ਪਾਸੇ 11 ਦੂਜੇ ਪਾਸੇ ਇੱਦਾਂ, ਇਹ 22-22 ਬੰਦੇ, ਇਹ ਇੰਨੇ ਬੰਦੇ ਆਖਰ ਲੱਤਾਂ ਕਿਉਂ ਮਾਰ ਰਹੇ, ਹੈ ਕੀ, ਕਾਹਦੇ ਲੱਤਾਂ ਮਾਰ ਰਹੇ। ਤਾਂ ਫਕੀਰ ਤਾਂ ਪਹਿਲੀ ਨਜ਼ਰ ਨਾਲ ਹੀ ਦੇਖ ਲੈਂਦੇ ਆ ਕਿ ਬੰਦਾ ਸਿੱਧਾ ਸਾਦਾ ਭੋਲਾ ਹੈ। ਔਰ ਜਿਹੜਾ ਬੰਦਾ ਜਿੱਦਾਂ ਦਾ ਹੋਵੇ ਨਾ, ਫਕੀਰ ਉਹਨੂੰ ਉੱਦਾਂ ਦੇ ਢੰਗ ਨਾਲ ਹੀ ਸਮਝਾਉਂਦੇ ਆ। ਕਿਉਂਕਿ ਇੱਕ ਬੰਦਾ ਬੱਚਾ ਹੋਵੇ, ਪਹਿਲੀ ਕਲਾਸ 'ਚ ਪੜ੍ਹਨ ਵਾਲਾ, ਤਾਂ ਤੁਸੀਂ ਸਮਝਾਉਣ ਲੱਗ ਪਓ 10ਵੀਂ ਦੇ ਸਵਾਲ, ਤਾਂ ਬੱਚੇ ਨੂੰ ਸਮਝ ਹੀ ਨਹੀਂ ਆਉਣੇ। ਜੇ ਬੱਚਾ ਪਹਿਲੀ ਵਾਲਾ, ਤੁਹਾਨੂੰ ਪਹਿਲੀ ਵਾਲੇ ਢੰਗ ਨਾਲ ਸਮਝਾਓ, ਜੇ ਬੱਚਾ 5ਵੀਂ ਹੈ ਤਾਂ 5ਵੀਂ ਵਾਲੇ ਢੰਗ ਨਾਲ ਸਮਝਾਓ, ਜੇ +2 ਵਾਲਾ ਤਾਂ ਉਹਨੂੰ +2 ਵਾਲੇ ਹਿਸਾਬ ਨਾਲ ਸਮਝਾਓ, ਕਿਉਂਕਿ ਜਿੱਦਾਂ ਦੀ ਉਹਦੀ ਸਮਝ ਉਹਦੇ ਮੁਤਾਬਿਕ ਸਮਝਾਓ। ਹੁਣ ਨੱਥੂ ਲਾਲ ਦੀ ਸਮਝ ਥੋੜ੍ਹੀ ਸੀ, ਪੁੱਛਿਆ ਮਹਾਰਾਜ ਇਹ ਕੀ ਕਰ ਰਹੇ ਹੈ। ਫਕੀਰ ਕਹਿੰਦੇ ਤੂੰ ਪਹਿਲਾਂ ਨਹੀਂ ਕਿਸੇ ਨੂੰ ਪੁੱਛਿਆ? ਉਹ ਕਹਿੰਦਾ ਪੁੱਛਿਆ ਸੀ ਉਹ ਬੰਦੇ ਨੂੰ, ਉਹ ਕਹਿੰਦਾ ਗੋਲ ਕਰ ਰਹੇ, ਪਰ ਮੈਂ ਕਿਹਾ ਪਹਿਲਾਂ ਇੰਨੀ ਗੋਲ ਹੈ, ਇਹਨੂੰ ਹੋਰ ਗੋਲ ਕੀ ਕਰਨਾ। ਸੋ ਮਹਾਰਾਜ ਪਹਿਲਾਂ ਹੀ ਗੋਲ ਹੈ, ਹੋਰ ਗੋਲ ਕੀ ਕਰਨਾ ਉਹਨੂੰ। ਸੋ ਉਹਨਾਂ ਮੈਨੂੰ ਤੁਹਾਡੇ ਕੋਲ ਭੇਜਿਆ, ਤਾਂ ਫਕੀਰਾਂ ਕੋਲ ਜਾ, ਉਹ ਦੱਸਣਗੇ ਕੀ ਕਰ ਰਹੇ ਹੈ, ਇਹ ਲੱਤਾਂ ਕਿਉਂ ਇਹਦੇ ਮਾਰ ਰਹੇ ਹੈ, ਇਹਦਾ ਕਸੂਰ ਕੀ ਹੈ, ਵੀ ਇੱਕ ਛੋਟੀ ਜਿਹੀ ਆ ਗੇਂਦ ਹੈ, ਇਹਦਾ ਕਸੂਰ ਕੀ ਹੈ, ਲੋਕ ਇਹਨੂੰ ਇਹਨਾਂ ਲੱਤਾਂ ਨਾਲ ਕਿਉਂ ਮਾਰ ਰਹੇ, ਕੋਈ ਇੱਧਰ ਉਡਾ ਦਿੰਦਾ, ਕੋਈ ਉੱਧਰ ਉਡਾ ਦਿੰਦਾ ਹੈ, ਜਾਣ ਵੀ ਕਿਤੇ ਨਹੀਂ ਦਿੰਦੇ, ਬਾਹਰ ਚਲੀ ਜਾਵੇ ਫੜ ਕੇ ਲਿਆਉਂਦੇ, ਫਿਰ ਲੱਤਾਂ ਮਾਰਦੇ ਆ, ਇਹਦਾ ਕਸੂਰ ਕੀ ਹੈ। ਉਹਨਾਂ ਮੈਨੂੰ ਕਿਹਾ ਫਕੀਰਾਂ ਕੋਲ ਚਲਾ ਜਾ, ਉਹਨਾਂ ਨੂੰ ਸਭ ਕੁਝ ਪਤਾ ਹੈ। ਸੋ ਮਹਾਰਾਜ ਤੁਸੀਂ ਦੱਸੋ, ਤੁਹਾਨੂੰ ਸਭ ਕੁਝ ਪਤਾ, ਤੁਸੀਂ ਦੱਸੋ। ਫਕੀਰਾਂ ਨੇ ਦੇਖ ਲਿਆ ਜੀ ਸਮਝ ਥੋੜ੍ਹੀ ਹੈ, ਤਾਂ ਫਕੀਰਾਂ ਨੇ ਉਹਦੀ ਸਮਝ ਮੁਤਾਬਿਕ ਪਤਾ ਕੀ ਸਮਝਾਇਆ। ਫਕੀਰ ਕਹਿੰਦੇ ਬੇਟਾ ਬਹਿ ਜਾ ਕੋਲ, ਤੈਨੂੰ ਦੱਸਾਂ ਇਹਨੂੰ ਲੱਤਾਂ ਕਿਉਂ ਮਾਰ ਰਹੇ। ਉਹ ਕਹਿੰਦਾ ਜੀ ਕਿਉਂ ਮਾਰ ਰਹੇ। ਬਹਿ ਗਿਆ ਨੱਥੂ ਲਾਲ, ਉਹ ਬੜਾ ਸੀਰੀਅਸ ਜਿਹਾ ਹੋ ਕੇ, ਹਾਂਜੀ ਮਹਾਰਾਜ ਕਿਉਂ ਮਾਰ ਰਹੇ ਹੈ। ਫਕੀਰ ਕਹਿੰਦੇ ਬੇਟਾ
ਇਹਨੂੰ ਲੱਤਾਂ ਇਸ ਲਈ ਮਾਰ ਰਹੇ ਹੈ ਕਿਉਂਕਿ ਇਹ ਅੰਦਰੋਂ ਖਾਲੀ ਹੈ, ਇਹ ਅੰਦਰੋਂ ਖਾਲੀ ਹੈ। ਜੇ ਅੰਦਰੋਂ ਭਰੀ ਹੁੰਦੀ ਤਾਂ ਪੈਰ ਮਾਰਨ ਤੋਂ ਪਹਿਲਾਂ ਬੰਦੇ ਨੇ 100 ਵਾਰ ਸੋਚਣਾ ਸੀ, ਕਿਉਂਕਿ ਜਿਹੜੀ ਚੀਜ਼ ਅੰਦਰੋਂ ਠੋਸ ਹੁੰਦੀ ਹੈ ਉਹਦੇ ਪੈਰ ਮਾਰਾਂਗੇ ਤਾਂ ਬੰਦਾ ਆਪਣਾ ਪੈਰ ਤੁੜਾਏਗਾ। ਇਹਨੂੰ ਇਸ ਲਈ ਮਾਰ ਰਹੇ ਹੈ, ਇਹਦੇ ਲੱਤਾਂ ਇਸ ਲਈ ਪੈ ਰਹੀਆਂ ਹੈ, ਇਹਦੇ ਮਾਰ ਇਸ ਲਈ ਪੈ ਰਹੀ ਹੈ ਕਿ ਅੰਦਰੋਂ ਖਾਲੀ ਹੈ। ਜਿਹੜਾ ਅੰਦਰੋਂ ਖਾਲੀ ਹੋਵੇ ਉਹਨੂੰ ਸਦਾ ਲੱਤਾਂ ਹੀ ਪੈਂਦੀਆਂ, ਮਾਰਾਂ ਹੀ ਪੈਂਦੀਆਂ ਹੈ, ਉਹਨੂੰ ਕਿਤੇ ਉਹ ਪਿਆਰ ਨਹੀਂ ਮਿਲਦਾ। ਨੱਥੂ ਲਾਲ ਕਹਿੰਦਾ ਮਾਰਾ ਹੀ ਫਿਰ। ਫਕੀਰ ਕਹਿੰਦੇ ਫਿਰ ਅਗਰ ਬੇਟਾ ਤੂੰ ਵੀ ਅੰਦਰੋਂ ਪ੍ਰੇਮ ਤੋਂ ਖਾਲੀ ਹੈ ਨਾ, ਵਿਸ਼ਵਾਸ ਤੋਂ ਖਾਲੀ ਹੈ, ਪ੍ਰਭੂ ਦੇ ਨਾਮ ਤੋਂ ਖਾਲੀ ਹੈ, ਤਾਂ ਯਾਦ ਰੱਖ ਤੈਨੂੰ ਵੀ ਹਰ ਜਗ੍ਹਾ ਲੱਤਾਂ ਹੀ ਪੈਣੀਆਂ, ਠੋਕਰਾਂ ਹੀ ਪੈਣੀਆਂ ਹੈ, ਕਿਉਂਕਿ ਬਾਹਰੋਂ ਅਸੀਂ ਜਿੱਦਾਂ ਦੇ ਮਰਜ਼ੀ ਹੋਈਏ ਪਰ ਜੇ ਅੰਦਰ ਪ੍ਰੇਮ ਨਹੀਂ ਹੈ, ਅੰਦਰ ਪਰਮਾਤਮਾ ਦਾ ਸ਼ਬਦ ਨਹੀਂ ਹੈ, ਅੰਦਰ ਪਰਮਾਤਮਾ ਦੀ ਮੁਹੱਬਤ ਨਹੀਂ ਹੈ, ਅੰਦਰੋਂ ਖਾਲੀ ਹੈ, ਆਪਣੇ ਮਾਲਿਕ 'ਤੇ ਵਿਸ਼ਵਾਸ ਨਹੀਂ ਹੈ, ਤਾਂ ਹਰ ਕੋਈ ਸਾਨੂੰ ਠੋਕਰਾਂ ਮਾਰ ਕੇ ਹੀ ਉਡਾਏਗਾ। ਹੁਣ ਜ਼ਰਾ ਸਮਝਣਾ, ਇੱਕ ਪੱਥਰ ਅੰਦਰੋਂ ਠੋਸ ਹੁੰਦਾ ਹੈ, ਤੁਸੀਂ ਮਾਰਦੇ ਉਹਦੇ 'ਚ ਪੈਰ, ਤੁਸੀਂ ਬਚ ਕੇ ਚੱਲਦੇ ਹੋ ਕਿਤੇ ਠੋਕਰ ਨਾ ਲੱਗ ਜਾਵੇ, ਕਿਉਂਕਿ ਜਿਹੜਾ ਅੰਦਰੋਂ ਭਰਿਆ ਹੈ ਨਾ ਠੋਕਰ ਲੱਗਣ ਤੋਂ ਬੰਦਾ ਡਰਦਾ ਹੈ, ਤਾਂ ਪਰ ਫੁੱਟਬਾਲ ਅੰਦਰੋਂ ਖਾਲੀ ਹੈ, ਹਵਾ ਹੀ ਹੈ ਅੰਦਰ, ਇਹਦਾ ਅੰਦਰੋਂ ਤਾਂ ਖਾਲੀ ਹੈ। ਇੱਕ ਮਾੜੀ ਸੂਆ ਮਾਰੋ ਤਫਰਾ ਪਟਾਕਾ ਹੋ ਜਾਣਾ, ਕਿਉਂਕਿ ਅੰਦਰ ਹਵਾ ਹੀ ਹੈ। ਇੱਦਾਂ ਹੀ ਕਈ ਇਨਸਾਨ ਵੀ ਹੁੰਦੇ ਆ ਹੰਕਾਰ ਦੀ ਹਵਾ ਨਾਲ ਭਰੇ ਹੋਏ, ਬਸ ਇੱਕ ਸੂਈ ਦੀ ਲੋੜ ਹੁੰਦੀ ਹੈ, ਫੱਚ ਹੁੰਦੀ ਹੈ ਤਾਂ ਨਾਲ ਹੀ ਉਹਨੇ ਹਵਾ ਨਿਕਲ ਜਾਂਦੀ। ਪਰ ਜਿਹੜੇ ਅੰਦਰੋਂ ਠੋਸ ਪ੍ਰੇਮ ਨਾਲ, ਜਿਹਨਾਂ ਦਾ ਪ੍ਰੇਮ ਪੱਕਾ ਹੈ, ਜਿਹਨਾਂ ਦਾ ਵਿਸ਼ਵਾਸ ਸੱਚਾ ਹੈ, ਜਿਹਨਾਂ ਦਾ ਯਕੀਨ ਪੂਰਾ ਹੈ, ਉਹ ਤਾਂ ਅੰਦਰੋਂ ਇੰਨੇ ਸੋਲਿਡ ਹੋ ਜਾਂਦੇ ਹੈ ਕਿ ਦੁਨੀਆ ਦੀ ਕੋਈ ਵੀ ਠੋਕਰ ਉਹਨਾਂ ਨੂੰ ਕਦੀ ਹਿਲਾ ਨਹੀਂ ਸਕਦੀ। ਜ਼ਰਾ ਸਮਝਣਾ ਸਾਰੇ ਜੀ। ਪਰ ਜਿਹੜੇ ਅੰਦਰੋਂ ਫੋਕੀਆਂ ਹਵਾਵਾਂ ਨਾਲ ਹੀ ਭਰੇ, ਕਿਉਂਕਿ ਕਈ ਗੱਲਾਂ ਤਾਂ ਬੜੀਆਂ 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 ਕਰਦੇ ਆ, ਅਸੀਂ ਇਹ, ਅਸੀਂ ਵੋ, ਅਸੀਂ ਇੱਦਾਂ, ਅਸੀਂ ਉੱਦਾਂ, ਪਰ ਮਾੜੀ ਮੁਸੀਬਤ ਦਾ ਸੂਆ ਲੱਗਦਾ, ਕੰਡਾ ਲੱਗਦਾ, ਤਾਂ ਨਾਲ ਹੀ ਸਾਰੀ ਹਵਾ ਨਿਕਲ ਜਾਂਦੀ ਹੈ। ਬੋਲੋ ਸਮਝਦੇ ਹੋ? ਹੁਣ ਫਕੀਰਾਂ ਨੇ ਉਹ ਫੁੱਟਬਾਲ ਨੂੰ ਲੈ ਕੇ ਇੱਕ ਬੜੇ ਗਿਆਨ ਦੀ ਗੱਲ ਸਮਝਾ ਦਿੱਤੀ ਕਿ ਦੇਖ ਬਈ, ਜੇ ਪਰਮਾਤਮਾ ਦੇ ਘਰ ਦਾ ਪਿਆਰ ਪਾਉਣਾ ਹੈ ਤਾਂ ਫਿਰ ਆਪਣੇ ਅੰਦਰ ਪ੍ਰੇਮ ਪੈਦਾ ਕਰ, ਵਿਸ਼ਵਾਸ ਪੈਦਾ ਕਰ, ਆਪਣੇ ਆਪ ਨੂੰ ਯਕੀਨ ਨਾਲ ਭਰਪੂਰ ਕਰ, ਆਪਣੇ ਵਿਸ਼ਵਾਸ ਨੂੰ ਪੱਕਾ ਕਰ, ਕਿਉਂਕਿ ਜਿੰਨਾ ਪ੍ਰੇਮ, ਜਿੰਨਾ ਵਿਸ਼ਵਾਸ ਤੇਰਾ ਵੱਧਦਾ ਚਲਾ ਜਾਏਗਾ, ਉਨਾ ਹੀ ਤੇਰਾ ਉਹ ਵਜਨ ਹੋ ਜਾਏਗਾ ਕਿ ਕੋਈ ਤੇਰੇ ਨਾਲ ਟਕਰਾਉਣ ਦੀ ਕਦੀ ਹਿੰਮਤ ਕਰ ਹੀ ਨਹੀਂ ਸਕਦਾ, ਕਿਉਂਕਿ ਜਿਹੜੀ ਚਟਾਨ ਜਿੱਡੀ ਬੜੀ ਹੋਵੇ ਬੜੇ ਬੜੇ ਤੂਫਾਨ ਵੀ ਉਹਨੂੰ ਹਿਲਾ ਨਹੀਂ ਸਕਦੇ। ਸਮਝਣਾ ਨਾ, ਇਸ ਲਈ ਆਪਣੇ ਵਿਸ਼ਵਾਸ ਨੂੰ, ਆਪਣੇ ਯਕੀਨ ਨੂੰ, ਆਪਣੇ ਭਰੋਸੇ ਨੂੰ ਮਜ਼ਬੂਤ ਕਰੋ ਔਰ ਆਪਣੇ ਮਾਲਿਕ 'ਤੇ ਵਿਸ਼ਵਾਸ ਰੱਖੀਏ। ਔਰ ਜਿਸ ਤਰ੍ਹਾਂ ਅਸੀਂ ਦੱਸ ਰਹੇ ਸੀ ਕਿ ਮੇਰੇ ਗੌਂਸ ਦੇ ਪੱਗ ਦੇ ਜੋੜੇ ਨੇ ਤਾਲਿਬ ਦੀ ਜਾਨ ਬਚਾਈ ਸੀ, ਇਹ ਸ਼ਾਨ ਹੈ ਪੱਗ ਦੇ ਜੋੜੇ ਦੀ, ਮੀਰਾਂ ਦੀਆਂ ਸ਼ਾਨਾਂ ਕੀ ਦੱਸਾਂ। ਜੋ ਗੌਂਸ ਪਾਕ ਦੀ ਨਿਆਜ ਦੇਵੇ ਉਹਦੀ ਹਰ ਮੁਸ਼ਕਿਲ ਹੱਲ ਹੋ ਜਾਂਦੀ, ਜੋ ਗੌਂਸ ਪਾਕ ਦੀ ਨਿਆਜ ਦੇਵੇ ਉਹਦੀ ਹਰ ਮੁਸ਼ਕਿਲ ਹੱਲ ਹੋ ਜਾਂਦੀ, ਇਹ ਸ਼ਾਨ ਹੈ ਗੌਂਸ ਦੀ ਨਿਆਜ਼ਾਂ ਦੀ, ਮੀਰਾਂ ਦੀਆਂ ਸ਼ਾਨਾਂ ਕੀ ਦੱਸਾਂ। ਕਹਿੰਦੇ ਹਜ਼ੂਰ ਦੀ ਸ਼ਾਨ ਤਾਂ ਬਹੁਤ ਬੜੀ, ਕੋਈ ਉਹਨਾਂ ਦੇ ਨਾਮ ਦੀ ਨਿਆਜ਼ ਵੀ ਦਿੰਦਾ ਹੈ ਤਾਂ ਉਹਦੀ ਬੜੀ ਤੋਂ ਬੜੀ ਮੁਸ਼ਕਿਲ ਹੱਲ ਹੋ ਜਾਂਦੀ ਹੈ। ਇਹ ਉਹਨਾਂ ਦੇ ਨਿਆਜ਼ ਦੀ, ਉਹਨਾਂ ਦੇ ਪ੍ਰਸ਼ਾਦ ਦੀ, ਉਹਨਾਂ ਦੇ ਨਾਮ ਦੀ ਨਿਆਜ਼ ਦੀ ਇਹ ਬਰਕਤ ਹੈ, ਤਾਂ ਮੀਰਾਂ ਦੀਆਂ ਸ਼ਾਨਾਂ ਕੀ ਦੱਸਾਂ। ਇਸ ਲਈ ਤਾਂ ਗੌਂਸ ਮੇਰੇ ਦੇ ਨਾਮ 'ਚ ਵਸਦੀ, ਰਹਿਮਤ ਬਰਕਤ ਖੁਸ਼ਹਾਲੀ ਹੂ, ਗੌਂਸ ਗੌਂਸ ਜੋ ਦਿਲੋਂ ਪੁਕਾਰੇ ਪਾਵੇ ਰੁਤਵਾ ਆਲੀ ਹੂ, ਉਸਦੇ ਦਰ ਤੋਂ ਬਾਦਸ਼ਾਹ ਮੰਗਦੇ ਜੋ ਗੌਂਸ ਮੇਰੇ ਦਾ ਸਵਾਲੀ ਹੂ,
ਮੌਤ ਤੋਂ ਮੈਂ ਕੀ ਡਰਨਾ, ਬਾਹੂ ਗੌਂਸ ਹੈ ਮੇਰਾ ਬਾਲੀ ਹੂ। ਹਜ਼ਰਤ ਸੁਲਤਾਨ ਬਾਹੂ ਵੀ ਆਪਣੇ ਕਲਾਮ 'ਚ ਦੱਸਦੇ ਕਿ ਗੌਂਸ ਮੇਰੇ ਦੇ ਨਾਮ 'ਚ ਵਸਦੀ, ਰਹਿਮਤ ਵਰਕਤ ਖੁਸ਼ਹਾਲੀ ਹੂ, ਕਿ ਗੌਂਸ ਦੇ ਤਾਂ ਨਾਮ 'ਚ ਹੀ ਰਹਿਮਤ ਹੈ, ਵਰਕਤ ਹੈ, ਖੁਸ਼ਹਾਲੀ ਹੈ। ਜਿਹੜਾ ਦਿਲੋਂ ਉਹਨਾਂ ਨੂੰ ਯਾਦ ਕਰਦਾ ਹੈ ਪਾਵੇ ਰੁਤਵਾ ਆਲੀ ਹੂ। ਔਰ ਜਿਹੜੇ ਗੌਂਸ ਦੇ ਦਰ ਦਾ ਮੰਗਤਾ ਹੈ, ਗੌਂਸ ਦੇ ਦਰ ਦਾ ਜਿਹੜਾ ਮੰਗਤਾ ਹੈ ਨਾ, ਉਸਦੇ ਦਰ ਤੋਂ ਬਾਦਸ਼ਾਹ ਮੰਗਦੇ, ਜੋ ਗੌਂਸ ਮੇਰੇ ਦਾ ਸਵਾਲੀ ਹੂ। ਮੌਤ ਤੋਂ ਮੈਂ ਕੀ ਡਰਨਾ, ਬਾਹੂ ਗੌਂਸ ਹੈ ਮੇਰਾ ਵਾਲੀ ਹੂ। ਵਾਲੀ ਦਾ ਮਤਲਬ ਜੋ ਸਾਡੀ ਸੰਭਾਲ ਕਰਨ ਵਾਲਾ, ਸਾਡੀ ਰੱਖਿਆ ਕਰਨ ਵਾਲਾ, ਜਦੋਂ ਉਹਦਾ ਹੱਥ ਸਾਡੇ ਸਿਰ 'ਤੇ ਤਾਂ ਸਾਨੂੰ ਮੌਤ ਦੀ ਵੀ ਕੋਈ ਫਿਕਰ ਨਹੀਂ ਹੈ। ਮੌਤ ਤੋਂ ਹੀ ਸਾਨੂੰ ਇੱਕ ਹਜ਼ੂਰ ਦੇ ਜੀਵਨ ਨਾਲ ਜੁੜੀ ਬੜੀ ਪਿਆਰੀ ਘਟਨਾ ਯਾਦ ਆਵੇ ਕਿ ਜਦੋਂ ਹਜ਼ੂਰ ਨੇ ਬਗਦਾਦ ਵਿੱਚ ਸ਼ੁਰੂਆਤ ਕੀਤੀ ਫਕੀਰੀ ਦੀ, ਯਾਨੀ ਉਹ ਰੁਤਬਾ ਪਾਇਆ ਬੰਦਗੀ ਕਰਕੇ, ਇਬਾਦਤ ਕਰਕੇ, ਜਦੋਂ ਉਹਨਾਂ ਦਾ ਨਾਮ ਚਾਰੋਂ ਤਰਫ ਹੋਣ ਲੱਗਾ ਤਾਂ ਉੱਥੇ ਹੀ ਮਸਜਿਦ ਵਿੱਚ ਇੱਕ ਇਮਾਮ ਹੁੰਦਾ ਸੀ, ਮਸਜਿਦ ਵਿੱਚ ਇੱਕ ਇਮਾਮ ਹੁੰਦਾ ਸੀ ਆਪਣੇ ਸੇਵਕਾਂ ਨਾਲ। ਉਹਨੂੰ ਬੜੀ ਜਲਨ ਹੋਈ ਅੰਦਰੋਂ ਅੰਦਰ ਕਿ ਇੱਕ ਕੱਲ੍ਹ ਦਾ ਨੌਜਵਾਨ ਆ ਕੇ, ਕਿਉਂਕਿ ਉਸਲੇ ਹਜ਼ੂਰ ਦੀ ਉਮਰ ਕੋਈ ਜ਼ਿਆਦਾ ਨਹੀਂ ਸੀ, ਜਿੱਦਾਂ ਕਹਿ ਲਓ 40-45 ਸਾਲ ਦੀ, ਇਮਾਮ ਦੀ ਉਮਰ 70 ਕੁ ਸਾਲ ਦੇ ਲਾਗੇ, ਆ ਕੱਲ੍ਹ ਦਾ ਨੌਜਵਾਨ ਆ ਕੇ ਆਪਣੇ ਆਪ ਨੂੰ ਪੀਰਾਂ ਦਾ ਸਰਦਾਰ ਕਹਾਣ ਲੱਗ ਗਿਆ। ਔਰ ਕਿੱਦਾਂ ਲੋਕ ਇਹਦੇ ਕੋਲ ਜਾਂਦੇ ਹੈ, ਅੱਗੇ ਲੋਕ ਸਾਨੂੰ ਪੁੱਛਦੇ ਸੀ, ਹੁਣ ਸਾਨੂੰ ਕੋਈ ਪੁੱਛਦਾ ਹੀ ਨਹੀਂ। ਇਸ ਲਈ ਕੁਛ ਐਸਾ ਕੀਤਾ ਜਾਵੇ ਕਿ ਗੌਂਸ ਦੀ ਬਦਨਾਮੀ ਹੋਵੇ, ਲੋਕ ਇੱਥੇ ਹੱਸਣ। ਹੁਣ ਆਪਣੇ ਚੇਲੇ ਚਿਮਟੇ ਇਕੱਠੇ ਕੀਤੇ, ਯਾਨੀ ਜਿਹੜੇ ਮਗਰ ਲੱਗੇ ਸੀ, ਬਿਠਾਏ, ਸਲਾਹ ਕਰਨ ਲੱਗ ਗਿਆ, ਕੋਈ ਇੱਦਾਂ ਦੀ ਸਕੀਮ ਸੋਚੋ, ਕੋਈ ਇੱਦਾਂ ਦੀ ਗੱਲ ਸੋਚੋ ਕਿ ਇੱਦਾਂ ਦੀ ਕੋਈ ਗੱਲ ਹੋਵੇ ਕਿ ਗੌਂਸ ਦੀ ਹੱਸੀ ਸਾਰੇ ਪਾਸੇ ਉੜੇ, ਮਜ਼ਾਕ ਉੜੇ ਸਾਰੇ ਪਾਸੇ। ਤਾਂ ਸਾਰੇ ਸੋਚਣ ਲੱਗੇ ਕੀ ਕੀਤਾ ਜਾਵੇ, ਕੀ ਕੀਤਾ ਜਾਵੇ, ਕਿਸੇ ਨੇ ਕੁਛ ਕਿਹਾ, ਕਿਸੇ ਨੇ ਕੁਛ ਕਿਹਾ, ਪਰ ਇਹਨੂੰ ਕੁਛ ਚੰਗਾ ਨਾ ਲੱਗਾ। ਆਖਿਰ ਇਹਨਾਂ ਇਮਾਮ ਨੇ ਕਿਹਾ ਕਿ ਇੱਦਾਂ ਕਰਦੇ ਹਾਂ, ਇੱਦਾਂ ਕਰਦੇ ਹਾਂ ਕਿ ਇੱਕ ਜੀਂਦੇ ਆਦਮੀ ਨੂੰ ਮੁਰਦਾ ਬਣਾ ਕੇ ਲਟਾ ਦਿੰਦੇ ਹਾਂ, ਔਰ ਫਿਰ ਆਪਾਂ ਹਜ਼ੂਰ ਗੌਂਸ ਕੋ ਜਾਵਾਂਗੇ, ਗੌਂਸ ਕੋ ਜਾਵਾਂਗੇ ਅਬਦੁਲ ਕਾਦਰ ਕੋਲ, ਕਿ ਮੁਰਦੇ ਵਾਸਤੇ ਦੁਆ ਕਰ ਦਿਓ। ਕਿਉਂਕਿ ਜਦੋਂ ਮੁਰਦੇ ਨੂੰ ਦਫਨਾਇਆ ਜਾਂਦਾ ਉਹ ਤੋਂ ਪਹਿਲਾਂ ਇੱਕ ਅਰਦਾਸ ਦੁਆ ਹੁੰਦੀ ਹੈ ਕਿ ਤੁਸੀਂ ਕਰ ਦਿਓ ਆ ਕੇ, ਔਰ ਜਦੋਂ ਉਹ ਦੁਆ ਕਰਨਗੇ ਇਹ ਉੱਠ ਕੇ ਖੜ ਜਾਏਗਾ, ਲੋਕ ਹੱਸਣਗੇ ਕਿ ਇਹਨਾਂ ਨੂੰ ਇੰਨਾ ਵੀ ਨਹੀਂ ਪਤਾ ਆਪਣੇ ਆਪ ਨੂੰ ਫਕੀਰ ਕਹਿੰਦੇ, ਤਾਂ ਇੰਨਾ ਵੀ ਨਹੀਂ ਪਤਾ ਕਿ ਜਿਹੜਾ ਲੇਟਿਆ ਸੀ ਉਹ ਐਕਟਿੰਗ ਕਰ ਰਿਹਾ ਸੀ, ਉਹ ਮੁਰਦਾ ਤਾਂ ਹੈ ਹੀ ਨਹੀਂ ਸੀ। ਜਦੋਂ ਲੋਕ ਇਹ ਦੁਆ ਕਰਦੇ ਹੋਣਗੇ ਸਾਡਾ ਮੁਰਦਾ ਉੱਠ ਕੇ ਖੜਾ ਹੋ ਜਾਏਗਾ ਉੱਠ ਕੇ, ਤਾਂ ਲੋਕ ਹੱਸਣਗੇ, ਅਸੀਂ ਵੀ ਹੱਸਾਂਗੇ ਤਾਂ ਲੋਕ ਵੀ ਹੱਸਣਗੇ ਕਿ ਇਹਨਾਂ ਦਾ ਕਿੱਦਾਂ, ਜਿੱਦਾਂ ਬੰਦਾ ਕਹਿੰਦਾ ਇਹਨਾਂ ਦਾ ਮਜ਼ਾਕ ਉਡਾਇਆ, ਇਹਨਾਂ ਨੂੰ ਮੂਰਖ ਬਣਾਇਆ। ਇਮਾਮ ਦੇ ਬੰਦਿਆਂ ਨੇ ਕਿਹਾ ਗੱਲ ਤਾਂ ਠੀਕ ਹੈ, ਪਰ ਹੁਣ ਸਵਾਲ ਇਹ ਹੈ ਕਿ ਮੁਰਦਾ ਬਣ ਕੇ ਲੀਟੂ ਕੌਣ? ਕਿਉਂਕਿ ਸਾਰਿਆਂ ਨੂੰ ਹਜ਼ੂਰ ਦੇ ਬਾਰੇ ਪਤਾ ਸੀ, 12 ਸਾਲ ਦੇ ਡੁੱਬੇ ਵੇੜੇ ਬੰਨੇ ਲਾਉਣ ਵਾਲੇ, ਮੋਦੀਆਂ ਨੂੰ ਜ਼ਿੰਦਗੀ ਦੇਣ ਵਾਲੇ, ਹੁਣ ਉਹਨਾਂ ਸਾਹਮਣੇ ਐਕਟਿੰਗ ਕਰੇਗਾ ਕੌਣ? ਕਿਸੇ ਦੀ ਹਿੰਮਤ ਨਾ ਪਵੇ ਕਿ ਭਾਈ ਜਿਹੜੇ ਮੁਰਦਿਆਂ ਨੂੰ ਜ਼ਿੰਦਗੀ ਦੇ ਸਕਦੇ ਹੈ, ਕਿਤੇ ਇਹ ਨਾ ਹੋਵੇ ਮੁਰਦੇ ਬਣ ਕੇ ਲੇਟੀਏ ਤਾਂ ਅਸੀਂ ਮਰੀ ਜਾਈਏ। ਕਿਉਂਕਿ ਕੀ ਪਤਾ ਹੁਣ ਕਿਸੇ ਦੀ ਹਿੰਮਤ ਨਾ ਪਵੇ। ਤਾਂ ਇਮਾਮ ਦਾ ਇੱਕ ਬੇਟਾ ਸੀ ਜਿਹੜਾ ਅੱਖਾਂ ਤੋਂ ਅੰਨਾ ਸੀ, ਹੁਣ ਜਿੱਦਾਂ ਦਾ ਬਾਪ ਆਪ ਸੀ ਉੱਦਾਂ ਦਾ ਬੇਟਾ, ਅੱਖਾਂ ਵੀ ਅੰਨਾ ਤਾਂ ਅਗਲੋਂ ਵੀ ਅੰਨਾ। ਬਾਪ ਨੇ ਕਿਹਾ ਕੋਈ ਨਹੀਂ, ਇਮਾਮ ਕਹਿੰਦਾ ਮੇਰਾ ਬੇਟਾ ਲੇਟੇਗਾ, ਹਾਂ ਬੇਟਾ ਤਿਆਰ ਆ। ਉਹ ਕਹਿੰਦਾ ਅੱਬਾ ਜਾਨ ਮੈਂ ਤੁਹਾਡੇ ਨਾਲ, ਲਟਾਓ ਮੈਨੂੰ ਜਿੱਥੇ ਲਟਾਉਣਾ, ਮੇਰੀਆਂ ਤਾਂ ਉੱਦਾਂ ਵੀ ਅੱਖਾਂ ਬੰਦ ਆ, ਕਿਸੇ ਨੂੰ ਸ਼ੱਕ ਹੀ ਨਹੀਂ ਹੋਣਾ, ਕਿਉਂਕਿ ਜਿੰਦਾ ਬੰਦਾ ਫਿਰ ਅੱਖਾਂ ਖੋਲ ਕੇ ਦੇਖਣ ਦੀ ਕੋਸ਼ਿਸ਼ ਕਰੇਗਾ, ਮੇਰਾ ਤਾਂ ਉੱਦਾਂ ਅੱਖਾਂ ਬੰਦ ਹੈ, ਬਚਪਨ ਤੋਂ ਜਨਮ ਤੋਂ ਹੀ ਅੰਨਾ ਹੈ, ਅੱਖਾਂ ਹੈ ਹੀ ਨਹੀਂ। ਤਾਂ ਹੁਣ ਬਾਪ ਨੇ ਸਕੀਮ ਬਣਾ ਲਈ, ਸਾਰੇ ਸ਼ਾਗਿਰਦਾਂ ਨਾਲ ਸਕੀਮ ਬਣਾ ਲਈ ਕਿ ਇੱਦਾਂ ਠੀਕ ਹੈ। ਇਮਾਮ ਆਪਣੇ ਦੋ ਸਾਥੀਆਂ ਨਾਲ ਹਜ਼ੂਰ ਕੋਲ ਪਹੁੰਚ ਗਿਆ ਕਿ ਹਜ਼ੂਰ ਮੇਰੇ ਬੇਟੇ ਦੀ ਮੌਤ ਹੋ ਗਈ, ਕੱਲ੍ਹ ਨੂੰ ਆ ਕੇ ਉਹਦੀ ਕਬਰ 'ਚ ਦਫਨਾਉਣ ਤੋਂ ਪਹਿਲਾਂ ਦੁਆ ਕਰ ਦਿਓ। ਹਜ਼ੂਰ ਮੁਸਕੁਰਾਏ, ਕਹਿੰਦੇ ਠੀਕ ਹੈ ਜ਼ਰੂਰ, ਜੇ ਤੁਸੀਂ ਯਾਦ ਕੀਤਾ ਤਾਂ ਜ਼ਰੂਰ ਆਵਾਂਗੇ। ਕਿੰਨੇ ਵਜੇ? ਸਮਾਂ ਦੱਸਿਆ ਕਿ ਇੰਨੇ ਵਜੇ।
ਹਜ਼ੂਰ ਕਹਿੰਦੇ ਠੀਕ ਹੈ ਅਸੀਂ ਕਬਰਸਤਾਨ ਪਹੁੰਚ ਜਾਵਾਂਗੇ। ਹੁਣ ਜਦੋਂ ਵਾਪਸ ਆ ਰਹੇ ਤਾਂ ਲੁੱਡੀਆਂ ਪਾਉਂਦੇ ਭੰਗੜਾ ਪਾਉਂਦੇ ਫਸਾ ਲਿਆ, ਹੁਣ ਆਉਣਗੇ ਕੱਲ ਨੂੰ ਤਾਂ ਜਦੋਂ ਮੁਰਦਾ ਉੱਠ ਕੇ ਖੜ ਜਾਏਗਾ ਬੇਇੱਜ਼ਤੀ ਹੋਏਗੀ। ਸਾਰੇ ਪਾਸੇ ਸੁਨੇਹੇ ਭੇਜ ਦਿੱਤੇ ਕਿ ਕੱਲ ਨੂੰ ਅਬਦੁਲ ਕਾਦਰ ਨੇ ਮੁਰਦੇ ਦੀ ਦੁਆ ਪੜ੍ਹਨੀ ਹੈ, ਮੁਰਦੇ ਦੀ ਦੁਆ ਪੜ੍ਹਨੀ ਹੈ, ਆਓ ਸਾਰੇ ਆਓ। ਜਿਹਨਾਂ ਨੂੰ ਨਹੀਂ ਵੀ ਬੁਲਾਉਣਾ ਸੀ ਉਹਨਾਂ ਨੂੰ ਵੀ ਬੁਲਾ ਲਿਆ, ਇਸ ਕਰਕੇ ਤਾਂ ਕਿ ਹਜ਼ੂਰ ਦਾ ਮਜ਼ਾਕ ਜਦੋਂ ਉਡਾਇਆ ਜਾਵੇ ਤਾਂ ਜ਼ਿਆਦਾ ਤੋਂ ਜ਼ਿਆਦਾ ਲੋਕ ਤਮਾਸ਼ਾ ਦੇਖਣ। ਹੁਣ ਕਿਹਾ ਜਾਂਦਾ ਹੈ ਕਿ ਜਦੋਂ ਲਟਾ ਦਿੱਤਾ ਬੱਚੇ ਨੂੰ ਔਰ ਹਜ਼ੂਰ ਉੱਧਰੋਂ ਆ ਗਏ ਤਾਂ ਮਈਅਤ ਵੀ ਇੱਦਾਂ ਸਜਾ ਕੇ ਲਿਆਉਂਦੀ ਜਿੱਦਾਂ ਸੱਚਮੁੱਚ ਮਰ ਗਿਆ ਹੁੰਦਾ, ਕਿਉਂਕਿ ਉਹ ਕਹਿੰਦੇ ਐਕਟਿੰਗ ਵੀ ਕਰਨੀ ਤਾਂ ਪੂਰੀ ਕਰੀਏ ਸ਼ੱਕ ਨਾ ਹੋਵੇ, ਕਿਉਂਕਿ ਅੱਗੇ ਵੀ ਰੱਬ ਦਾ ਕੋਈ ਫਕੀਰ ਹੈ, ਮਾੜਾ ਜਿਹਾ ਵੀ ਸ਼ੱਕ ਨਾ ਹੋਵੇ ਤਾਂ ਹੀ ਅਸੀਂ ਇਹਨਾਂ ਨੂੰ ਮੂਰਖ ਬਣਾ ਸਕਦੇ ਹਾਂ। ਇਹ ਲਿਆ ਕੇ ਮਈਅਤ ਰੱਖੀ ਗਈ, ਯਾਨੀ ਮੁਰਦਾ ਸਰੀਰ ਰੱਖਿਆ ਗਿਆ, ਕਫਨ ਦੇ ਵਿੱਚ ਲਪੇਟਿਆ ਹੋਇਆ ਹੈ, ਉੱਪਰ ਢੱਕਿਆ ਹੋਇਆ ਹੈ। ਹਜ਼ੂਰ ਨੂੰ ਕਹਿੰਦੇ ਦੁਆ ਕਰੋ ਜੀ, ਹਜ਼ੂਰ ਮੁਸਕੁਰਾਏ ਕਿਉਂਕਿ ਫਿਰ ਵੀ ਹਜ਼ੂਰ ਨੂੰ ਦਇਆ ਆਈ। ਹਜ਼ੂਰ ਕਹਿੰਦੇ ਦੱਸੋ ਜਿੰਦੇ ਦੀ ਦੁਆ ਕਰਾਂ ਕਿ ਮੁਰਦੇ ਦੀ, ਕਿਉਂਕਿ ਹਾਲੇ ਵੀ ਉਹ ਸਮਝਦੇ ਆ ਫਕੀਰਾਂ ਨਾਲ ਮਜ਼ਾਕ ਨਹੀਂ ਕਰਨਾ ਚਾਹੀਦਾ। ਤਾਂ ਉਸਲੇ ਇਮਾਮ ਨੇ ਕਿਹਾ ਕਿ ਹਜ਼ੂਰ ਕੋਈ ਜਿੰਦੇ ਦੀ ਦੁਆ ਵੀ ਹੁੰਦੀ ਹੈ, ਮੁਰਦਾ ਤੁਹਾਡੇ ਸਾਹਮਣੇ ਆ, ਮੁਰਦੇ ਦੀ ਕਰੋ। ਹਜ਼ੂਰ ਕਹਿੰਦੇ ਦੇਖ ਲੈ, ਮੁਰਦੇ ਦੀ ਦੁਆ ਕਰਦੇ ਮਾਂ, ਕਰਦੇ ਮਾਂ ਮੁਰਦੇ ਦੀ ਦੁਆ, ਇਜਾਜ਼ਤ ਹੈ? ਫਿਰ ਇਜਾਜ਼ਤ ਮੰਗ ਰਹੇ ਉਹਨਾਂ ਕੋਲੋਂ, ਕਰਦੇ ਮਾਂ ਕਿ ਹਾਲੇ ਵੀ ਸ਼ਾਇਦ ਇਹਨਾਂ ਨੂੰ ਸਮਝ ਆ ਜਾਵੇ, ਹਾਲੇ ਵੀ ਮਜ਼ਾਕ ਕਰਨਾ ਬੰਦ ਕਰ ਦੇਣ, ਕਿਉਂਕਿ ਇਹਨਾਂ ਨੂੰ ਨਹੀਂ ਪਤਾ ਕਿਹਦੇ ਨਾਲ ਮਜ਼ਾਕ ਕਰ ਰਹੇ। ਤਾਂ ਪਿੱਛਿਓ ਇਮਾਮ ਨੇ ਹਾਂ ਹਾਂ ਕਰੋ ਕਰੋ ਜੀ ਹਜ਼ੂਰ, ਜਲਦੀ ਕਰੋ ਜਲਦੀ, ਕਿਉਂਕਿ ਉਹਨਾਂ ਨੂੰ ਤਾਂ ਸੀ ਇਹ ਦੁਆ ਸ਼ੁਰੂ ਕਰਨ, ਅਰਦਾਸ ਸ਼ੁਰੂ ਕਰਨ, ਤਾਂ ਅਸੀਂ ਆਪਣਾ ਕੰਮ ਕਰੀਏ, ਮੁਰਦਾ ਉੱਠ ਕੇ ਖੜ ਜਾਵੇ। ਹੁਣ ਕਹਿੰਦੇ ਹੈ ਕਿ ਜਿੱਦਾਂ ਹੀ ਹਜ਼ੂਰ ਨੇ ਹੱਥ ਉਠਾਏ ਔਰ ਇਹ ਗੱਲ ਕਹੀ ਕਿ ਐ ਖੁਦਾ ਮੈਂ ਇਸ ਮੁਰਦੇ ਵਾਸਤੇ ਦੁਆ ਕਰ ਰਿਹਾ, ਜਿੱਦਾਂ ਹੀ ਕਿਹਾ ਮੈਂ ਇਸ ਮੁਰਦੇ ਵਾਸਤੇ ਦੁਆ ਕਰ ਰਿਹਾ ਆ, ਕਹਿੰਦੇ ਮੌਤ ਦੇ ਫਰਿਸ਼ਤੇ ਨੇ ਉਹਦੀ ਰੂਹ ਨੂੰ ਕੱਢ ਲਿਆ, ਕਿਉਂਕਿ ਗੌਂਸ ਦੇ ਮੁੱਖ ਚੋਂ ਨਿਕਲ ਚੁੱਕਾ ਸੀ ਮੈਂ ਇਸ ਮੁਰਦੇ ਵਾਸਤੇ ਦੁਆ ਕਰ ਰਿਹਾ, ਉਹਨੂੰ ਮੁਰਦਾ ਕਰਾਰ ਦੇ ਦਿੱਤਾ। ਤਾਂ ਕਹਿੰਦੇ ਹੈ ਕਿ ਇਜ਼ਰਾਈਲ ਨੇ ਉਹਦੀ ਰੂਹ ਨੂੰ ਕੱਢ ਲਿਆ, ਜੋ ਸੁਲਤਾਨ ਵਾਹੂ ਦੀ ਕਿਤਾਬ ਵਿੱਚ ਹਜ਼ੂਰ ਦੀ ਸਾਖੀ ਆਉਂਦੀ ਹੈ ਕਿ ਰੂਹ ਨੂੰ ਕੱਢ ਲਿਆ। ਹੁਣ ਹਜ਼ੂਰ ਦੁਆ ਕਰ ਰਹੇ ਹੈ, ਇੱਧਰੋਂ ਸਾਰੇ ਮਨ 'ਚ ਕਹਿ ਰਹੇ ਉੱਠ ਜਾ ਉੱਠ ਜਾ, ਹੁਣ ਹੁਣ ਉੱਠ ਜਾ ਉੱਠ ਜਾ, ਕਿਉਂਕਿ ਸਕੀਮ ਤਾਂ ਇਹੀ ਸੀ ਜਿੱਦਾਂ ਹੀ ਹਜ਼ੂਰ ਨੇ ਦੁਆ ਸ਼ੁਰੂ ਕੀਤੀ ਇਹਨਾਂ ਉੱਠਣਾ ਹੈ, ਇਹਨੇ ਉੱਠਣਾ ਹੈ। ਹੁਣ ਸਾਰੇ ਕਹਿ ਰਹੇ ਉੱਠ, ਮਨ 'ਚ ਹੀ ਕਹਿ ਰਹੇ, ਬੋਲ ਤਾਂ ਸਕਦੇ ਨਹੀਂ, ਇਹਨੂੰ ਕੀ ਹੋ ਗਿਆ, ਸੌਂ ਤਾਂ ਨਹੀਂ ਗਿਆ ਕਿਤੇ, ਉੱਠਦਾ ਹੀ ਨਹੀਂ ਪਿਆ। ਬਾਪ ਵੀ ਸੋਚੇ, ਬਾਪ ਹੌਲੀ ਹੌਲੀ ਤੁਰ ਕੇ ਕੋਲ ਗਿਆ, ਪੈਰ ਨਾਲ ਠੁੱਡਾ ਮਾਰੇ, ਉੱਠ ਉੱਠ ਉੱਠ, ਦੁਆ ਖਤਮ ਹੋ ਜਾਣੀ, ਉੱਠ, ਇਹੀ ਟਾਈਮ ਹੈ, ਉੱਠੇਗਾ ਫਿਰ ਹੀ ਬੇਇੱਜ਼ਤੀ ਹੋਣੀ ਆ, ਫਿਰ ਹੀ ਮਜ਼ਾਕ ਬਣਨਾ ਆ, ਉਹ ਮੁਰਗਾ ਉੱਠ। ਹੁਣ ਕਫਨ ਚੱਕ ਕੇ ਤਾਂ ਕਹਿ ਨਹੀਂ ਸਕਦਾ ਸੀ ਕਿਉਂਕਿ ਫਿਰ ਤਾਂ ਰਾਜੀ ਖੁੱਲ ਜਾਣੀ ਸੀ, ਇਹ ਸਕੀਮ ਹੈ, ਇਸ ਲਈ ਪੈਰ ਨਾ ਮਾਰੇ ਉਹਨੂੰ, ਨਾਲੇ ਦੇਖੀ ਜਾਵੇ ਕੋਈ ਦੇਖਦਾ ਤਾਂ ਨਹੀਂ, ਨਾਲੇ ਪੈਰ ਨਾ ਹਿਲਾਈ ਜਾਵੇ, ਉੱਠ ਉੱਠ, ਪਰ ਉਹ ਤਾਂ ਹਿੱਲੇ ਵੀ ਨਾ। ਇੱਧਰ ਹਜ਼ੂਰ ਨੇ ਆਖਰੀ ਲਾਈਨਾਂ ਪੜੀਆਂ ਦੁਆ ਦੀਆਂ ਤਾਂ ਉਹਨਾਂ ਨੇ ਫਿਰ ਕਿਹਾ ਉੱਠ ਜਾ ਪਾਗਲਾ ਉੱਠ ਜਾ, ਉਹ ਸੱਚਮੁੱਚ ਸੌਂ ਗਿਆ, ਕੀ ਗੱਲ ਹੈ ਤੈਨੂੰ। ਪਰ ਜਿੱਦਾਂ ਹੀ ਹਜ਼ੂਰ ਨੇ ਆਖਰੀ ਲਾਈਨਾਂ ਪੜ੍ਹ ਕੇ ਆਮੀਨ ਕਿਹਾ ਔਰ ਮਿੱਟੀ ਚੱਕ ਕੇ ਉਹਦੇ ਉੱਪਰ ਪਾਈ, ਕਿਉਂਕਿ ਬਾਹਰ ਹੀ ਰੱਖਿਆ ਸੀ, ਪਹਿਲਾਂ ਥੋੜ੍ਹੀ ਮਿੱਟੀ ਪਾਣੀ ਪੈਂਦੀ, ਫਿਰ ਚੱਕ ਕੇ ਉਹਨੂੰ ਕਬਰ 'ਚ ਰੱਖ ਦਿੱਤਾ ਜਾਂਦਾ ਹੈ। ਹਜ਼ੂਰ ਕਹਿੰਦੇ ਲਓ ਸਾਡੇ ਵੱਲੋਂ ਮੁਰਦੇ ਦੀ ਦੁਆ ਹੋ ਗਈ ਹੈ, ਹੁਣ ਅਸੀਂ ਚੱਲਦੇ ਹਾਂ, ਤੁਸੀਂ ਇਹਨੂੰ ਦਫਨਾ ਕੇ ਆਪਣਾ ਅਗਲਾ ਕੰਮ ਕਰੋ, ਕਹਿ ਕੇ ਹਜ਼ੂਰ ਤੁਰ ਪਏ। ਇੱਧਰ ਇਮਾਮ ਨੇ ਜਦੋਂ ਦੇਖਿਆ ਕਿ ਹਜ਼ੂਰ ਚਲੇ ਗਏ, ਜੋ ਅਸੀਂ ਕਰਨਾ ਸੀ ਉਹ ਤਾਂ ਮਕਸਦ ਹੀ ਪੂਰਾ ਨਹੀਂ ਹੋਇਆ, ਇਹਨੂੰ ਉਠਾਵਾਂ ਪਹਿਲਾਂ ਕੱਫਣ ਤੋਂ, ਕਹਿੰਦੇ ਉਹਦਾ ਕੱਫਣ ਚੱਕ ਕੇ ਪਰੇ ਕੀਤਾ, ਮੂੰਹ 'ਤੇ ਚਪੇੜ ਮਾਰੀ ਉੱਠ, ਪਰ ਜਦੋਂ ਗੌਰ ਨਾਲ ਦੇਖਿਆ ਉਹਦਾ ਸੱਚਮੁੱਚ ਮਰ ਚੁੱਕਾ ਹੈ, ਉਹਦਾ ਸੱਚਮੁੱਚ ਮਰ ਚੁੱਕਾ ਹੈ। ਉਹਨੇ ਕਿਹਾ ਬੇਟਾ ਬੇਟਾ, ਤਾਂ ਉਸ ਲਈ ਉਹਨੂੰ ਪਤਾ ਲੱਗ ਗਿਆ ਉਸ ਇਮਾਮ ਨੂੰ ਕਿ ਮੇਰਾ ਮਜ਼ਾਕ ਮੇਤੇ ਭਾਰੀ ਪੈ ਗਿਆ,
ਇਹ ਤਾਂ ਮੈਂ ਮਜ਼ਾਕ ਕੀਤਾ ਸੀ ਇੱਕ ਫਕੀਰ ਦੇ ਨਾਲ, ਮਜ਼ਾਕ ਕੀਤਾ ਸੀ ਹਜ਼ੂਰ ਗੌਸ ਦੇ ਨਾਲ, ਪਰ ਉਹ ਫਕੀਰ ਨਾਲ ਮਜ਼ਾਕ ਕਰਨਾ ਭਾਰੀ ਪੈ ਗਿਆ। ਹੁਣ ਜੇ ਮੈਂ ਮਜ਼ਾਕ ਕੀਤਾ ਮੈਨੂੰ ਇਹ ਸਜ਼ਾ ਮਿਲੀ ਹੈ, ਤਾਂ ਹੁਣ ਬਖਸ਼ ਵੀ ਉਹੀ ਸਕਦੇ ਹੈ। ਕਹਿੰਦੇ ਕਫਨ ਨਾਲ ਆਪਣੇ ਬੇਟੇ ਦਾ ਚਿਹਰਾ ਢੱਕ ਕੇ ਦੌੜ ਕੇ ਗਿਆ ਹਜ਼ੂਰ, ਤੁਰੇ ਜਾ ਰਹੇ ਹੈ, ਜਾਂਦੇ ਜਾ ਕੇ ਹਜ਼ੂਰ ਦੇ ਰਸਤੇ 'ਚ ਖੜ ਗਿਆ, ਪੈਰ ਫੜ ਲਏ ਹਜ਼ੂਰ ਦੇ, ਰੋਣ ਲੱਗ ਗਿਆ। ਹਜ਼ੂਰ ਕਹਿੰਦੇ ਇਮਾਮ ਕੀ ਹੋ ਗਿਆ, ਤੂੰ ਬੇਨਤੀ ਕੀਤੀ ਸੀ ਹਜ਼ੂਰ ਆਇਓ ਮੁਰਦੇ ਦੀ ਦੁਆ ਪੜਿਓ, ਅਸੀਂ ਦੁਆ ਪੜ ਲਈ, ਆਪਣਾ ਫਰਜ਼ ਪੂਰਾ ਕੀਤਾ, ਜੋ ਵਚਨ ਕੀਤਾ ਸੀ ਪੂਰਾ ਕਰ ਦਿੱਤਾ, ਹੁਣ ਜੋ ਤੇਰਾ ਫਰਜ਼ ਹੈ ਬਾਪ ਵਾਲਾ ਉਹ ਪੂਰਾ ਕਰ, ਹੁਣ ਸਾਨੂੰ ਜਾਣ ਦੇ। ਤਾਂ ਇਮਾਮ ਨੇ ਪੈਰ ਫੜੇ ਕਿ ਨਹੀਂ ਹਜ਼ੂਰ ਤੁਸੀਂ ਵੀ ਜਾਣਦੇ ਹੋ, ਤਾਂ ਮੈਂ ਵੀ ਜਾਣਦਾ ਹਾਂ ਕਿ ਉਹ ਮਰਿਆ ਨਹੀਂ ਸੀ, ਅਸੀਂ ਤਾਂ ਤੁਹਾਡੇ ਨਾਲ ਮਜ਼ਾਕ ਕੀਤਾ ਸੀ, ਤੁਹਾਨੂੰ ਨੀਵਾਂ ਦਿਖਾਉਣ ਦੀ ਖਾਤਰ, ਤੁਹਾਡਾ ਮਜ਼ਾਕ ਉਡਾਉਣ ਦੀ ਖਾਤਰ, ਤੁਹਾਨੂੰ ਬਦਨਾਮ ਕਰਨ ਦੀ ਖਾਤਰ, ਅਸੀਂ ਤਾਂ ਮਜ਼ਾਕ ਕੀਤਾ ਸੀ ਕਿ ਲੋਕ ਹੱਸਣਗੇ ਜਦੋਂ ਤੁਸੀਂ ਦੁਆ ਕਰੋਗੇ, ਇਹ ਉੱਠ ਕੇ ਖੜ ਜਾਏਗਾ, ਲੋਕ ਤੁਹਾਡਾ ਮਜ਼ਾਕ ਉਡਾਉਣਗੇ, ਕਿੱਦਾਂ ਦਾ ਪੀਰ ਜਨ ਇਹ ਵੀ ਨਹੀਂ ਪਤਾ ਕਿ ਬੰਦਾ ਜੀਂਦਾ ਤਾਂ ਮੁਰਦੇ ਦੀ ਦੁਆ ਪੜਨ ਆ ਗਿਆ, ਮਜ਼ਾਕ ਉਡਣਾ ਸੀ ਤੁਹਾਡਾ ਹਜ਼ੂਰ, ਅਸੀਂ ਤਾਂ ਤੁਹਾਨੂੰ ਨੀਵਾਂ ਦਿਖਾਉਣ ਦੀ ਖਾਤਰ ਕੀਤਾ ਸੀ, ਪਰ ਸਾਡੇ ਤੋਂ ਬਹੁਤ ਬੜੀ ਭੁੱਲ ਹੋ ਗਈ, ਅਸੀਂ ਤੁਹਾਡੀ ਤਾਕਤ ਨੂੰ ਨਹੀਂ ਜਾਣ ਪਾਏ, ਹਜ਼ੂਰ ਬਖਸ਼ੋ ਮਾਫ਼ ਕਰੋ। ਹਜ਼ੂਰ ਕਹਿੰਦੇ ਤੂੰ ਕਿਹਾ ਸੀ ਮੁਰਦੇ ਦੀ ਦੁਆ ਪੜਨੀ, ਅਸੀਂ ਪੜ ਦਿੱਤੀ, ਹੁਣ ਦੱਸ ਹੋਰ ਕੀ ਕਰੀਏ, ਕਿਉਂਕਿ ਪਹਿਲਾਂ ਵੀ ਤੂੰ ਹੀ ਕਿਹਾ ਸੀ ਮੁਰਦੇ ਦੀ ਦੁਆ ਪੜਨੀ ਹੈ, ਅਸੀਂ ਉਹ ਪੜ ਦਿੱਤੀ ਤੇਰੇ ਕਹਿਣ ਤੇ, ਹੁਣ ਦੱਸ ਕੀ ਕਰੀਏ। ਕਹਿੰਦਾ ਹਜ਼ੂਰ ਮੈਨੂੰ ਯਕੀਨ ਹੈ ਕਿ ਜੇ ਤੁਹਾਡੇ ਕਹਿਣ ਤੇ ਮੁਰਦੇ ਦੀ ਦੁਆ ਪੜਨ ਤੇ ਉਹ ਮਰ ਸਕਦਾ ਹੈ, ਤਾਂ ਜੇ ਤੁਸੀਂ ਜਿੰਦਾ ਦੀ ਦੁਆ ਪੜ ਦੋ ਤਾਂ ਜਿੰਦਾ ਵੀ ਹੋ ਸਕਦਾ ਹੈ, ਮੈਨੂੰ ਯਕੀਨ ਹੈ। ਕਹਿੰਦੇ ਨਾ ਬਾਬਾ ਫਰੀਦ ਨੇ ਕਿਹਾ ਮਰ ਜਾਓ ਚਿੜੀਓ, ਜਿਹੜੀਆਂ ਮਰ ਗਈਆਂ ਉੜ ਜਾਓ ਚਿੜੀਓ, ਚਿੜੀਆਂ ਉੜ ਗਈਆਂ, ਜਿਹੜੀ ਜਵਾਨ ਨਾਲ ਮਰਨ ਨੂੰ ਕਿਹਾ ਮਰ ਗਈਆਂ, ਉਸੇ ਜਵਾਨ ਨਾਲ ਉੜਨ ਨੂੰ ਕਹਿਣਗੇ ਤਾਂ ਉੜ ਵੀ ਸਕਦੀਆਂ ਹੈ, ਇਸ ਲਈ ਹਜ਼ੂਰ ਮੈਨੂੰ ਯਕੀਨ ਹੈ। ਹਜ਼ੂਰ ਕਹਿੰਦੇ ਅੱਛਾ ਆ ਜਾ ਫਿਰ, ਜੇ ਤੂੰ ਕਹਿੰਦਾ ਹੁਣ ਜ਼ਿੰਦਾ ਦੀ ਦੁਆ ਪੜੋ ਤਾਂ ਆ ਜਾ। ਹੁਣ ਉੱਥੇ ਆ ਕੇ ਹਜ਼ੂਰ ਨੇ ਕੋਈ ਕੁਰਾਨ ਦੇ ਕਲਾਮ ਨਹੀਂ ਪੜ੍ਹਿਆ, ਕੋਈ ਹਵਨ ਨਹੀਂ ਕੀਤਾ, ਕੋਈ ਯੱਗਿਆ ਨਹੀਂ ਕੀਤਾ, ਕੋਈ ਨਿੰਬੂ ਨਹੀਂ ਮੰਗਾਏ, ਕੋਈ ਮਿਰਚਾਂ ਨਹੀਂ ਮੰਗਾਈਆਂ, ਜਿੱਦਾਂ ਕਿ ਅੱਜ ਕੱਲ੍ਹ ਹੁੰਦਾ ਹੈ, ਭਾਈ ਤੁਹਾਡੇ 'ਤੇ ਬੜਾ ਸੰਕਟ ਹੈ, ਇੰਨੇ ਨਿੰਬੂ, ਇੰਨੀਆਂ ਮਿਰਚਾਂ, ਸੰਧੂਰ ਦੀ ਡੱਬੀ, ਜੇ ਵੋ ਲੈ ਕੇ ਆ ਜਾਈ, ਆ ਚੁਰਾਹੇ 'ਚ ਦੀਵਾ ਬਾਲ ਦੇਈਂ, ਤੇਰੀ ਮਨੋਕਾਮਨਾ ਪੂਰੀ ਹੋ ਜਾਏਗੀ। ਪਰ ਇਹ ਬੰਦਾ ਭੁੱਲ ਜਾਂਦਾ ਹੈ ਕਿ ਜਿਹੜੇ ਸੱਚੇ ਗੁਰੂ ਰਹਿਬਰ ਪੀਰ ਫਕੀਰ ਹੁੰਦੇ ਨਾ, ਉਹ ਤਾਂ ਨਜ਼ਰੀ ਨਜ਼ਰ ਨਿਹਾਲ, ਉਹ ਤਾਂ ਨਜ਼ਰ ਨਾਲ ਹੀ ਤਾਰਦੇ, ਉਹ ਇੱਦਾਂ ਦੇ ਪਖੰਡਵਾਦ ਨੂੰ ਨਹੀਂ ਬੜਾਵਾ ਦਿੰਦੇ ਕਿ ਭਾਈ ਅੱਧੀ ਰਾਤ ਨੂੰ ਮੁਰਗੇ ਨੂੰ ਵੱਢਣਾ ਪਏਗਾ, ਕਾਲਾ ਮੁਰਗਾ ਨਦੀ ਕਿਨਾਰੇ, ਇੰਨੇ ਮਾਂ ਲੈ ਕੇ ਨਦੀ 'ਚ ਰੋੜ ਦਈਂ, ਆਹ ਕੰਮ ਇੱਦਾਂ ਕਰ ਦਈਂ, ਆਹ ਸੇਤੀ ਸਰੋਂ ਇੱਥੇ ਖਿਲਾਰ ਦਈਂ। ਕਈ ਜੀਵ ਆਉਂਦੇ ਮਾਲਕੋ ਸਰੋਂ ਖਿਲਾਰੀ ਸੀ, ਇਹ ਕਿਹਨਾਂ ਖਿਲਾਰੀ ਸੀ, ਕਹਿੰਦੇ ਪਤਾ ਨਹੀਂ, ਇਹ ਕਿਹਾ ਚੱਲ ਜਿਹਨਾਂ ਖਿਲਾਰੀ, ਨੁਕਸਾਨ ਤਾਂ ਉਹਦਾ ਹੀ ਹੋਇਆ, ਕਿਉਂਕਿ ਸਰੋਂ ਕਿਹੜੀ ਮੁਕਤ 'ਚ ਆ ਜਾਂਦੀ ਹੈ। ਸੋ ਅਸੀਂ ਕਹਿਣਾ ਚਾਹਾਂਗੇ ਜਿਹੜੇ ਸਾਡੀ ਗੱਲ ਯੂਟਿਊਬ ਦੇ ਜ਼ਰੀਏ ਜਿੱਦਾਂ ਸੁਣ ਰਹੇ ਹੈ, ਕਿ ਜੇ ਕਿਸੇ ਦੇ ਘਰ 'ਚ ਕੁਛ ਰੱਖਣਾ ਥੋੜ੍ਹਾ ਸਾਫ਼ ਸਫਾਈ ਨਾਲ ਰੱਖਿਆ ਕਰੋ, ਉਹਦੀ ਵਰਤੋਂ 'ਚ ਆ ਜਾਵੇ, ਨਿੰਬੂ ਵੀ ਰੱਖਣੇ ਲਿਫਾਫਾ ਸਾਫ਼ ਹੋਣਾ ਚਾਹੀਦਾ, ਤਾਂ ਕਿ ਵਿਚਾਰਾ ਕੱਟ ਕੇ ਸ਼ਿਕੰਜ ਵੀ ਤਾਂ ਬਣਾ ਸਕੇ। ਕੀ ਜ਼ਮੀਨ 'ਤੇ ਸੁੱਟ ਦਿੰਦੇ ਬੰਦੇ ਨੂੰ, ਖਾਂਦਿਆਂ ਵੀ, ਕੱਟਦਿਆਂ ਸ਼ਿਕੰਜ ਵੀ, ਬਣਾਉਂਦਿਆਂ ਵੀ, ਥੋੜ੍ਹੀ ਫਿਕਰ ਰਹਿੰਦੀ ਹੈ ਕਿ ਕਿਸੇ ਕੁੱਤੇ ਨਾਲ ਮੂੰਹ ਨਾ ਲਾਇਆ ਹੋਵੇ। ਸੋ ਹਜ਼ੂਰ ਨੇ ਕੁਛ ਨਹੀਂ ਕਿਹਾ, ਇਹ ਤਾਂ ਮਜ਼ਾਕ ਦੀ ਗੱਲ ਸੀ। ਹੁਣ ਹਜ਼ੂਰ ਦੀ ਗੱਲ 'ਤੇ ਆ ਜਾਈਏ, ਕਿਉਂਕਿ ਆਮ ਤੁਸੀਂ ਦੇਖਿਆ ਹੋਣਾ ਕਿਸੇ ਜਾਓ, ਆਹ ਨਿੰਬੂ ਲਿਆ, ਇੰਨੀਆਂ ਮਿਰਚਾਂ ਲਿਆ, ਯੇ ਲਿਆ, ਬੋ ਲਿਆ, ਇੱਥੇ ਇੰਨਾ ਸੰਧੂਰ ਲਿਆ, ਫਲਾਨਾ ਲਿਆ, ਟਮਕਾਨਾ ਲਿਆ, ਇੱਦਾਂ ਕਈ ਕੁਛ ਅਸੀਂ ਆਹ ਕਰਦੇ ਮਾਵੇ, ਪਰ ਹਜ਼ੂਰ ਨੇ ਕੁਛ ਨਹੀਂ। ਹਜ਼ੂਰ ਗਏ ਮੁਰਦੇ ਦੇ ਕੋਲ ਖੜੇ ਹੋਏ, ਤਾਂ ਇਮਾਮ ਨੂੰ ਕਹਿਣ ਲੱਗੇ ਕਿ ਹੁਣ ਤੂੰ ਕੀ ਚਾਹੁੰਦਾ ਹੈ। ਕਹਿੰਦਾ ਮੈਂ ਚਾਹੁੰਦਾ ਮੇਰਾ ਬੇਟਾ ਜੀਂਦਾ ਹੋ ਜਾਵੇ। ਹਜ਼ੂਰ ਕਹਿੰਦੇ ਚਾਹੁੰਦਾ ਜੀਂਦਾ ਹੋ ਜਾਵੇ। ਦੇਖਿਆ ਉਸ ਬੱਚੇ ਦੇ ਕਫਨ ਦੀ ਤਰਫ, ਜਾਣੀ ਹਾਲੇ ਕਫਨ ਦੇ ਵਿੱਚ ਹੀ ਲੇਟਿਆ ਹੈ। ਹਜ਼ੂਰ ਨੇ ਉਸਨੂੰ ਕਿਹਾ ਕਿ ਗੌਸ ਦੇ ਹੁਕਮ ਨਾਲ ਉੱਠ ਕੇ ਖੜਾ ਹੋ ਜਾ, ਗੌਰ ਕਰਨਾ, ਹੁਕਮ ਹੋਇਆ
ਬੱਚਾ ਉੱਠ ਕੇ ਖੜਾ ਹੋ ਗਿਆ। ਬਾਪ ਨੇ ਜਦੋਂ ਕਫਨ ਹਟਾਇਆ ਤਾਂ ਦੇਖਿਆ ਬੱਚੇ ਨੂੰ ਜ਼ਿੰਦਗੀ ਤਾਂ ਮਿਲੀ ਸੀ, ਨਾਲ ਨਾਲ ਅੱਖਾਂ ਵੀ ਮਿਲ ਗਈਆਂ। ਬਾਪ ਇਮਾਮ ਹੈਰਾਨ ਰਹਿ ਗਿਆ ਕਿ ਮੇਰਾ ਬੱਚਾ ਤਾਂ ਅੰਨਾ ਸੀ, ਜਨਮ ਤੋਂ ਅੰਨਾ ਸੀ, ਇਹ ਸੁਜਾਖਾ ਕਿੱਦਾਂ ਹੋ ਗਿਆ? ਹਜ਼ੂਰ ਨੇ ਕਿਹਾ ਉਹ ਜਨਮ ਖੁਦਾ ਨੇ ਦਿੱਤਾ ਸੀ ਇਸ ਲਈ ਅੰਨਾ ਸੀ, ਇਹ ਜਨਮ ਗੌਸ ਨੇ ਦਿੱਤਾ ਇਸ ਲਈ ਪੂਰਾ ਕਰਕੇ ਦਿੱਤਾ, ਕਿਉਂਕਿ ਗੌਸ ਜਦ ਵੀ ਕੁਛ ਕਰੇਗਾ ਅਧੂਰਾ ਨਹੀਂ ਕਰੇਗਾ, ਪੂਰਾ ਕਰੇਗਾ। ਜੇ ਯਕੀਨ ਪੂਰਾ, ਵਿਸ਼ਵਾਸ ਪੂਰਾ, ਤਾਂ ਕੰਮ ਵੀ ਉਹਨਾਂ ਪੂਰਾ ਹੀ ਕਰਨਾ ਹੈ, ਅਧੂਰਾ ਨਹੀਂ। ਕਹਿੰਦੇ ਉਸ ਲਈ ਇਮਾਮ ਚਰਨਾਂ 'ਚ ਪੈ ਗਿਆ, ਚਰਨਾਂ 'ਚ ਸਿਰ ਰੱਖ ਦਿੱਤਾ ਇਮਾਮ ਨੇ। ਇਸ ਲਈ ਅੱਜ ਬੰਦਾ ਕਹਿੰਦਾ ਹੈ ਆਹ ਚਾਦਰਾਂ ਲੈ ਕੇ ਚੱਲਿਓ, ਚਾਦਰਾਂ 'ਚ ਕੀ ਹੈ? ਅਸੀਂ ਕਹਿੰਦੇ ਚਾਦਰਾਂ 'ਚ ਕੁਛ ਹੈ ਨਹੀਂ, ਪਰ ਜਿਹਨਾਂ 'ਤੇ ਚਾਦਰ ਦੇਣੀ ਹੈ ਨਾ ਉਹਨਾਂ ਕੋਲ ਸਭ ਕੁਛ ਹੈ। ਅਮੀ ਦੋ ਜ਼ਰਾ ਸਾਰੇ ਜੇ ਹੁਣ ਤੁਸੀਂ ਕਹੋ ਜੀ ਆਹ ਚੋਲੇ ਦਾ ਕੱਪੜਾ ਲੈ ਕੇ ਚੱਲੇ ਫਕੀਰਾਂ ਵਾਸਤੇ, ਤਾਂ ਕੱਪੜੇ 'ਚ ਕੀ ਹੈ? 250, 300, 400, 500 ਦਾ ਹੋਏਗਾ, ਕੱਪੜੇ 'ਚ ਕੀ ਹੈ? ਪਰ ਜਿਹੜੇ ਫਕੀਰਾਂ ਦੇ ਤਨ 'ਤੇ ਇਹ ਕੱਪੜਾ ਪਹਿਣਾ ਹੈ ਨਾ, ਉਹ 'ਚ ਸਭ ਕੁਛ ਹੈ। ਅੱਜ ਕਈ ਮਜ਼ਾਕ ਉਡਾ ਦਿੰਦੇ ਆ ਆਹ ਗੁੰਬਦਾਂ 'ਚ ਕੀ ਹੈ, ਆਹ ਗੁੰਬਦ ਬਣਾਏ ਹੈ। ਅਸੀਂ ਕਹਿੰਦੇ ਗੁੰਬਦ ਸਭ ਦੇ ਹੁੰਦੇ ਆ, ਚਾਹੇ ਮੰਦਿਰ ਹੈ, ਮਸਜਿਦ ਹੈ, ਗੁਰਦੁਆਰਾ ਹੈ, ਚਾਹੇ ਚਰਚ ਵੀ ਹੈ, ਉਹਦਾ ਵੀ ਤੁਸੀਂ ਦੇਖੋਗੇ ਇੱਦਾਂ ਬਣਾਇਆ ਹੁੰਦਾ, ਇੱਕ ਟਾਈਪ ਹੈ। ਹੁਣ ਇਹ ਨਾ ਦੇਖੋ ਜੇ ਕੋਈ ਕਹੇ ਗੁੰਬਦਾਂ 'ਚ ਕੀ ਹੈ, ਇਹਦੇ ਅੰਦਰ ਕੀ ਹੈ, ਇਮਾਰਤਾਂ 'ਚ ਕੀ ਹੈ? ਇਮਾਰਤ ਨਾ ਦੇਖੋ, ਇਮਾਰਤ ਦੇ ਅੰਦਰ ਜਿਹੜਾ ਰਹਿ ਕੇ ਖੁਦਾ ਦੀ ਬੰਦਗੀ ਕਰਦਾ ਹੈ ਨਾ, ਉਹਦੇ ਕੋਲ ਸਭ ਕੁਛ ਹੈ, ਕਿਉਂਕਿ ਇਮਾਰਤਾਂ 'ਚ ਵਾਕਈ ਕੁਛ ਵੀ ਹੈ ਨਹੀਂ। ਹੁਣ ਤੁਸੀਂ ਜਾਓ ਸਕੂਲ ਦੀਆਂ ਇਮਾਰਤਾਂ ਦੇਖ ਕੇ ਆ ਜਾਓ ਤਾਂ ਗਿਆਨ ਮਿਲੇਗਾ, ਇਮਾਰਤਾਂ 'ਚ ਕੁਛ ਨਹੀਂ ਹੈ। ਜਿਹੜਾ ਇਮਾਰਤ ਦੇ ਅੰਦਰ ਬੈਠਾ ਨਾ ਕੁਰਸੀ ਲਾ ਕੇ, ਉਹ ਮਾਸਟਰ ਟੀਚਰ, ਉਹਦੇ ਕੋਲ ਸਾਰਾ ਗਿਆਨ ਹੈ। ਜੇ ਬੱਚਾ ਉਹਦੇ ਕੋਲ ਬੈਠੇਗਾ ਤਾਂ ਸਭ ਕੁਛ ਮਿਲੇਗਾ, ਤਾਂ ਜੇ ਬਾਹਰੋਂ ਸਕੂਲ ਦੀਆਂ ਦੀਵਾਰਾਂ ਹੀ ਦੇਖ ਕੇ ਆ ਜਾਏਗਾ ਤਾਂ ਫਿਰ ਡਿਗਰੀਆਂ ਨਹੀਂ ਮਿਲਣੀਆਂ। ਅੱਜ ਹੁੰਦਾ ਕੀ ਹੈ, ਉਹ ਫਲਾਨੀ ਜਗ੍ਹਾ ਪੀਰਾਂ ਦਾ ਦਰਬਾਰ ਹੈ, ਹਾਂਜੀ ਦੇਖ ਲਿਆ, ਕੋਈ ਸਮਝਾਉਣ ਵਾਲਾ ਹੈ? ਕੋਈ ਰਸਤਾ ਦਿਖਾਉਣ ਵਾਲਾ ਹੈ? ਕੋਈ ਗਿਆਨ ਦੇਣ ਵਾਲਾ ਹੈ? ਹੈ ਨਹੀਂ। ਉੱਥੇ ਤਾਂ ਜਿਹੜਾ ਬੈਠਾ ਸੁਲਫਾ ਪੀ ਰਿਹਾ, ਉੱਥੋਂ ਕੀ ਮਿਲਣਾ ਹੈ? ਮਿਲੇਗਾ ਉੱਥੋਂ ਜਿੱਥੇ ਵਾਕਈ ਕੋਈ ਫਕੀਰ ਬੈਠਾ ਹੋਵੇ, ਉਹ ਰੱਬ ਦੀ ਬੰਦਗੀ ਕਰ ਰਿਹਾ ਹੋਵੇ, ਪਰਮਾਤਮਾ ਦੀ ਭਗਤੀ ਕਰ ਰਿਹਾ ਹੋਵੇ। ਕਿਉਂਕਿ ਯਾਦ ਰੱਖੋ, ਇਹ ਭਗਤੀ ਦੀ ਤਾਕਤ ਜੇ ਉਸ ਸਮੇਂ ਸੀ ਤਾਂ ਅੱਜ ਵੀ ਹੈ, ਕਿਉਂਕਿ ਇਹ ਸੂਰਜ ਹਜ਼ਾਰਾਂ ਸਾਲ ਪਹਿਲਾਂ ਵੀ ਪ੍ਰਕਾਸ਼ ਦਿੰਦਾ ਸੀ, ਅੱਜ ਵੀ ਪ੍ਰਕਾਸ਼ ਦੇ ਰਿਹਾ, ਕਿਉਂਕਿ ਇਹ ਸੂਰਜ ਕਿਸੇ ਬੰਦੇ ਦਾ ਚੜਾਇਆ ਨਹੀਂ ਹੈ, ਇਹ ਮੇਰੇ ਰੱਬ ਪਰਮਾਤਮਾ ਮਾਲਿਕ ਦਾ ਚੜਾਇਆ ਹੋਇਆ ਹੈ। ਜੇ ਉਹਦਾ ਚੜਾਇਆ ਸੂਰਜ ਅੱਜ ਪ੍ਰਕਾਸ਼ ਦੇ ਰਿਹਾ, ਅੱਜ ਤੋਂ ਲੱਖਾਂ ਸਾਲ ਪਹਿਲਾਂ ਵੀ ਦੇ ਰਿਹਾ ਸੀ, ਲੱਖਾਂ ਸਾਲ ਬਾਅਦ ਵੀ ਦੇਵੇਗਾ, ਤਾਂ ਫਿਰ ਉਹ ਰੱਬ ਦੀ ਬੰਦਗੀ ਕੀ ਨਹੀਂ ਕਰ ਸਕਦੀ? ਉਹ ਅੱਜ ਵੀ ਰੱਬ ਦੀ ਬੰਦਗੀ ਕਰਨ ਵਾਲੇ ਅੱਜ ਵੀ ਰੱਬ ਦੇ ਪਿਆਰੇ ਹੈ, ਪਹਿਲਾਂ ਵੀ ਸੀ, ਔਰ ਜਦ ਤੱਕ ਇਹ ਦੁਨੀਆ ਰਹਿਣੀ ਹੈ, ਜਿਹਨਾਂ ਸੱਚੇ ਦਿਲੋਂ ਬੰਦਗੀ ਕਰਨੀ ਹੈ ਉਹਨਾਂ ਰੱਬ ਦਾ ਪਿਆਰਾ ਸਦਾ ਰਹਿਣਾ ਹੀ ਹੈ, ਉਹਨੂੰ ਕੋਈ ਬਦਲ ਨਹੀਂ ਸਕਦਾ। ਗੱਲ ਤਾਂ ਸਾਰੀ ਆਪਣੇ ਸਮਝਣ ਦੀ ਹੈ। ਇਸ ਲਈ ਕਹਿੰਦੇ ਫਕੀਰਾਂ ਨਾਲ ਮਜ਼ਾਕ ਨਾ ਕਰੋ, ਫਕੀਰਾਂ ਨਾਲ ਤਾਂ ਪ੍ਰੇਮ ਕਰਕੇ, ਵਿਸ਼ਵਾਸ ਕਰਕੇ, ਸ਼ਰਧਾ ਦੇ ਜ਼ਰੀਏ, ਪ੍ਰੇਮ ਦੇ ਜ਼ਰੀਏ ਅਸੀਂ ਫਕੀਰਾਂ ਦੇ ਦਰ ਤੋਂ ਸਭ ਕੁਛ ਲੈ ਸਕਦੇ ਹਾਂ। ਇਸ ਲਈ ਜੋ ਗੌਸ ਪਾਕ ਦੀ ਨਿਆਜ਼ ਦੇਵੇ ਉਹਦੀ ਹਰ ਮੁਸ਼ਕਿਲ ਹੱਲ ਹੋ ਜਾਂਦੀ। ਇਹ ਗੌਸ ਦੀ ਨਿਆਜ਼ ਦੀ ਸ਼ਾਨ ਹੈ ਕਿ ਜਿਹੜਾ ਖੁਸ਼ੀ ਦੀ ਨਿਆਜ਼ ਜਾਂ ਆਪਣੀ ਕਿਸੇ ਵੀ ਬੇਨਤੀ ਦੀ ਨਿਆਜ਼ ਦਿੰਦਾ ਹੈ, ਜਿਹੜਾ ਗੌਸ ਪਾਕ ਦੀ ਨਿਆਜ਼ ਦੇਵੇ ਉਹਦੀ ਹਰ ਮੁਸ਼ਕਿਲ ਹੱਲ ਹੋ ਜਾਂਦੀ, ਇਹ ਸ਼ਾਨ ਹੈ ਉਸਦੀਆਂ ਨਿਆਜ਼ਾਂ ਦੀ। ਮੀਰਾਂ ਦੀਆਂ ਸ਼ਾਨਾਂ ਕੀ ਦੱਸਾਂ, ਨਿਆਜ਼ 'ਚ ਬੜੀ ਬਰਕਤ ਹੈ। ਜਿੱਦਾਂ ਇੱਕ ਛੋਟੀ ਜਿਹੀ ਕਹਾਣੀ, ਫਿਰ ਸਮਾਂ ਕਾਫੀ ਹੋ ਗਿਆ, ਸਤਸੰਗ ਨੂੰ ਸਮਾਪਤੀ ਤਰਫ ਲੈ ਕੇ ਚੱਲੀਏ। ਕਿ ਇੱਕ ਵਾਰ ਇੱਕ ਕੁਮਾਰ ਜੋ ਜੰਗਲ 'ਚ ਮਿੱਟੀ ਬਰਤਨਾਂ ਵਾਸਤੇ ਲੈਣ ਗਿਆ, ਤਾਂ ਮਿੱਟੀ ਖੋਦਦੇ ਖੋਦਦੇ ਨੂੰ ਇੱਕ ਹੀਰਾ ਮਿਲ ਗਿਆ, ਇੱਕ ਹੀਰਾ ਮਿਲ ਗਿਆ, ਪਰ ਉਹਨੂੰ ਪਤਾ ਨਹੀਂ ਸੀ ਕਿ ਇਹ ਹੀਰਾ ਹੈ। ਉਹਨਾਂ ਦੇਖਿਆ ਪੱਥਰ ਬੜਾ ਸੁੰਦਰ ਹੈ, ਬੜਾ ਚਮਕਦਾਰ ਹੈ। ਉਹਨਾਂ ਪੱਥਰ ਆਪਣੇ ਗਧੇ ਦੇ ਗਲੇ 'ਚ ਬੰਨ੍ਹ ਦਿੱਤਾ, ਡੋਰ ਦੇ ਨਾਲ, ਕੱਪੜੇ ਦੇ ਨਾਲ
ਗਧੇ ਗਧੇ ਦੇ ਗਲ 'ਚ ਲਟਕਾ ਦਿੱਤਾ ਔਰ ਉੱਤੇ ਮਿੱਟੀ ਢੋਂਦਾ ਸੀ, ਬਰਤਨ ਵੀ ਰੱਖ ਕੇ ਬਾਜ਼ਾਰ 'ਚ ਉਹ ਗਧੇ 'ਤੇ ਵੇਚਦਾ ਹੁੰਦਾ ਸੀ। ਹੁਣ ਮਿੱਟੀ ਲੈ ਕੇ ਘਰ ਆਇਆ ਔਰ ਅਗਲੇ ਦਿਨ ਸਵੇਰੇ ਗਧੇ 'ਤੇ ਬਰਤਨ ਰੱਖੇ ਬਾਜ਼ਾਰ ਨੂੰ ਚਲਾ ਗਿਆ ਵੇਚਣ ਵਾਸਤੇ। ਹੁਣ ਉਹ ਹੀਰਾ ਉੱਦਾਂ ਹੀ ਗਧੇ ਦੇ ਗਲੇ 'ਚ ਆ। ਹੁਣ ਜਦੋਂ ਬਾਜ਼ਾਰ ਨੂੰ ਗਿਆ ਵੇਚਣ ਵਾਸਤੇ ਤਾਂ ਇੱਕ ਜਗ੍ਹਾ ਉਹਨੇ ਜਾ ਕੇ ਆਪਣੇ ਬਰਤਨ ਰੱਖੇ ਵੇਚ ਔਰ ਇੰਤਜ਼ਾਰ ਕਰ ਰਿਹਾ ਗਾਹਕ ਦਾ ਕਿ ਜਦ ਨੂੰ ਕੀ ਦੇਖਿਆ ਉੱਥੋਂ ਦੀ ਇੱਕ ਜੋਰੀ ਲੰਘਿਆ। ਜੋਰੀ ਨੇ ਇੱਕ ਦੁਕਾਨ 'ਤੇ ਜਾਣਾ ਸੀ, ਜੋਰੀ ਜਾ ਰਿਹਾ ਹੈ, ਜੋਰੀ ਦੀ ਨਜ਼ਰ ਜਦੋਂ ਉਹਦੇ ਗਧੇ ਦੇ ਗਲੇ 'ਤੇ ਗਲੇ ਦੇ ਹੀਰੇ 'ਤੇ ਗਈ ਤਾਂ ਜੋਰੀ ਹੈਰਾਨ ਹੋ ਗਿਆ, ਹੈ ਉਹ ਐਡਾ ਕੀਮਤੀ ਹੀਰਾ ਗਧੇ ਦੇ ਗਲ 'ਚ ਪਾਇਆ ਹੈ, ਇਹ ਮੂਰਖ ਹੈ ਪਾਗਲ, ਲੱਖਾਂ ਦਾ ਹੀਰਾ ਗਧੇ ਦੇ ਗਲ 'ਚ ਪਾਇਆ ਹੈ, ਲੱਗਦਾ ਇਹਨੂੰ ਇਹਦੀ ਕੀਮਤ ਦਾ ਨਹੀਂ ਪਤਾ, ਇਹ ਕੁਮਾਰ ਇਹਨੂੰ ਇਹਦੀ ਕੀਮਤ ਦਾ ਨਹੀਂ ਪਤਾ, ਤਾਂ ਹੀ ਇਹਨਾਂ ਗਧੇ ਦੇ ਗਲ 'ਚ ਪਾਇਆ, ਨਹੀਂ ਤਾਂ ਇਹ ਲੱਖਾਂ ਦਾ ਹੀਰਾ ਸੰਭਾਲ ਕੇ ਰੱਖਣਾ ਚਾਹੀਦਾ ਹੈ। ਤਾਂ ਉਸਨੇ ਜੋਰੀ ਨੇ ਕਿਹਾ ਇਹ ਲੱਗਦਾ ਮੂਰਖ ਹੈ, ਇਹਨੂੰ ਇਹਦੀ ਕੀਮਤ ਦਾ ਨਹੀਂ ਪਤਾ, ਚਲੋ ਇਹਦੇ ਕੋਲੋਂ ਇਹ ਹੀਰਾ ਲਈਏ। ਕਹਿੰਦੇ ਜੋਰੀ ਉਹਦੇ ਕੋਲ ਗਿਆ, ਜੋਰੀ ਕਹਿਣ ਲੱਗਾ ਕੁਮਾਰ ਨੂੰ ਉਸਨੂੰ ਕਿ ਭਾਈ ਆਹ ਗਧੇ ਦੇ ਗਲ 'ਚ ਕੀ ਪਾਇਆ? ਕਹਿੰਦਾ ਜੀ ਕੱਲ੍ਹ ਮੈਂ ਮਿੱਟੀ ਖੋਦ ਰਿਹਾ ਸੀ, ਉੱਥੋਂ ਮੈਨੂੰ ਇਹ ਪੱਥਰ ਮਿਲਿਆ, ਸੋਹਣਾ ਲੱਗਿਆ ਅਤੇ ਗਲ 'ਚ ਪਾ ਦਿੱਤਾ। ਜੋਰੀ ਕਹਿੰਦਾ ਮੈਨੂੰ ਇਹ ਪੱਥਰ ਦੇਵੇਂਗਾ, ਮੈਨੂੰ ਦੇਵੇਂਗਾ? ਤਾਂ ਉਸ ਵੇਲੇ ਗਧੇ ਦਾ ਮਾਲਕ ਕਹਿੰਦਾ ਕਿੰਨੇ ਦਾ? ਜੋਰੀ ਕਹਿੰਦਾ ਮੈਂ ਤੈਨੂੰ ਇਹਦਾ 1 ਰੁਪਿਆ ਦਊਂ। ਤਾਂ ਉਹਨੂੰ ਲੱਗਾ ਕਿ ਪੱਥਰ 'ਚ ਕੁਛ ਨਾ ਕੁਛ ਖਾਸ ਹੈ ਜਿਹੜਾ 1 ਰੁਪਏ ਦਾ ਦੇ ਰਿਹਾ, ਨਹੀਂ ਤਾਂ 1 ਰੁਪਿਆ ਵੀ ਬੜਾ ਹੁੰਦਾ ਸੀ ਉਸਲੇ। ਕੁਮਾਰ ਕਹਿੰਦਾ ਨਹੀਂ 1 ਰੁਪਿਆ ਨਹੀਂ, ਮੈਂ ਤਾਂ 5 ਰੁਪਏ ਦਾ ਦਊਂ। ਉਹ ਜੋਰੀ ਕਹਿੰਦਾ ਚੱਲ 2, ਹੁਣ ਇਹ ਤੋਂ ਜ਼ਿਆਦਾ ਨਹੀਂ, 2। ਉਹ ਕਹਿੰਦਾ ਨਹੀਂ 5। ਜੋਰੀ ਕਹਿੰਦਾ ਚੱਲ ਲਾਸਟ 3, ਕਿਉਂਕਿ ਉਹਨੂੰ ਪਤਾ ਸੀ ਨਾ 3 'ਚ ਮੰਨ ਜਾਣਾ, ਇਹਨੂੰ ਪਤਾ ਹੀ ਨਹੀਂ ਹੀਰਾ ਕੀ ਹੈ, ਪੱਥਰ ਹੈ, 3 'ਚ ਮੰਨ ਜਾਣਾ ਹੈ। ਉਹ ਕਹਿੰਦਾ 3। ਉਹ ਕਹਿੰਦਾ ਨਹੀਂ 5। ਜੋਰੀ ਕਹਿੰਦਾ ਦੇਖ ਲੈ ਆਖਰੀ ਵਾਰ, ਕਹਿਣਾ 3, ਨਹੀਂ ਤਾਂ ਮੈਂ ਚੱਲਾਂ ਦੁਕਾਨ 'ਤੇ ਸਾਹਮਣੇ ਅੰਦਰ ਸਮਾਨ ਲੈਣ, ਸੋਚ ਲੈ ਮੁੜ ਕੇ ਆ ਕੇ ਮੈਂ 3 ਦਊਂ, ਲੈ ਲਊਂ। ਹੁਣ ਕਹਿ ਕੇ ਜੋਰੀ ਚਲਾ ਗਿਆ, ਕਿਉਂਕਿ ਬੰਦਾ ਹੁੰਦਾ ਕਹਿ ਕੇ ਚੱਲ ਜਾਓ ਪਿੱਛੋਂ ਆਵਾਜ਼ਾਂ ਮਾਰਨਗੇ, ਚੱਲ ਭਾਈ 3 'ਚ ਲੈ ਜਾ, 3 'ਚ ਹੀ ਲੈ ਜਾ। ਹੁਣ ਕਹਿ ਕੇ ਜੋਰੀ ਨਾਲ ਦੀ ਦੁਕਾਨ 'ਤੇ ਚਲਾ ਗਿਆ, ਫਟਾਫਟ ਸਮਾਨ ਲੈ ਕੇ ਜਦੋਂ ਵਾਪਸ ਆਇਆ ਦੇਖਿਆ ਗਧੇ ਦੇ ਗਲ 'ਚ ਹੀਰ, ਉਹ ਗਧੇ ਦੇ ਗਲ 'ਚ ਹੀਰਾ ਹੀ ਹੈ ਨਹੀਂ। ਉਹ ਜੋਰੀ ਕਹਿੰਦਾ ਪਾਗਲਾ ਉਹ ਕਿੱਥੇ ਗਿਆ, ਉਹ ਤੇਰੇ ਗਧੇ ਦੇ ਗਲ 'ਚ ਪੱਥਰ ਸੀ ਕਿੱਥੇ ਗਿਆ? ਉਹ ਕਹਿੰਦਾ ਤੁਹਾਡੇ ਜਾਣ ਤੋਂ ਬਾਅਦ ਇੱਕ ਹੋਰ ਭਾਈ ਸਾਹਿਬ ਆਏ ਸੀ, ਹੋਰ ਭਾਈ ਸਾਹਿਬ ਆਏ ਸੀ। ਅੱਛਾ, ਕਹਿੰਦਾ ਫਿਰ? ਕਹਿੰਦਾ ਜੀ ਉਹ ਦੇਖੋ ਮੈਨੂੰ 1000 ਰੁਪਿਆ ਦੇ ਗਏ ਉਹ ਪੱਥਰ ਦਾ। ਕਹਿੰਦਾ ਮੋਲ ਤੋਲ ਕੀਤਾ ਨਹੀਂ? ਉਹ ਕਹਿੰਦੇ ਅੱਛਾ ਦੇਣਾ ਆ। ਮੈਂ ਕਿਹਾ ਦੇਣਾ ਆ, ਉਹਨੇ ਕੱਢਿਆ 1000 ਰੁਪਿਆ, ਕਹਿੰਦੇ ਲੈ। ਕਹਿੰਦਾ ਮੈਂ ਤਾਂ ਕਹਿੰਦਾ ਸੀ 5 ਦਾ ਵਿਕ ਜਾਵੇ, ਇਹ ਤਾਂ 1000 ਦਾ ਵਿਕ ਗਿਆ, ਉਹ ਲੈ ਗਏ। ਤਾਂ ਜੋਰੀ ਹੱਸਿਆ, ਕਹਿੰਦਾ ਤੂੰ ਨੀਰਾ ਮੂਰਖ, ਉਹ ਮੂਰਖਾ ਉਹ ਪਾਗਲ ਹੈ, ਉਹ ਹੀਰਾ ਲੱਖਾਂ ਦਾ ਸੀ ਜਿਹੜਾ ਤੂੰ 1000 ਚ ਦੇ ਦਿੱਤਾ, ਉਹ ਕਿੱਡਾ ਵੱਡਾ ਪਾਗਲ, ਕਿੱਡਾ ਵੱਡਾ ਮੂਰਖ, ਤੂੰ ਲੱਖਾਂ ਦੀ ਚੀਜ਼ 1000 ਚ ਦੇ ਦਿੱਤੀ। ਕਹਿੰਦੇ ਕੁਮਾਰ ਪਹਿਲਾਂ ਤਾਂ ਸ਼ੌਕ ਹੋਇਆ ਪਰ ਬਾਅਦ 'ਚ ਉੱਚੀ ਉੱਚੀ ਹੱਸਿਆ, ਉੱਚੀ ਉੱਚੀ ਹੱਸਿਆ ਤਾੜੀ ਵਜਾ ਕੇ। ਫਿਰ ਕਹਿੰਦਾ ਜੋਰੀ ਸਾਹਿਬ ਮੈਥੋਂ ਬੜੇ ਮੂਰਖ ਤੁਸੀਂ ਆ, ਉਹ ਮੈਨੂੰ ਤਾਂ ਉਹਦੀ ਕੀਮਤ ਦਾ ਨਹੀਂ ਪਤਾ ਸੀ, ਮੈਂ ਫਿਰ ਵੀ 1000 ਦੀ ਦੇ ਦਿੱਤੀ, ਉਹ ਤੁਹਾਨੂੰ ਤਾਂ ਪਤਾ ਸੀ ਉਹ ਲੱਖਾਂ ਦਾ ਆ, ਫਿਰ ਵੀ ਤੁਸੀਂ 5 ਨਹੀਂ ਦੇ ਸਕੇ, ਮੂਰਖ ਕੌਣ ਹੋਇਆ, ਮੂਰਖ ਕੌਣ ਹੋਇਆ, ਮੈਂ ਜਾਂ ਤੁਸੀਂ? ਮੈਨੂੰ ਕੀਮਤ ਦਾ ਨਹੀਂ ਪਤਾ ਸੀ, ਮੈਂ 5 ਦੇਣ ਨੂੰ ਤਿਆਰ ਸੀ, ਨਾ ਸਮਝ ਸੀ ਮੈਂ, ਪਰ ਤੁਹਾਨੂੰ ਤਾਂ ਸਮਝ ਸੀ ਨਾ ਕਿ ਇਹ ਚੀਜ਼ ਲੱਖਾਂ ਦੀ ਹੈ, ਤੁਸੀਂ ਕਿੱਡੇ ਵੱਡੇ ਮੂਰਖ ਕਿ 5 ਨਹੀਂ ਉਸਲੇ ਦੇ ਸਕੇ, ਜੇ 5 ਦੇ ਦਿੰਦੇ ਤਾਂ ਅੱਜ ਲੱਖਾਂ ਦੀ ਚੀਜ਼ ਤੁਹਾਡੀ ਹੋ ਜਾਣੀ, ਤੁਸੀਂ 2 ਬਚਾਉਂਦੇ ਬਚਾਉਂਦੇ ਆਪਣਾ ਲੱਖਾਂ ਦਾ ਨੁਕਸਾਨ ਕਰ ਲਿਆ। ਕਿਉਂਕਿ ਸਭ ਤੋਂ ਬੜਾ ਮੂਰਖ ਉਹ ਹੁੰਦਾ ਜਿਹਨੂੰ ਚੀਜ਼ ਦੀ ਕੀਮਤ ਦਾ ਪਤਾ ਹੋਵੇ ਫਿਰ ਵੀ ਉਹਦਾ ਲਾਭ ਨਾ ਉਠਾਵੇ। ਹੁਣ ਕਈ ਤਾਂ ਹਜ਼ੂਰ ਦੇ ਨਾਮ ਦੀ ਨਿਆਜ਼ ਦਿੰਦੇ ਨਹੀਂ ਕਿਉਂਕਿ ਉਹਨਾਂ ਨੂੰ ਕੀਮਤ ਦਾ ਹੀ ਨਹੀਂ ਪਤਾ ਕਿ ਹਜ਼ੂਰ ਦੇ ਨਾਮ ਦੀ ਕੀਮਤ, ਨਿਆਜ਼ ਦੀ ਅਹਿਮੀਅਤ ਕੀ ਹੈ।
ਹਜ਼ੂਰ ਦੇ ਨਿਆਜ਼ ਦੇ ਨਾਲ ਕਿਹੜੀਆਂ ਰਹਿਮਤਾਂ ਜੁੜੀਆਂ ਹੈ ਉਹਨਾਂ ਨੂੰ ਨਹੀਂ ਪਤਾ, ਇਸ ਲਈ ਹਜ਼ੂਰ ਦੇ ਨਾਮ ਦੀ ਨਿਆਜ਼ ਨਹੀਂ ਦਿੰਦੇ। ਉਹ ਆਲੇ ਦੁਆਲੇ ਲੱਖਾਂ ਗੁਆ ਦਿੰਦੇ ਹੈ, ਆਲੇ ਦੁਆਲੇ ਲੱਖਾਂ ਗੁਆ ਦਿੰਦੇ ਹੈ। ਕੋਈ ਕਹਿ ਦੇਵੇ ਬੱਕਰਾ ਵੱਢਣਾ ਪੈਣਾ ਹੈ ਤਾਂ ਉੱਥੇ 15-15, 20-20 ਹਜ਼ਾਰ ਦਾ ਬੱਕਰਾ ਵੱਢ ਕੇ ਕਿਸੇ ਦੀ ਜਾਨ ਲੈ ਲੈਂਦੇ ਹੈ, ਪਰ ਇਹ ਨਹੀਂ ਪਤਾ ਕਿ ਹਜ਼ੂਰ ਦੇ ਨਾਮ ਦੀ ਨਿਆਜ਼ ਤਾਂ ਉਹ ਹੀਰੇ ਦੀ ਤਰ੍ਹਾਂ ਹੈ ਕਿ ਜਿਹੜਾ ਉਹਦੀ ਕੀਮਤ ਨੂੰ ਜਾਣਦਾ ਹੈ ਫਿਰ ਕਦੀ ਵੀ ਮੌਕੇ ਨੂੰ ਉਹ ਗੁਆਉਂਦਾ ਨਹੀਂ ਹੈ। ਉਹ ਤਾਂ ਕਹਿੰਦਾ ਰੱਬ ਮੈਨੂੰ ਦੇਵੇ ਤਾਂ ਕਿ ਮੈਂ ਹਜ਼ੂਰ ਦੇ ਨਾਮ ਦੀਆਂ ਖੁਸ਼ੀ ਦੀਆਂ ਨਿਆਜ਼ਾਂ ਦਿੰਦਾ ਰਹਾਂ, ਕਿਉਂਕਿ ਮੈਨੂੰ ਪਤਾ ਇਹਦੀ ਕੀਮਤ ਕੀ ਹੈ, ਮੈਨੂੰ ਪਤਾ ਇਹਦੀ ਅਹਿਮੀਅਤ ਕੀ ਹੈ। ਜਿੱਦਾਂ ਕੁਮਾਰ ਨੇ ਕਿਹਾ ਨਾ, ਮੈਂ ਤਾਂ ਮੂਰਖ ਸੀ, ਮੈਨੂੰ ਤਾਂ ਨਹੀਂ ਪਤਾ ਸੀ, ਪਰ ਤੂੰ 2 ਰੁਪਏ ਬਚਾਉਣ ਦੇ ਪਿੱਛੇ ਲੱਖਾਂ ਦਾ ਨੁਕਸਾਨ ਕਰ ਲਿਆ। ਅੱਜ ਬੰਦਾ ਵੀ ਹਜ਼ੂਰ ਦੀ ਨਿਆਜ਼ ਦੇਣਾ ਭੁੱਲ ਜਾਂਦਾ ਹੈ 2 ਰੁਪਏ ਬਚਾਉਣ ਦੀ ਖਾਤਰ, 4 ਰੁਪਏ ਬਚਾਉਣ ਦੀ ਖਾਤਰ, ਪੈਸਾ ਬਚਾ ਲਵਾਂ, ਨਿਆਜ਼ ਫਿਰ ਕਦੀ ਦੇ ਦੇਵਾਂਗੇ, ਪਰ ਇਹ ਭੁੱਲ ਜਾਂਦਾ ਹੈ ਕਿ 4 ਪੈਸੇ ਤਾਂ ਬਚਾ ਲਏ ਪਰ ਜਿਹੜੀਆਂ ਰਹਿਮਤਾਂ ਅਸੀਂ ਕਮਾ ਸਕਦੇ ਸੀ ਉਹ ਰਹਿਮਤਾਂ ਗੁਆ ਲਈਆਂ, ਔਰ ਇਹ 4 ਪੈਸਿਆਂ ਨੇ ਕੰਮ ਨਹੀਂ ਆਉਣਾ ਜਿੱਥੇ ਉਹਦੀਆਂ ਰਹਿਮਤਾਂ ਨੇ ਕੰਮ ਆਉਣਾ ਹੈ। ਇਹ ਯਾਦ ਰੱਖੋ, ਕਿਉਂਕਿ ਜਦੋਂ ਮੌਤ ਆ ਗਈ ਜਾਂ ਜੀਵਨ 'ਚ ਦੁੱਖ ਹੈ, ਪਰੇਸ਼ਾਨੀਆਂ ਹੈ, ਤਾਂ ਪੈਸਾ ਬੇਸ਼ੱਕ ਤਿਜੋਰੀਆਂ ਬੈਂਕਾਂ 'ਚ ਪਿਆ ਹੋਵੇ, ਇਹਨਾਂ ਉੱਥੇ ਕੰਮ ਆ ਜਾਣਾ ਜਿੱਥੇ ਹਜ਼ੂਰ ਦੀ ਰਹਿਮਤ ਨੇ ਕੰਮ ਆਉਣਾ ਹੈ। ਉਹ ਸਹਾਬੀ ਨੂੰ, ਹਜ਼ੂਰ ਦੇ ਤਾਲਬ ਨੂੰ, ਸੇਵਕ ਨੂੰ ਘੇਰਿਆ ਸੀ ਡਾਕੂਆਂ ਨੇ, ਪੈਸਾ ਸੀ ਉਹਦੇ ਕੋਲ, ਉਹ ਪੈਸਾ ਹੀ ਉਹਨਾਂ ਨੂੰ ਦੁਸ਼ਮਣ ਬਣ ਗਿਆ, ਪਰ ਉੱਥੇ ਪੈਸਾ ਕੰਮ ਨਹੀਂ ਆਇਆ, ਉੱਥੇ ਕੰਮ ਆਈ ਹਜ਼ੂਰ ਦੀ ਰਹਿਮਤ। ਇਸ ਲਈ ਜਿੱਥੇ ਉਹਦੀਆਂ ਰਹਿਮਤਾਂ ਨੇ ਕੰਮ ਆਉਣਾ ਹੈ, ਉਹਦੀਆਂ ਰਹਿਮਤਾਂ ਤਾਂ ਉਹ ਸੱਚਾ ਹੀਰਾ ਹੈ ਕਿ ਉਹ ਹੀਰੇ ਨੂੰ ਸੰਭਾਲ ਲਿਆ ਤਾਂ ਅਸੀਂ ਆਪਣਾ ਜੀਵਨ ਸੰਭਾਲ ਸਕਦੇ ਹਾਂ, ਆਪਣੇ ਜੀਵਨ ਨੂੰ ਸਫਲ ਬਣਾ ਸਕਦੇ ਹਾਂ। ਇਸ ਲਈ ਆਓ ਹੁਣ ਆਖਰਲੇ ਵਚਨਾਂ ਦੀ ਤਰਫ ਚੱਲੀਏ, ਔਰ ਜਾਂਦੇ ਜਾਂਦੇ ਇਹੀ ਕਹਾਂਗੇ ਕਿ ਬੇਮੁੱਖ ਹੋ ਕਰਤਾਰ ਸੋਂ ਕਰਤਾ ਜਗ ਸੇ ਪਿਆਰ, ਕਹਿਤ ਕਬੀਰ ਉਸ ਜੀਵ ਕਾ ਕਵੀ ਨਾ ਹੋਤ ਉਧਾਰ। ਕਬੀਰ ਸਾਹਿਬ ਕਹਿੰਦੇ ਜਿਹੜਾ ਆਪਣੇ ਮਾਲਿਕ ਤੋਂ ਬੇਮੁੱਖ ਹੋ ਗਿਆ, ਆਪਣੇ ਪ੍ਰਭੂ ਤੋਂ ਬੇਮੁੱਖ ਹੋ ਗਿਆ, ਔਰ ਦੁਨੀਆਂ ਦੇ ਪਿੱਛੇ, ਦੁਨੀਆਂ ਦੇ ਪ੍ਰੇਮ ਦੇ ਵਿੱਚ ਪੈ ਕੇ ਸੰਸਾਰ ਦੇ ਪਿੱਛੇ ਹੀ ਧੱਕੇ ਖਾਂਦਾ ਹੈ, ਦੁਨੀਆਂ ਪਿੱਛੇ ਹੀ ਦੌੜਦਾ ਹੈ, ਇੱਦਾਂ ਦੇ ਬੰਦੇ ਦਾ ਉਧਾਰ ਕਦੀ ਹੋ ਹੀ ਨਹੀਂ ਸਕਦਾ। ਕਿਉਂਕਿ ਜੇ ਪਾਰ ਲੱਗਣਾ ਹੈ, ਉਧਾਰ ਚਾਹੁੰਦੇ ਹੋ ਬੇੜਾ ਪਾਰ ਲੱਗ ਜਾਵੇ, ਤਾਂ ਫਿਰ ਸਾਨੂੰ ਵਿਸ਼ਿਆਂ, ਵਿਕਾਰਾਂ, ਬੁਰਾਈਆਂ ਵੱਲੋਂ ਮੁੱਖ ਨੂੰ ਮੋੜ ਕੇ ਉਸ ਮਾਲਿਕ ਦੇ ਨਾਮ ਦੇ ਨਾਲ, ਉਸ ਮਾਲਿਕ ਦੇ ਨਾਲ ਜੁੜਨਾ ਪਏਗਾ, ਉਸ ਮਾਲਿਕ ਦੀ ਤਰਫ ਆਪਣਾ ਮੁੱਖ ਕਰਨਾ ਪਏਗਾ। ਕਿਉਂਕਿ ਬੇਮੁੱਖ ਹੋ ਕਰਤਾਰ ਸੋਂ, ਜਿਹੜਾ ਕਰਤਾਰ ਤੋਂ, ਆਪਣੇ ਮਾਲਿਕ ਤੋਂ ਬੇਮੁੱਖ ਹੋ ਗਿਆ, ਕਰਤਾ ਜਗ ਸੋਂ ਪਿਆਰ, ਔਰ ਦੁਨੀਆਂ ਦੇ ਵਿਸ਼ੇ ਵਿਕਾਰਾਂ ਨਾਲ, ਸੰਸਾਰ ਦੇ ਬੁਰਾਈਆਂ ਨਾਲ ਪ੍ਰੇਮ ਕਰਦਾ ਹੈ, ਕਹਿਤ ਕਬੀਰ ਉਸ ਜੀਵ ਕਾ ਕਵੀ ਨਾ ਹੋਤ ਉਧਾਰ। ਕਹਿੰਦੇ ਫਿਰ ਉਹਦਾ ਕਦੀ ਬੇੜਾ ਪਾਰ ਹੋ ਹੀ ਨਹੀਂ ਸਕਦਾ, ਉਹਦਾ ਭਲਾ ਕਦੀ ਹੋ ਹੀ ਨਹੀਂ ਸਕਦਾ। ਇਸ ਲਈ ਜੇ ਚਾਹੁੰਦੇ ਹੋ ਕਿ ਭਲਾ ਹੋਵੇ ਸਾਡਾ ਵੀ, ਤਾਂ ਫਿਰ ਆਪਣੇ ਮਾਲਿਕ ਅਲ ਮੁੱਕ ਕਰੀਏ, ਆਪਣੇ ਅੰਦਰ ਉਹ ਪ੍ਰੇਮ, ਉਹ ਵਿਸ਼ਵਾਸ, ਉਹ ਸ਼ਰਧਾ ਪੈਦਾ ਕਰੀਏ, ਉਹ ਯਕੀਨ ਪੈਦਾ ਕਰੀਏ। ਕਿਉਂਕਿ ਜਾਂਦੇ ਜਾਂਦੇ ਇੱਕ ਹੋਰ ਜ਼ਰੂਰੀ ਗੱਲ ਕਹਿ ਦੇਵਾਂਗੇ ਕਿ ਅੰਦਰ ਯਕੀਨ ਦਾ ਹੋਣਾ ਬਹੁਤ ਜ਼ਰੂਰੀ ਹੈ। ਬੋਲੋ, ਸਮਝਦੇ ਹੋ ਕਿ ਨਹੀਂ? ਬਾਹਰੋਂ ਅਸੀਂ ਕੱਪੜੇ ਜਿੱਦਾਂ ਦੇ ਮਰਜ਼ੀ ਪਾ ਲਈਏ, ਹੁਣ ਦੁਨਿਆਵੀ ਤੌਰ 'ਤੇ ਮਿਸਾਲ ਦੇਣੀ ਪੈਂਦੀ, ਕਿਉਂਕਿ ਜਿੱਦਾਂ ਦੱਸਿਆ ਕਿ ਅੱਜ ਕੱਲ੍ਹ ਦੁਨਿਆਵੀ ਤੌਰ 'ਤੇ ਮਿਸਾਲਾਂ ਦੇਣੀਆਂ ਪੈਂਦੀਆਂ, ਫਿਰ ਬੰਦੇ ਦੇ ਖਾਨੇ 'ਚ ਗੱਲ ਪੈ ਜਾਂਦੀ ਹੈ। ਸੋ ਇੱਥੇ ਵੀ ਦੁਨਿਆਵੀ ਤੌਰ 'ਤੇ ਮਿਸਾਲ ਦੇਵਾਂਗੇ ਕਿ ਇੱਕ ਨਵੇਂ ਨਵੇਂ ਮੋਬਾਈਲ ਆਏ ਸੀ ਉਦੋਂ, ਤਾਂ ਇੱਕ ਬੰਦਾ ਮੋਬਾਈਲ ਲੈ ਕੇ ਗੱਲ ਕਰ ਰਿਹਾ ਹੈ। ਨੱਥੂ ਲਾਲ ਨੇ ਦੇਖਿਆ ਹੈ ਮੋਬਾਈਲ, ਇਹ ਕਿੱਦਾਂ ਗੱਲ ਕਰ ਰਿਹਾ ਹੈ? ਉਹ ਕਹਿੰਦਾ ਦੇਖ ਆਹ ਮੋਬਾਈਲ ਹੈ, ਇੰਨਾ ਗੱਲ ਹੁੰਦੀ ਹੈ। ਨੱਥੂ ਲਾਲ ਕਹਿੰਦਾ ਠੀਕ ਹੈ, ਪੈਸਾ ਮੇਰੇ ਕੋਲ ਵੀ ਬਹੁਤ ਹੈ, ਕਿਤੇ ਲੋਟਰੀ ਨਿਕਲ ਆਈ ਸੀ ਨੱਥੂ ਲਾਲ ਦੀ, ਲੱਖਾਂ ਕਰੋੜਾਂ ਸੀ, ਗਿਆ 1 ਲੱਖ ਵਾਲਾ ਮੋਬਾਈਲ ਖਰੀਦ ਲਿਆਂਦਾ। ਉਹ ਕਹਿੰਦਾ ਲੈ, ਤੇਰੇ ਕੋਲ ਤਾਂ 500-700 ਹਜ਼ਾਰ ਵਾਲਾ, ਮੈਂ ਸਭ ਤੋਂ ਟੌਪ ਕੁਆਲਿਟੀ ਦਾ 1 ਲੱਖ ਵਾਲਾ ਮੋਬਾਈਲ ਲਿਆ, ਲੈ ਮੈਂ ਵੀ ਗੱਲ ਕਰਦਾ ਹਾਂ, ਪਰ ਮੇਰਾ ਮੋਬਾਈਲ ਗੱਲ ਨਹੀਂ ਕਰਦਾ, ਆਵਾਜ਼ ਕਿਉਂ ਨਹੀਂ ਆਉਂਦੀ ਇਹ 'ਚੋਂ, ਇੰਨਾ ਮਹਿੰਗਾ ਮੋਬਾਈਲ ਗੱਲ ਕਿਉਂ ਨਹੀਂ ਕਰਦਾ? ਉਹ ਬੰਦਾ ਕਹਿੰਦਾ ਭਾਈ ਸਿਮ ਪਾਈ ਹੈ, ਬਿਨਾਂ ਸਿਮ ਤੋਂ ਕਿੱਦਾਂ ਗੱਲ ਹੋਏਗੀ?
ਜਦ ਤੱਕ ਸਿਮ ਨਹੀਂ ਹੋਏਗੀ, ਕਨੈਕਸ਼ਨ ਨਹੀਂ ਜੁੜੇਗਾ, ਉਦੋਂ ਤੱਕ ਆਵਾਜ਼ ਕਿੱਥੋਂ ਆਏਗੀ? ਸਿਮ ਪਾ, ਫਿਰ ਗੱਲ ਹੋਏਗੀ। ਹੁਣ ਨੱਥੂ ਲਾਲ ਗਿਆ ਕਿਸੇ ਘਟੀਆ ਨੈਟਵਰਕ ਦੇ ਸਿਮ ਪਾ ਲਈ, ਜਿੱਦਾਂ ਕਹਿੰਦਾ ਕਈ ਇੱਦਾਂ ਦੀਆਂ ਕੰਪਨੀਆਂ ਹੁੰਦੀਆਂ ਇਹਨਾਂ ਦੇ ਨੈਟਵਰਕ ਕਿਤੇ ਆਉਂਦਾ ਹੀ ਨਹੀਂ ਹੈ। ਨੱਥੂ ਲਾਲ ਨੇ ਘਟੀਆ ਜਿਹਾ ਸਿਮ ਲੈ ਕੇ ਨੈਟਵਰਕ ਜਿਹਦਾ ਕਿਤੇ ਵੀ ਨਹੀਂ ਸੀ ਪਾ ਲਿਆ, ਫਿਰ ਲਾਇਆ, ਕਹਿੰਦਾ ਆਵਾਜ਼ ਤਾਂ ਹਾਲੇ ਵੀ ਨਹੀਂ ਆਉਂਦੀ, ਸਿਮ ਵੀ ਪਾ ਲਿਆ ਮੈਂ। ਤਾਂ ਉਹਨੇ ਦੇਖਿਆ ਕਿਹੜੀ ਕੰਪਨੀ ਦਾ, ਕੋਈ ਆਹ ਕੰਪਨੀ, ਆਹ ਘਟੀਆ ਜਿਹੀ ਦੇਸੀ ਜਿਹੀ ਕੰਪਨੀ, ਅੱਛੀ ਕੰਪਨੀ ਦਾ ਪਵਾ। ਹੁਣ ਅਸੀਂ ਕੋਈ ਨਾਮ ਨਹੀਂ ਲੈਣਾ, ਇਹਦਾ ਹੋਣਾ ਮਾਲਕ ਮਸ਼ਹੂਰੀ ਕਰ ਰਹੀ, ਆਪਾਂ ਕਹਿੰਦੇ ਜੀਓ ਦਾ ਪਵਾ, ਏਅਰਟੈਲ ਦਾ ਪਵਾ, ਸੈਲਵਨ ਦਾ ਪਵਾ, ਨਹੀਂ ਅੱਛੀ ਕੰਪਨੀ ਦਾ ਪਵਾ ਜਿਹਦੀ ਰੇਂਜ ਨੈਟਵਰਕ ਚਾਰੋਂ ਪਾਸੇ ਹੋਵੇ, ਫਿਰ ਪਾ। ਹੁਣ ਜਦੋਂ ਅੱਛੀ ਕੰਪਨੀ ਦਾ ਸਿਮ ਪਾਇਆ ਨੱਥੂ ਲਾਲ ਨੇ ਮੋਬਾਈਲ 'ਚ, ਤਾਂ ਫਿਰ ਨੰਬਰ ਡਾਇਲ ਕੀਤਾ, ਰਿੰਗ ਗਈ, ਗੱਲ ਹੋਈ। ਨੱਥੂ ਲਾਲ ਕਹਿੰਦਾ ਵਾਹ ਬਈ ਵਾਹ, ਇਹ 1 ਲੱਖ ਦਾ ਮੋਬਾਈਲ ਵੀ ਬੇਕਾਰ ਹੈ ਅਗਰ ਇਹਦੇ ਵਿੱਚ ਸਿਮ ਨਾ ਹੋਵੇ, ਫਿਰ ਗੱਲ ਨਹੀਂ ਹੁੰਦੀ। ਹੁਣ ਇੱਥੇ ਤੁਸੀਂ ਵੀ ਸਮਝ ਲਓ, 1 ਲੱਖ ਦਾ ਕੱਪੜਾ ਪਾ ਲਓ, ਲੱਖਾਂ ਦੇ ਸੂਟ ਪਾ ਲਓ, ਲੱਖਾਂ ਦਾ ਮੇਕਅਪ ਕਰ ਲਓ, ਆਪਣੇ ਜਿਸਮ ਨੂੰ ਜਿੰਨਾ ਮਰਜ਼ੀ ਸੁੰਦਰ ਬਣਾ ਲਓ, ਪਰ ਅਗਰ ਇਹਦੇ 'ਚ ਅੱਛੇ ਅਮਲਾਂ ਦੀ, ਪ੍ਰਭੂ ਦੇ ਪ੍ਰੇਮ ਦੀ, ਪ੍ਰਭੂ ਦੀ ਬੰਦਗੀ ਦੀ ਸਿਮ ਨਹੀਂ ਹੈ ਨਾ, ਤਾਂ ਤੁਹਾਡੀ ਗੱਲ ਪ੍ਰਭੂ ਨਾਲ ਨਹੀਂ ਹੋਣੀ, ਪਰਮਾਤਮਾ ਨਾਲ ਨਹੀਂ ਹੋਣੀ। ਕਿਉਂਕਿ ਪਰਮਾਤਮਾ ਨਾਲ ਗੱਲ ਕਰਨ ਵਾਸਤੇ ਮੋਬਾਈਲ ਬਾਹਰਲਾ ਚਾਹੇ ਘਟੀਆ ਹੀ ਹੋਵੇ, 500 ਰੁਪਏ ਦਾ ਮੋਬਾਈਲ ਵੀ ਹੋਵੇ ਬੇਸ਼ੱਕ, ਪਰ ਉਹਦੇ ਸਿਮ ਅੱਛੀ ਕੁਆਲਿਟੀ ਦੀ ਹੈ ਨਾ, ਅੱਛੇ ਨੈਟਵਰਕ ਦੀ ਹੈ, ਤਾਂ 500 ਵਾਲਾ ਮੋਬਾਈਲ ਵੀ ਕਲੀਅਰ ਆਵਾਜ਼ ਕਰੇਗਾ। ਤਾਂ ਮੋਬਾਈਲ ਚਾਹੇ 10 ਲੱਖ ਦਾ ਵੀ ਹੋਵੇ, ਪਰ ਉਹਦੇ 'ਚ ਸਿਮ ਹੀ ਘਟੀਆ ਕੁਆਲਿਟੀ ਦੀ ਪਾ ਦਿਓ, ਯਾਨੀ ਘਟੀਆ ਕੰਪਨੀ ਦੀ ਪਾ ਦਿਓ ਜਿਹਦਾ ਨੈਟਵਰਕ ਹੀ ਹੈ ਨਹੀਂ, ਤਾਂ 10 ਲੱਖ ਦਾ ਮੋਬਾਈਲ ਵੀ ਗੱਲ ਨਹੀਂ ਕਰਾ ਸਕਦਾ। ਬੰਦਾ ਕਵੇ ਮੈਂ ਬੜਾ ਅਮੀਰ, ਲੱਖਾਂ ਪਤੀ, ਕਰੋੜਾਂ ਪਤੀ, ਇੰਨੀ ਵੱਡੀ ਗੱਡੀ, ਇੰਨੀ ਵੱਡੀ ਕੋਠੀ, ਇੰਨਾ ਮਹਿੰਗਾ ਕੱਪੜਾ, ਕੀ ਫਾਇਦਾ ਅਗਰ ਤੇਰੇ ਅੰਦਰ ਚੰਗੇ ਕਰਮ ਵਾਲੀ ਸਿਮ ਨਹੀਂ ਹੈ, ਅਗਰ ਪ੍ਰਭੂ ਦੀ ਬੰਦਗੀ ਦੀ ਸਿਮ ਹੈ ਨਹੀਂ, ਅਗਰ ਪ੍ਰਭੂ ਦੇ ਵਿਸ਼ਵਾਸ ਦੀ ਸਿਮ ਹੈ ਨਹੀਂ ਤੇਰੇ ਅੰਦਰ, ਤਾਂ ਤੇਰੇ ਕੋਠੀਆਂ, ਕਾਰਾਂ, ਲੱਖਾਂ ਦੇ ਬਾਹਰਲੇ ਮੋਬਾਈਲ ਨੂੰ ਕੀ ਕਰਨਾ ਹੈ ਅਸੀਂ? ਕਿਉਂਕਿ ਮੋਬਾਈਲ ਗੱਲਾਂ ਨਹੀਂ ਕਰਾਉਂਦੇ, ਇਹ ਸਿਮ ਗੱਲ ਕਰਾਉਂਦੀ ਹੈ, ਯਾਨੀ ਨੈਟਵਰਕ ਹੋਵੇ ਅੱਛਾ। ਔਰ ਫਿਰ ਜ਼ਰਾ ਸੋਚੋ, ਬੰਦਾ ਕਹਿੰਦਾ ਫਲਾਨੀ ਕੰਪਨੀ ਦਾ ਨੈਟਵਰਕ ਟਾਵਰ ਬੜਾ ਵਧੀਆ ਆ, ਲਾਈਟ ਵੀ ਚਲੀ ਜਾਵੇ ਤਾਂ ਵੀ ਸਿਗਨਲ ਨਹੀਂ ਜਾਂਦਾ। ਅਸੀਂ ਕਹਿੰਦੇ ਜੇ ਇਹ ਸਿਗਨਲ ਇੰਨੇ ਵਧੀਆ ਹੈ, ਤਾਂ ਸਾਡਾ ਕਨੈਕਸ਼ਨ ਤਾਂ ਸਾਡੇ ਮੁਰਸ਼ਦ ਨਾਲ ਹੈ, ਜਿਹੜਾ ਸਭ ਤੋਂ ਟੌਪ ਦਾ ਨੈਟਵਰਕ ਹੈ। ਪੂਰੀ ਦੁਨੀਆ ਫਿਊਜ਼ ਹੋ ਜਾਵੇ ਪਰ ਉਹਦਾ ਨੈਟਵਰਕ ਕਦੀ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਉਹ ਨੈਟਵਰਕ ਨਹੀਂ ਕਦੀ ਜਾਏਗਾ। ਇੱਦਾਂ ਦਾ ਸਾਡਾ ਕਨੈਕਸ਼ਨ ਹੈ ਆਪਣੇ ਮਾਲਿਕ ਦੇ ਨਾਲ, ਕਿਉਂਕਿ ਸਭ ਤੋਂ ਬੜਾ ਟਾਵਰ ਤਾਂ ਉਹੀ ਹੈ, ਉਹ ਪ੍ਰਭੂ, ਉਹ ਪਰਮਾਤਮਾ, ਸਭ ਤੋਂ ਬੜੀ ਐਨਰਜੀ ਤਾਂ ਉੱਥੇ ਹੀ ਹੈ, ਔਰ ਅਸੀਂ ਤਾਂ ਜੁੜੇ ਹਾਂ ਆਪਣੇ ਮਾਲਿਕ ਦੇ ਨਾਲ, ਫਿਰ ਸਾਨੂੰ ਤਾਂ ਉੱਥੋਂ ਐਨਰਜੀ ਮਿਲ ਰਹੀ ਹੈ, ਉੱਥੋਂ ਸਿਗਨਲ ਮਿਲ ਰਿਹਾ ਹੈ, ਕਿ ਸਾਡਾ ਨੈਟਵਰਕ ਕਦੀ ਫੇਲ ਹੋ ਹੀ ਨਹੀਂ ਸਕਦਾ। ਸਾਡੀ ਤਾਂ ਆਵਾਜ਼ ਸਿੱਧੀ ਪਰਮਾਤਮਾ ਦੇ ਘਰ ਤੱਕ ਜਾਏਗੀ, ਕਿਉਂਕਿ ਸਾਡਾ ਨੈਟਵਰਕ ਇੰਨਾ ਸਟਰੋਂਗ ਹੈ। ਸਮਝਦੇ ਹੋ ਕਿ ਨਹੀਂ? ਦੇਖਿਓ ਕਿਤੇ ਗਲਤ ਜਗ੍ਹਾ ਨੈਟਵਰਕ, ਗਲਤ ਸਿਮ ਨਾ ਪਾ ਲਿਓ ਵਿੱਚ, ਦੋਸ਼ ਮੋਬਾਈਲ ਨੂੰ ਦੇਈ ਜਾਓਗੇ, ਆ ਰੇਂਜ ਨਹੀਂ ਆਉਂਦੀ, ਆ ਫਲਾਨੇ ਗੁਰੂ ਨਾਲ, ਫਲਾਨੇ ਪੀਰ ਨਾਲ ਜੁੜੀ, ਰੇਂਜ ਨਹੀਂ ਆਉਂਦੀ। ਉਹ ਭਾਈ ਦੇਖ ਲਓ ਇਹ ਸਿਮ ਸਹੀ ਵੀ ਹੈ ਕਿ ਨਹੀਂ, ਕਨੈਕਸ਼ਨ ਪੂਰਾ ਹੈ ਜਾਂ ਨਹੀਂ, ਕਿਉਂਕਿ ਕਨੈਕਸ਼ਨ ਟੌਪ ਦਾ ਹੋਣਾ ਚਾਹੀਦਾ ਹੈ, ਔਰ ਜਿਹਦਾ ਟਾਵਰ ਟੌਪ ਦਾ ਹੋਵੇ ਕਨੈਕਸ਼ਨ ਵੀ ਉਹਦਾ ਟੌਪ ਦਾ ਹੁੰਦਾ ਹੈ। ਇਸ ਲਈ ਮਾਣ ਹੈ ਸਾਨੂੰ ਕਿ ਸਾਡਾ ਕਨੈਕਸ਼ਨ ਹਜ਼ੂਰ ਗੌਂਸ ਦੇ ਨਾਲ ਹੈ, ਆਪਣੇ ਮਾਲਿਕ ਦੇ ਨਾਲ। ਮਾਣ ਹੋਣਾ ਚਾਹੀਦਾ ਸਾਨੂੰ, ਮਾਣ ਮੈਨੂੰ ਹੈ ਮੁਰਸ਼ਦ ਆਪਣੇ ਤੇ, ਮੁਰਸ਼ਦ ਵਾਜ ਕੋਈ ਸੱਚਾ ਯਾਰ ਨਹੀਂ। ਰਹਿਮਤ ਜਦ ਤੱਕ ਨਾ ਹੋਵੇ ਮੁਰਸ਼ਦ ਦੀ, ਡੇੜੀ ਜ਼ਿੰਦਗੀ ਦੀ ਹੁੰਦੀ ਪਾਰ ਨਹੀਂ। ਉਹਦਾ ਜੀਣਾ ਤ੍ਰਿਗ ਹੈ ਜੱਗ ਅੰਦਰ, ਜਿਹਦਾ ਮੁਰਸ਼ਦ ਨਾਲ ਪਿਆਰ ਨਹੀਂ।
ਕਰ ਸੇਵਾ ਤੇ ਬੰਦਗੀ ਮੁਰਸ਼ਦ ਦੀ, ਆਣਾ ਦੁਨੀਆ ਤੇ ਦੂਜੀ ਵਾਰ ਨਹੀਂ। ਜੁੜੀਏ ਮੁਰਸ਼ਦ ਦੇ ਨਾਲ, ਕਿਉਂਕਿ ਮਾਣ ਮੈਨੂੰ ਹੈ ਮੁਰਸ਼ਦ ਆਪਣੇ ਤੇ, ਮਾਣ ਆਪਣੇ ਮੁਰਸ਼ਦ ਤੇ। ਮੁਰਸ਼ਦ ਵਾਜ ਕੋਈ ਸੱਚਾ ਯਾਰ ਨਹੀਂ, ਕੋਈ ਸੱਚਾ ਯਾਰ ਹੈ ਹੀ ਨਹੀਂ ਉਹ ਤੋਂ ਬਿਨਾਂ, ਕਿਉਂਕਿ ਉਹ ਜਿੱਥੇ ਬਾਂਹ ਫੜ ਲਵੇ ਉੱਥੇ ਕੋਈ ਯਾਰ ਸੱਜਣ ਮਿੱਤਰ ਆ ਹੀ ਨਹੀਂ ਸਕਦਾ, ਜਿੱਥੇ ਉਹਨਾਂ ਬਚਾਉਣਾ ਕੋਈ ਉਪਜਾ ਹੀ ਨਹੀਂ ਸਕਦਾ, ਕਿਉਂਕਿ ਯਾਰ ਤਾਂ ਉਹੀ ਆ ਦੁੱਖਾਂ 'ਚ ਉੱਥੇ ਨਾਲ ਖੜ ਜਾਵੇ ਜਿੱਥੇ ਸਾਰੇ ਮੂੰਹ ਫੇਰ ਜਾਂਦੇ। ਨਾਜ ਮੈਨੂੰ ਹੈ ਮੁਰਸ਼ਦ ਆਪਣੇ ਤੇ, ਮੁਰਸ਼ਦ ਵਾਜ ਕੋਈ ਸੱਚਾ ਯਾਰ ਨਹੀਂ, ਰਹਿਮਤ ਜਦ ਤੱਕ ਨਾ ਹੋਵੇ ਮੁਰਸ਼ਦ ਦੀ ਬੇੜੀ ਜ਼ਿੰਦਗੀ ਦੀ ਹੁੰਦੀ ਪਾਰ ਨਹੀਂ, ਜਦ ਤੱਕ ਉਹਦੀ ਰਹਿਮਤ ਨਹੀਂ ਹੁੰਦੀ ਇਹ ਜ਼ਿੰਦਗੀ ਦੀ ਬੇੜੀ ਪਾਰ ਨਹੀਂ ਲੱਗ ਸਕਦੀ। ਉਹਦਾ ਜੀਣਾ ਧ੍ਰਿਗ ਹੈ ਜੱਗ ਉੱਤੇ ਜਿਹਦਾ ਮੁਰਸ਼ਦ ਨਾਲ ਪਿਆਰ ਨਹੀਂ। ਧ੍ਰਿਗ ਦਾ ਮਤਲਬ ਹੁੰਦਾ ਲਾਹਨਤ ਹੈ ਉਹਦੀ ਜ਼ਿੰਦਗੀ 'ਤੇ ਜਿਹੜਾ ਮੁਰਸ਼ਦ ਨਾਲ ਪ੍ਰੇਮ ਨਹੀਂ ਕਰਦਾ, ਜਿਹੜਾ ਸਤਿਗੁਰ ਨਾਲ ਪ੍ਰੇਮ ਨਹੀਂ ਕਰਦਾ, ਆਪਣੇ ਮਾਲਿਕ ਨਾਲ ਪ੍ਰੇਮ ਨਹੀਂ ਕਰਦਾ। ਕਹਿੰਦੇ ਉਹਦਾ ਜੀਣਾ ਹੀ ਧ੍ਰਿਗ ਹੈ ਜੱਗ ਉੱਤੇ ਜਿਹਦਾ ਮੁਰਸ਼ਦ ਨਾਲ ਪਿਆਰ ਨਹੀਂ, ਕਰ ਸੇਵਾ ਤੇ ਬੰਦਗੀ ਮੁਰਸ਼ਦ ਦੀ, ਆਣਾ ਦੁਨੀਆ 'ਤੇ ਦੂਜੀ ਵਾਰ ਨਹੀਂ। ਉਹ ਕਹਿੰਦੇ ਵਾਰ ਵਾਰ ਜ਼ਿੰਦਗੀ ਨਹੀਂ ਮਿਲਣੀ, ਜੇ ਜ਼ਿੰਦਗੀ ਮਿਲੀ ਹੈ ਤੈਨੂੰ ਲੇਖੇ ਲਾ ਦੇ ਆਪਣੇ ਮਾਲਿਕ, ਸੇਵਾ ਕਰ ਬੰਦਗੀ ਕਰ ਆਪਣੇ ਮਾਲਿਕ ਦੇ ਨਾਲ ਜੁੜ ਜਾ। ਬਸ ਆਪਣੀ ਅੰਦਰ ਲਾ, ਬਾਹਰ ਸਰੀਰ ਦਾ ਢਾਂਚਾ ਜਿੱਦਾਂ ਦਾ ਮਰਜ਼ੀ ਹੋਵੇ, ਜਿੱਦਾਂ ਪਹਿਲੇ ਦੱਸਿਆ ਮੋਬਾਈਲ ਚਾਹੇ 500 ਦਾ ਹੋਵੇ ਚਾਹੇ 5 ਲੱਖ ਦਾ ਹੋਵੇ, ਗੱਲ ਤਾਂ ਸਾਡੀ ਜਦ ਵੀ ਹੋਣੀ ਹੈ ਸਿਮ ਕਿਹੜੀ ਕੰਪਨੀ ਦਾ ਹੈ, ਉਹਦੀ ਕੁਆਲਿਟੀ ਕੀ ਹੈ, ਉਹਦੀ ਰੇਂਜ ਕਿੰਨੀ ਹੈ, ਗੱਲ ਤਾਂ ਉਹਦੇ ਨਾਲ ਹੋਣੀ ਹੈ। ਇਸ ਲਈ ਤੁਹਾਡਾ ਸਰੀਰ ਚਾਹੇ ਜੈਸਾ ਮਰਜ਼ੀ ਹੈ, ਪਰ ਤੁਹਾਡਾ ਅੰਦਰ ਸਿਮ ਪ੍ਰਭੂ ਦੇ ਪ੍ਰੇਮ ਦਾ ਹੋਣਾ ਚਾਹੀਦਾ ਹੈ, ਮਾਲਕ ਦੇ ਵਿਸ਼ਵਾਸ ਦਾ ਹੋਣਾ ਚਾਹੀਦਾ ਹੈ, ਅੱਛੇ ਕਰਮਾਂ ਦਾ ਹੋਣਾ ਚਾਹੀਦਾ ਹੈ, ਅੱਛੇ ਅਮਲਾਂ ਦਾ ਸਿਮ ਹੋਵੇਗਾ ਤਾਂ ਸਾਡੀ ਗੱਲ ਵੀ ਸਿੱਧੀ ਰੱਬ ਦੇ ਨਾਲ ਹੋਏਗੀ, ਕਿਉਂਕਿ ਫਿਰ ਸਿਗਨਲ ਸਿੱਧਾ ਉਹਦੇ ਨਾਲ ਜੁੜੇਗਾ। ਇਸ ਲਈ ਆਓ ਅੰਦਰ ਵਿਸ਼ਵਾਸ ਪੈਦਾ ਕਰੀਏ। ਸਮਝਾਉਣ ਨੂੰ ਤਾਂ ਬਹੁਤ ਕੁਛ ਹੈ ਪਰ ਅਸੀਂ ਦੇਖ ਰਹੇ ਹਾਂ ਟਾਈਮ ਕਾਫੀ ਹੋ ਗਿਆ ਹੈ, ਇਸ ਲਈ ਹਾਲੇ ਫਰਿਆਦੀ ਜੀ ਵੀ ਕਾਫੀ ਹੈ। ਇਸ ਲਈ ਹੁਣ ਆਖਰਲੇ ਵਚਨਾਂ 'ਚ ਇਹੀ ਕਹਾਂਗੇ ਕਿ ਤੁਸੀਂ ਵੀ ਆਪਣੇ ਅੰਦਰ ਵਿਸ਼ਵਾਸ ਰੱਖੋ, ਭਰੋਸਾ ਰੱਖੋ। ਔਰ ਜਿੱਦਾਂ ਦੱਸਿਆ ਕਿ ਉਹ ਜੋੜੀ ਨੂੰ ਕੀਮਤ ਦਾ ਪਤਾ ਸੀ, ਉਹਨਾਂ 1000 ਦੇ ਦਿੱਤਾ ਔਰ ਲੈ ਗਿਆ ਹੀਰੇ ਨੂੰ, ਪਰ ਦੂਜੇ ਨੂੰ ਕੀਮਤ ਦਾ ਤਾਂ ਪਤਾ ਸੀ ਪਰ ਫਿਰ ਵੀ 2 ਬਚਾਉਣ ਦੇ ਪਿੱਛੇ ਲੱਖਾਂ ਦਾ ਨੁਕਸਾਨ ਕਰ ਲਿਆ। ਇਸੇ ਤਰ੍ਹਾਂ ਅਗਰ ਤੁਸੀਂ ਵੀ ਰਹਿਮਤਾਂ ਵਰਕਤਾਂ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ ਹੈ ਤਾਂ ਵਿਸ਼ਵਾਸ ਰੱਖੋ ਆਪਣੇ ਮਾਲਿਕ 'ਤੇ, ਔਰ ਹਜ਼ੂਰ ਦੇ ਨਾਮ ਦੀ ਜੋ ਵੀ ਨਿਆਜ਼ ਦਿੰਦਾ ਹੈ ਉਹ ਸੰਭਾਲ ਲੈਂਦਾ ਹੈ, ਉਸਦੀ ਰਹਿਮਤ ਨੂੰ ਉਹ ਸੰਭਾਲ ਲੈਂਦਾ ਹੈ, ਉਸ ਕਿਰਪਾ ਨੂੰ, ਔਰ ਫਿਰ ਆਪਣੀ ਜ਼ਿੰਦਗੀ ਆਪਣਾ ਜੀਵਨ ਉਹ ਸਫਲ ਬਣਾ ਲੈਂਦਾ। ਇਸ ਲਈ ਸਿਮਰਨ ਨਾਲ ਜੁੜੀਏ, ਸ਼ਬਦ ਨਾਲ ਜੁੜੀਏ, ਅੱਛੇ ਕਰਮਾਂ ਨਾਲ ਜੁੜੀਏ, ਅੱਛੀ ਕਰਨੀ ਕਰੀਏ ਤਾਂ ਕਿ ਸਾਡਾ ਇਹ ਜੀਵਨ ਸਾਡਾ ਇਹ ਜਨਮ ਸਫਲ ਹੋ ਸਕੇ। ਕਿਉਂਕਿ ਬੇਨਤੀ ਆਈ ਸੀ ਜਿਹਨਾਂ ਦੀ ਤਰਫੋਂ ਅੱਜ ਸਤਸੰਗ ਹੈ ਕਿ ਹਜ਼ੂਰ ਦੀ ਸਿਫਤ ਕੀਤੀ ਜਾਵੇ, ਕਿਉਂਕਿ ਜਦੋਂ ਉਹਨਾਂ ਦੀ ਸਿਫਤ ਸੁਣਦੇ ਹਾਂ ਤਾਂ ਲੂਈ ਲੂਈ ਖੜ ਜਾਂਦੀ ਹੈ, ਆਨੰਦ ਆ ਜਾਂਦਾ ਹੈ। ਇਸ ਲਈ ਅੱਜ ਦਾ ਇਹ ਸਤਸੰਗ ਉਹ ਪਰਿਵਾਰ ਨੂੰ, ਜਿਸਨੇ ਐਡੀ ਦੂਰ ਬਹਿ ਕੇ ਵੀ ਇਹ ਸਤਸੰਗ ਦੀ ਰਹਿਮਤ ਆਪਣੀ ਝੋਲੀ 'ਚ ਪਵਾਈ ਹੈ, ਅੱਜ ਦੇ ਸਤਸੰਗ ਦੀਆਂ ਸਾਰੀਆਂ ਰਹਿਮਤਾਂ ਮਾਲਕ ਉਹਨਾਂ ਦੀ ਝੋਲੀ 'ਚ ਪਾਉਣ ਔਰ ਤੁਹਾਡੇ 'ਤੇ ਵੀ ਆਪਣੀ ਰਹਿਮਤ ਬਖਸ਼ਿਸ਼ ਕਿਰਪਾ ਬਣਾਏ ਰੱਖਣ। ਔਰ ਅਸੀਂ ਧੰਨਵਾਦ ਵੀ ਕਰਾਂਗੇ ਉਸ ਪਰਿਵਾਰ ਦਾ ਕਿ ਹਜ਼ੂਰ ਦੀਆਂ ਸਿਫਤਾਂ ਦੀ ਮੰਗ ਕਰਕੇ ਦੇਖੋ ਕਿੰਨਾ ਆਨੰਦ ਲਿਆ ਦਿੱਤਾ, ਆਨੰਦ ਆਇਆ ਜਾਂ ਨਹੀਂ, ਕਿੰਨਾ ਕੁਝ ਜਾਣਨ ਨੂੰ ਮਿਲ ਗਿਆ, ਕਿੰਨਾ ਕੁਝ ਸਿੱਖਣ ਨੂੰ ਮਿਲ ਗਿਆ। ਔਰ ਖਾਸ ਕਰਕੇ ਇਹ ਵੀ ਪਤਾ ਲੱਗ ਗਿਆ ਕਿ ਮੁਰਸ਼ਦ ਇੱਥੇ ਬੈਠੇ ਵੀ ਜਿੱਥੇ ਮਰਜ਼ੀ ਪੁਕਾਰੋ, ਜਿੱਦਾਂ ਫੈਕਸ ਦਾ ਪੇਪਰ ਪਹੁੰਚ ਜਾਂਦਾ ਨਾ, ਉਹਦੀ ਰਹਿਮਤਾਂ ਵੀ ਪਹੁੰਚ ਜਾਂਦੀਆਂ, ਕਿਉਂਕਿ ਪੇਪਰ ਪਹੁੰਚਦਾ ਹੈ ਜਾਂ ਈਮੇਲ ਪਹੁੰਚਦੀ ਹੈ, ਇਹ ਸਾਇੰਸ ਦੀ ਟੈਕਨੋਲੋਜੀ ਹੈ, ਬੰਦੇ ਦੇ ਦਿਮਾਗ ਦੀ ਉਪਜ ਹੈ, ਪਰ ਫਕੀਰਾਂ ਦੀ ਰਹਿਮਤ ਪਹੁੰਚਦੀ ਹੈ, ਉਹਨਾਂ ਦੀ ਬੰਦਗੀ ਦੀ ਤਾਕਤ ਹੈ, ਉਹਨਾਂ ਦੇ ਸਿਮਰਨ ਦੀ ਤਾਕਤ ਹੈ, ਉਹਨਾਂ ਦੀ ਭਗਤੀ ਦੀ ਤਾਕਤ ਹੈ। ਇਸ ਲਈ ਅੰਦਰ ਪਿਆਰ ਹੋਵੇ, ਵਿਸ਼ਵਾਸ ਹੋਵੇ ਤਾਂ ਇਨਸਾਨ ਸਭ ਕੁਛ ਲੈ ਜਾਂਦਾ ਹੈ। ਔਰ ਸਾਡਾ ਤਾਂ ਮਕਸਦ ਹੀ ਇਹ ਹੈ ਕਿ ਤੁਹਾਨੂੰ ਆਨੰਦ ਦੇ ਨਾਲ ਜੋੜਿਆ ਜਾਵੇ, ਤੁਹਾਨੂੰ ਉਸ ਮਾਲਿਕ ਦੇ ਪ੍ਰੇਮ ਦੇ ਰੰਗ 'ਚ ਰੰਗਿਆ ਜਾਵੇ, ਤੁਹਾਡੇ ਦਿਲਾਂ 'ਚੋਂ ਨਫ਼ਰਤ ਵੈਰ ਵਿਰੋਧ ਤੁਹਾਨੂੰ ਖਤਮ ਕੀਤਾ ਜਾਵੇ, ਕਿਉਂਕਿ ਜੋ ਉਸ ਮਾਲਿਕ ਦਾ ਹੋ ਗਿਆ ਉਹਦੇ ਅੰਦਰ ਪ੍ਰੇਮ ਹੋਏਗਾ ਸਭ ਦੇ ਪ੍ਰਤੀ।
ਤੁਹਾਨੂੰ ਨਸ਼ਿਆਂ ਤੋਂ ਦੂਰ ਕੀਤਾ ਜਾਵੇ, ਬੁਰਾਈਆਂ ਤੋਂ ਦੂਰ ਕੀਤਾ ਜਾਵੇ, ਔਰ ਤੁਹਾਨੂੰ ਉਸ ਮਾਲਕ ਦੇ ਇਸ਼ਕ ਦੇ, ਮਾਲਕ ਦੇ ਪ੍ਰੇਮ ਦੇ ਰੰਗ 'ਚ ਰੰਗਿਆ ਜਾਵੇ, ਤਾਂ ਕਿ ਤੁਹਾਡੀ ਇਹ ਜ਼ਿੰਦਗੀ, ਤੁਹਾਡਾ ਜੀਵਨ ਸਫਲ ਹੋ ਸਕੇ। ਇਸ ਲਈ ਆਓ ਅੱਜ ਆਪਣੇ ਆਪ ਨਾਲ ਵਚਨ ਕਰੋ ਕਿ ਮੈਂ ਕਿਸੇ ਨਾਲ ਨਫ਼ਰਤ ਨਹੀਂ ਕਰਨੀ। ਬੋਲ ਕੇ ਕਹਿ ਦਿਓ ਕਿ ਮੈਂ ਕਿਸੇ ਨਾਲ ਨਫ਼ਰਤ, ਮੈਂ ਕਿਸੇ ਦੀ ਨਿੰਦਿਆ, ਮੈਂ ਕਿਸੇ ਦੀ ਚੁਗਲੀ, ਮੈਂ ਕੋਈ ਨਸ਼ਾ ਨਹੀਂ ਕਰ, ਮੈਂ ਹਰ ਬੁਰਾਈ ਤੋਂ ਆਪਣੇ ਆਪ ਨੂੰ ਵੀ ਬਚਾਉਣਾ ਹੈ, ਔਰ ਆਪਣੇ ਮਾਲਕ ਦੀ ਬੰਦਗੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਵੀ ਬਣਾਉਣਾ ਹੈ। ਇਹ ਆਪਣੇ ਆਪ ਨਾਲ ਵਚਨ ਕਰੋ, ਕਿਉਂਕਿ ਮਾਲਕ ਦੇ ਘਰ 'ਚ ਸਭ ਕੁਛ ਹੈ, ਬਸ ਆਪਣੇ ਭਾਂਡੇ ਨੂੰ ਤਿਆਰ ਕਰ ਲਓ ਤਾਂ ਫਿਰ ਇਹ ਭਾਂਡਾ ਭਰ ਜਾਏਗਾ। ਜੇ ਸਾਡਾ ਹੀ ਭਾਂਡਾ ਤਿਆਰ ਨਾ ਹੋਵੇ ਤਾਂ ਫਿਰ ਉਹਦੀਆਂ ਰਹਿਮਤਾਂ ਦਾ ਦੋਸ਼ ਕੀ, ਉਹਦੀਆਂ ਰਹਿਮਤਾਂ ਦਾ ਕਸੂਰ ਕੀ? ਇਸ ਲਈ ਉਹਦੇ ਘਰ ਸਭ ਕੁਛ ਹੈ, ਆਓ ਆਪਣੇ ਆਪ ਨੂੰ ਤਿਆਰ ਕਰੀਏ, ਔਰ ਆਪਣੀ ਜ਼ਿੰਦਗੀ ਨੂੰ, ਆਪਣੇ ਜੀਵਨ ਨੂੰ ਮਾਲਕ ਦੀਆਂ ਰਹਿਮਤਾਂ ਨਾਲ ਭਰਪੂਰ ਕਰੀਏ। ਔਰ ਹੁਣ ਇਹਨਾਂ ਵਚਨਾਂ ਨਾਲ ਹੀ ਅਸੀਂ ਅੱਜ ਦੇ ਸਤਸੰਗ ਦੀ ਸਮਾਪਤੀ ਕਰਾਂਗੇ। ਔਰ ਸਤਸੰਗ ਸਮਾਪਤ ਕਰਨ ਤੋਂ ਪਹਿਲਾਂ ਜਿਸ ਤਰ੍ਹਾਂ ਆਉਣ ਵਾਲੇ ਪ੍ਰੋਗਰਾਮ ਬਾਰੇ ਤੁਹਾਨੂੰ ਦੱਸਿਆ ਹੈ ਕਿ ਜੋ ਅਗਲਾ ਮਹੀਨਾ ਆ ਰਿਹਾ ਜੂਨ ਮਹੀਨਾ, ਉਸਦੀ 13 ਜੂਨ ਬੜਾ ਖਾਸ ਦਿਨ ਹੈ। ਇੱਕ 13 ਜੂਨ ਬੜੇ ਮਾਲਕਾਂ ਦੀ ਬਰਸੀ ਹੈ, ਕਿਉਂਕਿ ਸਨ 1992 'ਚ 13 ਜੂਨ ਵਾਲੇ ਦਿਨ ਹੀ ਮਾਲਕ ਦੁਨਿਆਵੀ ਤੌਰ 'ਤੇ ਸਾਨੂੰ ਸਾਰਿਆਂ ਨੂੰ ਦੁਨਿਆਵੀ ਤੌਰ 'ਤੇ ਵਿਛੋੜਾ ਦਿੱਤਾ ਸੀ, ਉੱਦਾਂ ਨਹੀਂ, ਉਹ ਤਾਂ ਹਰ ਪਲ ਸਾਡੇ ਨਾਲ ਹੀ ਹੈ। ਦੁਨਿਆਵੀ ਤੌਰ 'ਤੇ ਇਹ ਸੰਸਾਰ ਨੂੰ ਅਲਵਿਦਾ ਕਹਿੰਦੇ ਹੋਏ ਮਾਲਕ ਦੀ ਜਾਤੇ ਹੱਕ 'ਚ ਲੀਨ ਹੋ ਗਏ। ਇੱਕ ਤਾਂ ਉਹਨਾਂ ਦੀ ਸਾਲਾਨਾ ਵਰਸੀ ਹੈ, ਫਿਰ ਉਸ ਦਿਨ ਮਹੀਨੇ ਦੀ 11ਵੀਂ ਵੀ ਹੈ, ਕਿਉਂਕਿ ਜੂਨ ਮਹੀਨੇ ਦੀ 11ਵੀਂ 13 ਜੂਨ ਦੀ ਹੈ, ਔਰ ਉਸ ਦੇ ਨਾਲ ਨਾਲ ਉਸ ਦਿਨ ਨਿਸ਼ਾਨ ਸਾਹਿਬ ਦੀ ਚੜ੍ਹਾਈ ਵੀ ਹੈ। ਇਹ ਜੋ ਤੁਸੀਂ ਨਿਸ਼ਾਨ ਸਾਹਿਬ ਦੇਖ ਰਹੇ ਹੋ, ਇਹ ਨਿਸ਼ਾਨ ਸਾਹਿਬ 13 ਜੂਨ ਨੂੰ ਇਹਨਾਂ ਦੇ ਚੋਲੇ ਬਦਲੀ ਕੀਤੇ ਜਾਣਗੇ, ਯਾਨੀ ਉਹ ਸਾਲਾਨਾ ਮੇਲਾ ਵੀ ਉਸ ਦਿਨ ਹੈ। ਔਰ ਜੋ ਈਦ ਵਾਲਾ ਤਿਉਹਾਰ ਆ ਰਿਹਾ ਹੈ, ਈਦ ਵੀ ਅਸੀਂ 13ਵੀਂ ਮਨਾਉਣੀ ਹੈ, ਕਿਉਂਕਿ ਕਈ ਜੀ ਪੁੱਛਦੇ ਸੀ ਕਿ 5 ਦੀ ਹੈ, ਕੋਈ ਕਹਿੰਦਾ 4 ਦੀ ਹੈ, ਮਾਲਕੋ ਪ੍ਰੋਗਰਾਮ ਹੋਣਾ, ਨਹੀਂ, ਅਸੀਂ 13 ਜੂਨ ਨੂੰ ਹੀ ਇਹ ਸਭ ਕੁਛ ਕਰਨਾ ਹੈ, ਤਾਂ ਕਿ ਤੁਸੀਂ 13 ਜੂਨ ਨੂੰ ਪਹੁੰਚ ਕੇ ਜਿੱਦਾਂ ਅੱਜ ਰਹਿਮਤਾਂ, ਵਰਕਤਾਂ, ਬਖਸ਼ਿਸ਼ਾਂ ਦਾ ਆਨੰਦ ਲਿਆ, ਅਸੀਂ ਆਨੰਦ ਲੈਣਾ ਹੈ, ਕਿਉਂਕਿ ਨਿਸ਼ਾਨ ਸਾਹਿਬ ਦੀ ਚੜ੍ਹਾਈ ਦਾ ਦਿਨ ਬੜਾ ਖਾਸ ਦਿਨ ਹੁੰਦਾ ਹੈ। ਜਿਹੜਾ ਵੀ ਉਸ ਦਿਨ ਪ੍ਰੇਮ ਸ਼ਰਧਾ ਨਾਲ ਪਹੁੰਚਦਾ ਤਾਂ ਮਾਲਕ ਦੇ ਦਰ ਤੋਂ ਬਹੁਤ ਕੁਛ ਲੈ ਕੇ ਜਾਂਦਾ ਹੈ। ਇਸ ਲਈ ਕੋਸ਼ਿਸ਼ ਕਰਨਾ ਕਿ 13 ਜੂਨ ਨੂੰ ਅਸੀਂ ਹੁੰਮਾ ਕੇ ਪਹੁੰਚਣਾ ਵੀ ਹੈ, ਸੱਜਣਾ ਮਿੱਤਰਾਂ ਰਿਸ਼ਤੇਦਾਰਾਂ ਨੂੰ ਵੀ ਲੈ ਕੇ ਆਉਣਾ ਹੈ, ਤਾਂ ਕਿ ਉਸ ਦਿਨ ਦੀਆਂ ਰਹਿਮਤਾਂ ਨਾਲ ਅਸੀਂ ਆਪ ਤਾਂ ਝੋਲੀਆਂ ਭਰਨੀਆਂ, ਸਾਡੇ ਸੱਜਣ ਮਿੱਤਰ ਰਿਸ਼ਤੇਦਾਰ ਵੀ ਵਾਂਝੇ ਨਾ ਰਹਿ ਜਾਣ, ਉਹਨਾਂ ਨੂੰ ਵੀ ਸੱਦਾ ਦਿਓ, ਉਹ ਵੀ ਉਸ ਦਿਨ ਪਹੁੰਚਣ ਔਰ ਮਾਲਕ ਦੀਆਂ ਰਹਿਮਤਾਂ ਦੇ ਆਨੰਦ ਨੂੰ ਪ੍ਰਾਪਤ ਕਰਕੇ ਆਪਣਾ ਜੀਵਨ ਸਫਲ ਬਣਾਉਣ। ਔਰ ਹੁਣ ਅੰਤ ਵਿੱਚ ਇਹੀ ਉਸ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਾਂਗੇ ਕਿ ਮਾਲਕ ਤੁਹਾਨੂੰ ਸਭ ਨੂੰ ਨਾਮ ਨਾਲ ਜੁੜਨ ਦੀ ਤਾਕਤ ਦੇਣ, ਤੁਹਾਨੂੰ ਸਭ ਨੂੰ ਨਾਮ ਜਪਣ ਦੀ ਤਾਕਤ ਦੇਣ, ਸੇਵਾ ਸਿਮਰਨ ਕਰਨ ਦਾ, ਨੇਕ ਮਾਰਗ 'ਤੇ ਚੱਲਣ ਦਾ ਉਹ ਮਾਲਕ ਬਲ ਬਖਸ਼ਣ, ਔਰ ਤੁਹਾਨੂੰ ਬੁਰਾਈਆਂ ਤੋਂ, ਨਸ਼ਿਆਂ ਤੋਂ, ਮਾੜੇ ਅਮਲਾਂ ਤੋਂ, ਮਾੜੇ ਕਰਮਾਂ ਤੋਂ ਮਾਲਕ ਬਚਾ ਕੇ ਰੱਖਣ, ਔਰ ਤੁਹਾਡੀ ਸਭ ਦੀ ਝੋਲੀ ਖੁਸ਼ੀਆਂ, ਰਹਿਮਤਾਂ, ਵਰਕਤਾਂ ਨਾਲ ਮਾਲਕ ਭਰਪੂਰ ਕਰ ਦੇਣ। ਅੱਜ ਜਿੰਨੇ ਵੀ ਜੀਵ ਉਸ ਮਾਲਕ ਦੇ ਦਰ 'ਤੇ ਪਹੁੰਚੇ ਹੈ, ਤੁਹਾਡੀ ਸਭ ਦੀ ਹਾਜ਼ਰੀ ਮਾਲਕ ਆਪਣੇ ਚਰਨਾਂ 'ਚ ਕਬੂਲ ਕਰਨ। ਔਰ ਅੱਜ 11ਵੀਂ ਰੋਜ਼ ਦੇ ਪਵਿੱਤਰ ਦਿਨ 'ਤੇ, ਕਿਉਂਕਿ ਹਜ਼ੂਰ ਦਾ ਦਿਨ ਹੈ, ਜੇ ਕੋਈ ਨਿਆਜ਼ ਲੈ ਕੇ ਆਇਆ ਹਜ਼ੂਰ ਦੇ ਨਾਮ ਦੀ, ਜੇ ਕੋਈ ਆਪਣੀ ਤਕਲੀਫ ਦੁੱਖ ਦੀ ਨਿਆਜ਼ ਲੈ ਕੇ ਆਇਆ ਹੈ, ਤਾਂ ਮਾਲਕ ਉਹਦੀ ਨਿਆਜ਼ ਨੂੰ ਕਬੂਲ ਕਰਨ, ਔਰ ਜਿਸ ਭਾਵਨਾ ਨਾਲ ਉਹ ਨਿਆਜ਼ ਦੇ ਰਿਹਾ ਹੈ, ਮਾਲਕ ਉਹਦੀ ਉਹ ਭਾਵਨਾ ਨੂੰ, ਮਨੋਕਾਮਨਾ ਨੂੰ ਪੂਰਨ ਕਰਨ। ਔਰ ਜੇ ਕੋਈ ਜੀਵ ਅੱਜ ਖੁਸ਼ੀ ਦੀ ਨਿਆਜ਼ ਲੈ ਕੇ ਆਇਆ ਹੈ, ਤਾਂ ਮਾਲਕ ਉਹਦੀ ਖੁਸ਼ੀ ਦੀ ਨਿਆਜ਼ ਨੂੰ ਕਬੂਲ ਕਰਨ, ਔਰ ਉਹ ਜੀਵ ਦੀ ਝੋਲੀ 'ਚ ਖੁਸ਼ੀਆਂ ਹੀ ਖੁਸ਼ੀਆਂ ਪਾ ਦੇਣ, ਤਾਂ ਕਿ ਉਹਨੂੰ ਫਰਿਆਦਾਂ ਕਰਨ ਦੀ ਕਦੀ ਲੋੜ ਹੀ ਨਾ ਪਵੇ, ਔਰ ਆਪਣੀ ਕਿਰਪਾ, ਦਿਆ, ਮਿਹਰ ਹਮੇਸ਼ਾ ਮਾਲਕ ਤੁਹਾਡੇ 'ਤੇ ਬਣਾਏ ਰੱਖਣ। ਇਹੀ ਸਾਡੀ ਉਸ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ। ਔਰ ਹੁਣ ਅੰਤ ਵਿੱਚ ਤੁਹਾਡੇ ਸਭ ਦੇ ਅੰਦਰ ਵਸਦੇ ਉਸ ਮਾਲਕ ਨੂੰ ਅਸੀਂ ਪ੍ਰਣਾਮ ਕਰਦੇ ਹਾਂ, ਸਾਡਾ ਪ੍ਰਣਾਮ ਸਵੀਕਾਰ ਕਰੋ, ਔਰ ਸਾਡੇ ਵੱਲੋਂ ਬੰਦਗੀ ਤੁਹਾਨੂੰ ਸਾਰਿਆਂ ਜੀ।